ਵਾਲੇ ਡਿਜ਼ਾਈਨ ਅਤੇ ਇਥੋਂ ਦਾ ਫ੍ਰੈਂਡਲੀ ਤੇ ਪ੍ਰੋਫੈਸ਼ਨਲ ਸਟਾਫ ਤੁਹਾਨੂੰ ਸੈਟੀਸਫਾਈ ਕਰਨ ਵਿੱਚ ਸਹਾਇਤਾ ਕਰਦਾ ਹੈ। ਦੁਨੀਆ ਦੇ ਸਾਰੇ ਸ਼ਹਿਰਾਂ ਵਿੱਚ ਕੋਈ ਨਾ ਕੋਈ ਫੇਵਰੇਟ ਪਲੇਸ ਹੁੰਦੀ ਹੈ। ਜੇ ਗੱਲ ਕਰੀਏ ਬੀਸੀ ਤੇ ਸਰੀ ਸ਼ਹਿਰ ਦੀ ਤਾਂ ਸਭ ਦਾ ਫੇਵਰੇਟ ਹੈ ਗੇਟਵੇ ਪੀਜ਼ਾ ਐਂਡ ਸਵੀਟਸ। ਗੇਟਵੇ ਪੀਜ਼ਾ, ਜਿੱਥੋਂ ਤੁਸੀਂ ਆਪਣੇ ਮਨ ਪਸੰਦੀਦੇ ਪੀਜ਼ਾ, ਪੰਜਾਬੀ ਫੂਡ ਅਤੇ ਸਵੀਟਸ ਲੈ ਸਕਦੇ ਹੋ। ਗੇਟਵੇ ਪੀਜ਼ਾ ਕੇਟਰਿੰਗ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਵਾਹਰ ਸਿੰਘ ਪੱਟਾ ਜੀ ਨੂੰ 604-593-3311 ਤੇ। ਗੇਟਵੇ ਪੀਜ਼ਾ ਐਂਡ ਸਵੀਟਸ। Right away when I saw this place, I knew it was something special. It took them no time to show me the perfect ride. I thought my credit was bad, but they approved me right away. I'll never forget such great service. But in my excitement, as I was walking out, I almost forgot the key. Oh, what a surprise. Why settle for less? Hair Motors always says yes. ਨਿਊ ਮਿਲੀਨੀਅਮ ਟਾਇਰ ਸੈਂਟਰ ਸਰੀ ਤੇ ਅਸੀਂ ਤੁਹਾਨੂੰ ਹਮੇਸ਼ਾ ਬਹੁਤ ਵਧੀਆ ਸਰਵਿਸ ਛੋਟੀਆਂ ਗੱਡੀਆਂ ਤੋਂ ਲੈ ਕੇ ਵੱਡੇ ਸੈਮੀ ਟਰੱਕਾਂ ਤੱਕ ਦਿੰਦੇ ਹਾਂ। ਇੱਥੋਂ ਤੁਸੀਂ ਨਵੇਂ ਅਤੇ ਪੁਰਾਣੇ ਟਾਇਰ, 에ਅਰ ਕੰਡੀਸ਼ਨ ਰਿਪੇਅਰ, ਅਲਾਈਨਮੈਂਟ ਸਰਵਿਸ, ਵੀਲ ਬੈਲੈਂਸ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਗੁਰਜੀਤ ਮਾਂਗਟ 604-825-1433 604-825-1433 ਨਿਊ ਮਿਲੀਨੀਅਮ ਟਾਇਰ ਸੈਂਟਰ ਸਰੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਲੱਕੀ ਕੁਰਾਲੀ, ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ। ਟੀਮ ਪੰਜਾਬੀ ਦੇ ਸਟੂਡੀਓ ਦੇ ਵਿੱਚ ਅੱਜ ਇੱਕ ਇਹੋ ਜਿਹੀ ਸ਼ਖਸੀਅਤ ਪਹੁੰਚੀ ਹੋਈ ਹੈ ਜਿਹੜੀ ਬੜੇ ਲੰਮੇ ਸਮੇਂ ਤੋਂ ਪੰਜਾਬੀ ਕਮਿਊਨਿਟੀ ਦੀ ਨਾਲ ਦੀ ਨਾਲ ਜੋ ਉਹਨਾਂ ਦੀ ਕੰਸਟੀਟਿਊਸ਼ਨ ਆ ਉਹਦੀ ਸੇਵਾ ਕਰਦੇ ਆ ਰਹੇ ਨੇ, ਮੈਂਬਰ ਆਫ ਪਾਰਲੀਮੈਂਟ ਤੁਹਾਡੇ ਚਹੇਤੇ ਨੇਤਾ ਜੀ ਸੁਖ ਧਾਲੀਵਾਲ ਸਾਹਿਬ। ਸੁਖ ਧਾਲੀਵਾਲ ਸਾਹਿਬ, ਤੁਹਾਡਾ ਸਵਾਗਤ ਹੈ ਟੀਮ ਪੰਜਾਬੀ ਦੇ। ਲੱਕੀ ਕੁਰਾਲੀ ਜੀ, ਧੰਨਵਾਦ ਤੁਹਾਡਾ ਔਰ ਨਾਲ ਹੀ ਵੀਰ ਸਾਡੇ ਗੋਲੀ ਟਲਾਉਣਾ ਦਾ ਜੀ, ਕਿ ਤੁਸੀਂ ਬਹੁਤ ਲੰਮੇ ਸਮੇਂ ਤੋਂ ਮੈਂ ਦੇਖ ਰਿਹਾ ਜਿਹੜੀ ਹੈ ਸਪੋਰਟਸ ਦੇ ਵਿੱਚ, ਖੇਤਰ ਦੇ ਵਿੱਚ ਪਰਟੀਕੁਲਰਲੀ ਬੜੀ ਸੇਵਾ ਕਰ ਰਹੇ ਹੋ। ਥੈਂਕ ਯੂ ਸੋ ਮਚ। ਧੰਨਵਾਦ ਕਿ ਤੁਸੀਂ ਮੈਨੂੰ ਆਪਣੇ ਦਰਸ਼ਕਾਂ ਦੇ ਟੀਮ ਪੰਜਾਬੀ ਦੇ ਰੂਬਰੂ ਕਰਨ ਜਾ ਰਹੇ। ਮੇਰੇ ਵੱਲੋਂ ਤੁਹਾਨੂੰ, ਗੋਲਡੀ ਜੀ ਨੂੰ ਔਰ ਜਿੰਨੇ ਵੀ ਟੀਮ ਪੰਜਾਬੀ ਜਿਹੜੇ ਨੇ ਦਰਸ਼ਕ ਇਸ ਵੇਲੇ ਦੇਖ ਰਹੇ ਆ, ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਲੀਵਾਲ ਸਾਹਿਬ, ਬੜੇ ਲੰਮੇ ਸਮੇਂ ਤੋਂ ਤੁਸੀਂ ਪੰਜਾਬੀ ਮਾਂ ਬੋਲੀ ਦੀ, ਪੰਜਾਬੀਅਤ ਦੀ ਅਤੇ ਜਿਹੜੀ ਤੁਹਾਡੀ ਕੰਸਟੀਟਿਊਸ਼ਨ ਆ ਜਿੱਥੋਂ ਤੁਸੀਂ ਹਮੇਸ਼ਾ ਇਲੈਕਸ਼ਨ ਲੜਦੇ ਹੋ, ਬਤੌਰ ਮੈਂਬਰ ਪਾਰਲੀਮੈਂਟ ਤੁਸੀਂ ਸੇਵਾ ਕਰਦੇ ਆ ਰਹੇ ਹੋ, ਵਧਾਈ ਦੇ ਹੱਕਦਾਰ ਹੋ ਕਿਉਂਕਿ ਸਾਰੀ ਕਮਿਊਨਿਟੀ, ਸਿੱਖ ਕਮਿਊਨਿਟੀ ਨੂੰ ਬੜਾ ਮਾਣ ਆ ਤੁਹਾਡੇ 'ਤੇ, ਹਮੇਸ਼ਾ ਹੀ ਮਾਣ ਰਿਹਾ ਔਰ ਤੁਸੀਂ ਖਰੇ ਵੀ ਉਤਰਦੇ ਰਹਿੰਦੇ ਹੋ ਹਮੇਸ਼ਾ। ਸਿੱਖ ਹੈਰੀਟੇਜ ਮੰਥ ਜਿਹੜਾ ਅਪ੍ਰੈਲ ਦਾ ਜੇ ਗੱਲ ਕਰੀਏ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਧਾਈ ਦਿੰਦਾ। ਤੁਸੀਂ ਬੜਾ ਵੱਡਾ ਉਪਰਾਲਾ ਇਹ ਕੀਤਾ, ਬਹੁਤ ਵੱਡਾ। ਮੈਂ ਕਹਿੰਦਾ ਬੜੇ ਲੰਮੇ ਸਮੇਂ ਤੋਂ ਬੜੇ ਐਮ ਪੀਜ਼ ਆਏ ਨੇ, ਪਰ ਇਹੋ ਜਿਹਾ ਬਿੱਲ ਕਦੀ ਕਿਸੇ ਨੇ ਸੋਚਿਆ ਨਹੀਂ। ਕਿਵੇਂ ਤੁਹਾਡੇ ਮਾਇੰਡ ਦੇ ਵਿੱਚ ਆਇਆ ਕਿ ਇਹੋ ਜਿਹਾ ਬਿੱਲ ਲੈ ਕੇ ਜਾਈਏ, ਫਿਰ ਉਹਨੂੰ ਪਾਸ ਕਰਾਉਣਾ, ਇਹ ਕਿਵੇਂ ਹੋਇਆ ਸਾਰਾ ਕੁਛ? ਦੇਖੋ, ਸਭ ਤੋਂ ਪਹਿਲਾਂ ਤੁਸੀਂ ਕਿਹਾ ਵਧਾਈ, ਵਧਾਈ ਦੇ ਪਾਤਰ ਤਾਂ ਸਿੱਖ ਕਮਿਊਨਿਟੀ ਸਾਰੀ ਆ, ਸਾਰੀ ਸਿੱਖ ਕਮਿਊਨਿਟੀ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਖਾਸ ਕਰਕੇ ਕੈਨੇਡੀਅਨਸ ਨੂੰ, ਕਿਉਂਕਿ ਕੈਨੇਡਾ ਹੀ ਇੱਕ ਦੇਸ਼ ਹੈ ਜਿੱਥੇ ਇਹੋ ਜਿਹਾ ਬਿੱਲ ਜਿਹੜਾ ਉਹ ਕਾਨੂੰਨ ਬਣ ਕੇ ਰਹਿ ਗਿਆ, ਜਿਹਦੇ ਵਿੱਚ ਅਪ੍ਰੈਲ ਜਿਹੜਾ ਹੈ ਉਹ ਸਿੱਖਾਂ ਨੂੰ ਇਤਿਹਾਸਕ ਮਹੀਨਾ ਕਰਾਰ ਦਿੱਤਾ ਔਰ ਦੁਨੀਆਂ ਦੇ ਵਿੱਚ ਪਹਿਲੀ ਕੰਟਰੀ ਹੈ ਜਿਹਦੇ ਵਿੱਚ ਇਹ ਹੋਇਆ। ਤੁਸੀਂ ਹੁਣ ਗੱਲ ਕੀਤੀ ਵੀ ਇਹ ਕਿਉਂ ਆਇਆ ਮਨ 'ਚ, ਜਦੋਂ ਮਨ 'ਚ ਦੇਖਦੇ ਹਾਂ ਲੱਕੀ ਜੀ ਵੀ ਅੱਜ ਆਪਾਂ 120 ਸਾਲ, ਕਿਉਂਕਿ ਬਾਹਰ ਲੋਕ ਸੋਚਦੇ ਨੇ ਵੀ ਸਿੱਖ ਖਰੇ ਕੱਲ੍ਹ ਹੀ ਇੱਥੇ ਆਏ ਆ, ਐਗਜੈਕਟਲੀ, ਠੀਕ ਹੈ ਨੀ, ਆ ਕੇ ਇਹਨਾਂ ਦਾ ਬੋਲਬਾਲਾ ਹੋ ਗਿਆ, ਅੱਜ ਇਹ ਹਰੇਕ ਖਿੱਤੇ 'ਚ ਕਾਮਯਾਬ ਹੋ ਗਏ, ਪਰ ਇਹ ਬਣਦਾ ਦੱਸਣਾ ਕਿ 1867 ਦੇ ਵਿੱਚ ਕੈਨੇਡਾ ਜਿਹੜਾ ਸੀਗਾ ਉਹਦੀ ਕੰਨਫਰੰਟੇਸ਼ਨ ਹੋਈ, ਉਦੋਂ ਬਾਅਦ 1897 ਦੇ ਵਿੱਚ ਪਹਿਲਾ ਸਿੱਖ ਜਿਹੜਾ ਸੀਗਾ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ, ਔਰ ਉਸ ਤੋਂ ਬਾਅਦ ਚਾਹੇ ਉਹ ਵਰਲਡ ਵਾਰ 1 ਦੀ ਗੱਲ ਕਰ ਲਈਏ ਲੜਾਈ ਦੀ, ਚਾਹੇ ਵਰਲਡ ਵਾਰ 2 ਜਿਹੜੀ ਦੂਜੀ ਸੈਕੰਡ ਸੀ ਉਹਦੀ ਗੱਲ ਕਰ ਲਈਏ, ਉਹਨਾਂ ਵਿੱਚ ਕੈਨੇਡੀਅਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਕਰਨੀ ਔਰ ਰੇਲਵੇ ਲਾਈਨਾਂ ਜਿਹੜੀਆਂ ਨੇ ਉਹਨੂੰ ਵਿਛਾਉਣਾ ਤਾਂ ਕਿ ਜਿਹੜਾ ਪੀਪਲ ਮੂਵਮੈਂਟ ਅਤੇ ਟ੍ਰੇਡ ਮੂਵਮੈਂਟ ਜਿਹੜੀ ਆ ਉਹ ਕ੍ਰੋਸ ਕੈਨੇਡਾ ਚੱਲਦੀ ਰਹੇ। ਫਿਰ ਚਾਹੇ ਤੁਸੀਂ ਮਿੱਲਾਂ ਦੀ ਜਿਹੜੀਆਂ ਨੇ ਲੰਬਰ ਮਿੱਲ ਦੀ ਇਸਟੈਬਲਿਸ਼ਮੈਂਟ ਦੀ ਗੱਲ ਕਰ ਲਈਏ, ਟਰਾਂਸਪੋਰਟ ਇੰਡਸਟਰੀ ਦੀ ਗੱਲ ਕਰ ਲਈਏ, ਇਨਫੈਕਟ ਅੱਜ ਹਰੇਕ ਖਿੱਤੇ ਦੇ ਵਿੱਚ ਜੇ ਦੇਖੀਏ
ਤਾਂ ਪੰਜਾਬੀਆਂ ਨੇ ਔਰ ਸਿੱਖਾਂ ਨੇ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ। ਐਗਜ਼ੈਕਟਲੀ, ਬਿਲਕੁਲ। ਸਾਡੀ 120 ਸਾਲ ਦੀ ਜਿਹੜੀ ਆ ਉਹ ਹਿਸਟਰੀ ਆ ਇੱਥੇ ਕੈਨੇਡਾ ਦੀ, ਮਿਹਨਤ ਜਿਹੜੀ ਕੈਨੇਡਾ ਦੀ, ਕੈਨੇਡਾ ਸਾਡੇ ਜਿਹੜੇ ਬਜ਼ੁਰਗਾਂ ਦੀ ਔਰ ਸਾਡੇ ਪਾਇਨੀਅਰ ਦੀ, ਠੀਕ ਹੈ ਨਾ। ਅਸੀਂ ਮੈਂ ਚਾਹੁੰਦਾ ਸੀ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨਸ ਨੇ ਕੈਨੇਡਾ ਲਈ ਜੀ, ਇੱਥੇ ਦੀ ਸੋਸਾਇਟੀ ਲਈ, ਜਿਹੜੇ ਅੱਜ ਤੱਕ ਸਾਨੂੰ ਇੱਥੇ ਲੈ ਕੇ ਆਏ ਜੀ, ਉਹਨਾਂ ਨੂੰ ਜਿਹੜਾ ਵਾ ਉਹਨਾਂ ਦੀਆਂ ਕੰਟਰੀਬਿਊਸ਼ਨ ਜਿਹੜੀਆਂ ਉਹਨੂੰ ਰੈਕੋਗਨਾਈਜ਼ ਹੋਣਾ ਚਾਹੀਦਾ ਜੀ। ਇਸ ਕਰਕੇ ਜਿਹੜਾ ਸੀਗਾ ਇਹ ਬਿੱਲ ਜਿਹੜਾ ਸੀਗਾ ਮੈਂ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਂਦਾ, ਤੇ ਇਹ ਬਿੱਲ ਜਿਹੜਾ ਸੀਗਾ ਉਸ ਤੋਂ ਬਾਅਦ ਜਿਹੜਾ ਹੁਣ ਅੱਜ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਇਹ ਕਾਨੂੰਨ ਬਣ ਗਿਆ, ਜਿਹਦੇ ਵਿੱਚ ਅਪ੍ਰੈਲ ਜਿਹੜਾ ਆਉਣ ਵਾਲੇ ਸਮੇਂ ਤੋਂ ਐਵਰੀ ਈਅਰ ਜਿਹੜਾ ਹੈਗਾ ਉਹ ਸਿੱਖਾਂ ਦਾ ਇਤਿਹਾਸਕ ਮਹੀਨਾ ਜਿਹੜਾ ਮਨਾਇਆ ਜਾਏ। ਮੈਂ ਕਹਿੰਦਾ ਜੀ ਇੰਡੀਆ ਤੋਂ ਆਏ ਹਾਂ, ਬੜੇ ਮਾਣ ਵਾਲੀ ਗੱਲ ਆ, ਅਸੀਂ ਬਿਲੋਂਗ ਕਰਦੇ ਹਾਂ ਇੰਡੀਆ ਨੂੰ, ਪੰਜਾਬ ਨੂੰ, ਪਰ ਉਹਦੇ ਨਾਲ ਨਾਲ ਮੈਂ ਦੇਖਾਂ ਕਦੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਵੀ ਕੋਈ ਇੱਦਾਂ ਦਾ ਕਾਨੂੰਨ ਨਹੀਂ ਬਣਿਆ, ਪਰ ਤੁਸੀਂ ਇਹ ਬਾ ਕਮਾਲ ਇਹ ਕੰਮ ਕੀਤਾ ਜੀ ਕਾਨੂੰਨ ਬਣਾ ਕੇ, ਜਿਵੇਂ ਵੀ ਤੁਸੀਂ ਪਾਸ ਕਰਾਇਆ ਬਿੱਲ ਲਿਜਾ ਕੇ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਸਿੱਖ ਕਮਿਊਨਿਟੀ ਇੰਨੀ ਜ਼ਬਰਦਸਤ ਆ ਔਰ ਇੰਨੇ ਲੌਂਗ ਟਾਈਮ ਤੋਂ ਇੱਥੇ ਰਹਿ ਰਹੀ ਆ, ਉਹਨਾਂ ਨੇ ਕੰਮ ਕੀਤੇ ਨੇ, ਤੁਹਾਨੂੰ ਦਿੱਕਤ ਆਈ ਕੋਈ ਇਹਦੇ ਵਿੱਚ ਪਾਸ ਕਰਾਉਣ ਦੇ ਵਿੱਚ, ਜਾਂ ਛੇਤੀ ਉਹਨਾਂ ਨੇ ਇਹਦੇ 'ਤੇ ਗੌਰ ਕੀਤਾ? ਦੇਖੋ, ਕਿਉਂਕਿ ਸਾਨੂੰ ਪਹਿਲਾਂ ਪਲੈਨਿੰਗ ਬੜੀ ਜ਼ਰੂਰੀ ਹੁੰਦੀ, ਕਿਉਂਕਿ ਮੈਂ ਬੜਾ ਲੌਜੀਕਲ ਥਿੰਕਿੰਗ ਦਾ ਮਾਲਕ ਹਾਂ ਔਰ ਮੇਰੀ ਜਿਹੜੀ ਸੋਚ ਹਮੇਸ਼ਾ ਇਹ ਰਹੀ ਕਿ ਜੇ ਅਸੀਂ ਕੰਸੈਂਸਸ ਪੈਦਾ ਕਰ ਦਈਏ, ਲੋਕਾਂ ਨੂੰ ਆਪਣੇ ਨਾਲ ਇਕੱਠੇ ਕਰਕੇ ਲੈ ਕੇ ਚੱਲੀਏ ਜੀ, ਤਾਂ ਉਹ ਜਿਹੜਾ ਕੰਮ ਆ ਸੌਖਾ ਹੋ ਜਾਂਦਾ। ਐਗਜ਼ੈਕਟਲੀ, ਇਹਦੇ ਵਿੱਚ ਜਦੋਂ ਮੈਂ ਬਿੱਲ ਲੈ ਕੇ ਆਉਂਦਾ ਤੇ ਮੈਂ ਸੋਚਿਆ ਵੀ ਅੜਚਣਾ ਤਾਂ ਆਉਣੀਆਂ ਨੇ, ਠੀਕ ਹੈ ਨਾ, ਮੈਂ ਉਹ ਅੜਚਣਾ ਬਜਾਏ ਕਿ ਅੜਚਣਾ ਆਉਣ ਉਦੋਂ ਪਹਿਲਾਂ ਹੀ ਜਿਹੜੀਆਂ ਸੀ ਉਹਨੂੰ ਰਿਜੋਲਵ ਕਰਨ ਦੀ ਕੋਸ਼ਿਸ਼ ਕੀਤੀ, ਕਿ ਮੈਂ ਜਿਹੜੇ ਦੂਜੀਆਂ ਅਪੋਜੀਸ਼ਨ ਪਾਰਟੀਜ਼ ਦੇ ਜਿਹੜੇ ਹਾਊਸ ਲੀਡਰ ਸੀਗੇ ਜੀ, ਅਪੋਜੀਸ਼ਨ ਪਾਰਟੀ ਦੇ ਮੈਂਬਰਸ ਆਫ ਪਾਰਲੀਮੈਂਟ ਸੀਗੇ, ਚਾਹੇ ਉਹ NDPC ਚਾਹੇ ਕੰਜ਼ਰਵੇਟਿਵ ਸੀ, ਚਾਹੇ ਗ੍ਰੀਨ, ਚਾਹੇ ਬਲੌਕ, ਚਾਹੇ ਇੰਡੀਪੈਂਡੈਂਟ, ਮੈਂ ਉਹਨਾਂ ਸਭ ਨਾਲ ਰਾਬਤਾ ਪੈਦਾ ਕੀਤਾ, ਉਹਨਾਂ ਨੂੰ ਐਕਸਪਲੇਨ ਕੀਤਾ ਵੀ ਦੇਖੋ ਸਾਡੀ ਹਿਸਟਰੀ ਜਿਹੜੀ ਹੈ 120 ਸਾਲ ਦੀ ਹਿਸਟਰੀ ਹੈਗੀ ਕੈਨੇਡਾ 'ਚ, ਅਤੇ ਮੈਂ ਚਾਹੁੰਦਾ ਕਿ ਇਹ ਬਿੱਲ ਜਿਹੜਾ ਇਹ ਪਾਸ ਹੋਵੇ ਤਾਂ ਕਿ ਅਸੀਂ ਉਹਨੂੰ ਰੈਕੋਗਨਾਈਜ਼ ਕਰੀਏ। ਇੱਕ ਤਾਂ ਇਹ ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਰੈਕੋਗਨਾਈਜ਼ ਕਰੂਗਾ, ਦੂਸਰੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹਨਾਂ ਨੂੰ ਦੱਸੂਗਾ ਔਰ ਇੰਸਪਾਇਰ ਕਰੂਗਾ। ਸੋ ਉਹਦੇ ਵਿੱਚ ਮੈਂ ਜਿਹੜਾ ਸੀਗਾ ਕਾਮਯਾਬ ਹੋਇਆ, ਜਿਹੜੀ ਸੀਗੀ ਜਨਰਲ ਸਪੋਰਟ ਜਿਹੜੀ ਸੀਗੀ ਹਾਸਲ ਕਰਨ ਦਾ ਪਾਰਲੀਮੈਂਟ ਦੇ ਵਿੱਚ। ਉਸ ਤੋਂ ਬਾਅਦ ਜਦੋਂ ਪਾਰਲੀਮੈਂਟ 'ਚ ਬਿੱਲ ਪਾਸ ਹੋ ਜਾਂਦਾ ਫਿਰ ਸੈਨੇਟ ਜਾਣਾ ਹੁੰਦਾ ਜੀ। ਅੱਛਾ ਜੀ। ਫਿਰ ਮੈਨੂੰ ਦੇਖਣਾ ਪੈਣਾ ਸੀ ਕਿ ਮੈਂ ਸੈਨੇਟਰ ਜਿਹੜਾ ਉਹ ਕਿਹਨੂੰ ਦੇਖਾਂ ਜਿਹੜਾ ਮੇਰੇ ਬਿੱਲ ਨੂੰ ਇਹ ਲਿਆਂਦਾ ਉਸ ਨੂੰ ਸਪੋਂਸਰ ਕਰ ਸਕੇ। ਅੱਛਾ ਜੀ। ਉਹਦੇ ਵਿੱਚ ਸਾਡੇ ਆਪਣੇ ਸੈਨੇਟਰ ਜਿਹੜੇ ਸਾਬੀ ਮਰਵਾਜ ਜੀ ਨੇ, ਸਿੱਖ ਸੈਨੇਟਰ, ਪਹਿਲੇ ਸਿੱਖ ਸੈਨੇਟਰ ਜਿਹੜੇ ਨੇ, ਉਹ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਬੜੇ ਐਕਸਾਈਟਡ ਸੀ, ਬੜੇ ਖੁਸ਼ ਸੀਗੇ, ਉਹ ਬੜੇ ਚਾਹੁੰਦੇ ਸੀ, ਉਹ ਕਹਿੰਦੇ ਸੁੱਖ ਠੀਕ ਆ, ਪਰ ਹੁਣ ਇੱਕ ਪਾਸੇ ਸੈਨੇਟਰ ਤਾਂ ਆ ਗਏ ਪਰ ਨਾਲ ਫਿਰ ਅਪੋਜੀਸ਼ਨ ਵੀ ਆ ਜੀ, ਬਿਲਕੁਲ। ਫਿਰ ਮੈਨੂੰ ਅਪੋਜੀਸ਼ਨ ਦੇ ਕ੍ਰਿਟਿਕ ਦੇਖਣੇ ਪਏ ਵੀ ਇਸ ਬਿੱਲ ਦੇ ਕ੍ਰਿਟਿਕ। ਸੋ ਫਿਰ ਸਾਡੇ ਉੱਥੇ ਪਾਕਿਸਤਾਨ ਤੋਂ ਜਿਹੜੇ ਉਹਨਾਂ ਦੀ ਫੈਮਿਲੀ ਸੀ ਪਹਿਲਾਂ ਇੱਥੇ ਆਏ ਆ ਔਰ ਅੰਟੈਰੀਓ 'ਚ ਰਹਿੰਦੇ ਨੇ, ਉਹ ਸਿਸਟਰ ਸਲਮਾ ਅਤਾਨੁੱਲਾ ਜਾਨ ਨੇ, ਉਹ ਸੈਨੇਟਰ ਨੇ ਕੰਜ਼ਰਵੇਟਿਵ ਵੱਲੋਂ, ਮੈਂ ਉਹਨਾਂ ਕੋਲ ਗਿਆ, ਮੈਂ ਕਿਹਾ ਸਿਸਟਰ ਵੀ ਇੱਦਾਂ ਇੱਦਾਂ ਮੈਂ ਬਿੱਲ ਲੈ ਕੇ ਆ ਰਿਹਾ ਅਤੇ ਜੇ ਤੁਸੀਂ ਕਰੋ ਤਾਂ ਮੇਰੀ ਇਹ ਸਪੋਰਟ ਕਰੋ ਤਾਂ ਇਹ ਸਾਡੇ ਲਈ ਬੜਾ ਚੰਗਾ। ਦੋ ਗੱਲਾਂ ਨੇ, ਇੱਕ ਤਾਂ 550ਵਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈਗਾ ਔਰ ਦੂਸਰਾ ਜਿਹੜਾ ਹੈਗਾ ਕਿ ਅਪ੍ਰੈਲ ਜਿਹੜਾ ਉਹ ਸਿੱਖਾਂ ਲਈ ਇੱਕ ਬਹੁਤ ਮਹੱਤਵਪੂਰਨ, ਕਿਉਂਕਿ ਖਾਲਸੇ ਦੀ ਸਿਰਜਣਾ ਹੋਈ। ਸੋ ਉਹ ਵੀ ਮੰਨ ਗਏ ਔਰ ਉਹਨਾਂ ਨੇ ਮੈਨੂੰ ਅਨਬੇਵਰਿੰਗ ਸਪੋਰਟ ਜਿਹੜੀ ਸੀਗੀ ਉਹ ਦਿੱਤੀ ਸੈਨੇਟਰ ਉਹਨਾਂ ਨੇ। ਸੋ ਫਿਰ ਜਦੋਂ ਮੈਂ ਦੇਖ ਲਿਆ ਵੀ ਹੁਣ ਮੈਂ ਸੈਨੇਟ ਦੇ ਵਿੱਚ ਵੀ ਤੇ ਪਾਰਲੀਮੈਂਟ 'ਚ ਵੀ ਇਹ ਸਾਰਾ ਕੰਮ ਮੇਰਾ ਠੀਕ ਚੱਲ ਸਕਦਾ, ਫਿਰ ਮੈਂ ਬਿੱਲ ਨੂੰ ਅੱਗੇ ਵਧਾਇਆ। ਕਿਆ ਬਾਤ ਹੈ ਜੀ। ਉਸ ਤੋਂ ਬਾਅਦ ਜਿਹੜੀ ਸੀਗੀ ਕਿ ਬਿੱਲ ਹਜੇ ਵੀ ਨਹੀਂ ਸੀ ਹੋਣਾ, ਕਿਉਂਕਿ ਉਹਨੂੰ ਫਿਰ ਮੈਨੇਜ ਕਰਨਾ ਪੈਂਦਾ, ਕਿਉਂਕਿ ਜੇ ਤੁਸੀਂ ਦੇਖੋ ਐਸ ਪਾਰਲੀਮੈਂਟ ਜਿਹੜੀ ਟੋਟਲ ਪਾਰਲੀਮੈਂਟ ਹੈਗੀ ਆ ਜਦੋਂ ਤੋਂ ਅਸੀਂ 2015 ਤੋਂ ਅੱਜ ਤੱਕ ਜਦੋਂ ਤੋਂ ਇਲੈਕਟ ਹੋਏ ਆ, ਸਿਰਫ 10 ਪ੍ਰਾਈਵੇਟ ਮੈਂਬਰ ਬਿੱਲ ਪਾਸ ਹੋਇਆ ਹੈ ਉਹਨਾਂ 'ਚ ਕੀ ਆ, ਠੀਕ ਹੈ ਨਾ। ਉਹਦੇ ਵਿੱਚ ਮੈਂ, ਕਿਉਂਕਿ ਮੇਰਾ ਉਹ ਇਹ ਹੁੰਦਾ ਵੀ ਜਿਉਂ ਜਿਉਂ ਬਿੱਲ ਆਉਂਦਾ ਨੰਬਰ ਆਉਂਦਾ ਉਦਾਂ ਹੀ ਬਿੱਲ ਨੇ ਅੱਗੇ ਆਉਣਾ ਜੀ, ਬਿਲਕੁਲ। ਮੇਰਾ ਨੰਬਰ ਆਇਆ ਹੀ 2018 ਚ, ਅੱਛਾ ਜੀ, 2017 ਚ ਮੈਂ ਬਿੱਲ ਲਿਆਂਦਾ, 2018 ਚ ਇਹ ਬਿੱਲ ਜਿਹੜਾ ਸੀਗਾ ਅੱਗੇ ਆਇਆ ਆ ਗਿਆ ਜੀ, ਤੇ ਮੈਨੂੰ ਨਹੀਂ ਸੀ ਲੱਗਦਾ ਵੀ ਇਹ ਇਸ ਅਪ੍ਰੈਲ ਤੱਕ ਪਾਸ ਹੋ ਜੂ। ਫਿਰ ਮੈਂ ਦੂਸਰੀ ਪਾਰਟੀ ਜਿਹੜੇ ਦੂਸਰੇ ਸਾਡੀ ਪਾਰਟੀ ਦੇ ਜੀ ਦੂਸਰੇ ਜਿਹੜੇ ਹੋਰ ਕਮਿਊਨਿਟੀ ਦੇ ਮੈਂਬਰ ਸੀ, ਮੈਂ 3 ਮੈਂਬਰ ਫੜੇ ਜੀ। ਮੈਂ ਸਾਰਿਆਂ ਨੂੰ ਪਹਿਲਾਂ, ਕਿਉਂਕਿ ਜਦੋਂ ਬਿੱਲ ਆਉਂਦਾ ਹੀ ਆ ਉਹ ਸਾਰਿਆਂ ਨੂੰ ਥੱਲੇ ਹੁੰਦਾ ਬਾਰਡਰ, ਦੇਖੋ 30-40 ਬਿੱਲ ਅਸੀਂ ਡਿਬੇਟ ਕਰਦੇ ਹਾਂ ਇਕੱਠੇ, ਪ੍ਰਾਈਵੇਟ ਮੈਂਬਰ ਬਿੱਲ ਉਹ ਨੀਚੇ ਪਿਆ ਹੁੰਦਾ, ਉਹਨੂੰ ਉੱਪਰ ਲੈ ਕੇ ਆਉਣ ਲਈ ਮੈਂ ਕੀ ਕੀਤਾ ਕਿ 2-2.5 ਮਹੀਨੇ ਉੱਪਰ ਆਵੇ। ਫਿਰ ਮੈਂ ਜਿਹੜੀ ਸੀਗੀ ਲਿੰਡਾ ਲਬੋਂਟ ਹੈਗੇ ਨੇ MP ਕਬੈਕ ਤੋਂ, ਉਹਨਾਂ ਨੂੰ ਕਿਹਾ ਜੇ ਤੁਸੀਂ ਮੈਨੂੰ ਆਪਣਾ ਸਪੋਟ ਦੇ ਦਿਓ ਵੀ ਤੁਹਾਡਾ ਮੋਸ਼ਨ ਆ, ਵੀ ਉਹਦੇ ਲਈ ਤਾਂ ਤੁਹਾਨੂੰ ਪੂਰੀ ਪ੍ਰੋਸੈਸ ਦੀ ਲੋੜ ਨਹੀਂ, ਮੇਰਾ ਜਿਹੜਾ ਲਾਭ ਬਣ ਜਾ ਰਿਹਾ ਵੀ ਇਹ ਬਿੱਲ ਹੈਗਾ ਵੀ ਜੇ ਤੂੰ ਆਪਣਾ ਸਪੋਟ ਦੇ, ਮੇਰੇ ਨਾ ਉਹ ਇੰਟਰਨੈਸ਼ਨਲ ਟ੍ਰੇਡ ਕਮੇਟੀ ਦੇ ਬੰਦੇ ਸੀ, ਉਹਨੇ ਮੈਨੂੰ ਆਪਣਾ ਸਪੋਟ ਦੇ ਦਿੱਤਾ। ਸੋ ਬਿੱਲ ਜਿਹੜਾ ਸੀਗਾ
ਉਹ 2.5 ਮਹੀਨੇ ਉੱਤੇ ਚਲੇ ਗਿਆ। ਜਦੋਂ ਫਸਟ ਆਵਰ ਰੀਡਿੰਗ ਹੋ ਗਈ ਸੈਕੰਡ ਰੀਡਿੰਗ ਸਟੇਜ ਤੇ, ਫਿਰ ਬਿੱਲ ਦੁਬਾਰਾ ਥੱਲੇ ਡਿੱਗ ਪੈਣਾ ਸੀ। ਫਿਰ ਮੈਂ ਨਿਕ ਵੇਲਨ ਫੜੇ, ਨਿਕ ਵੇਲਨ ਹੈਗੇ ਨੇ ਉਧਰੋਂ ਅਟਲਾਂਟਿਕ ਕੈਨੇਡਾ ਤੋਂ। ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਤੁਹਾਡੀ ਰਾਈਡਿੰਗ ਵੀ ਗੁਰਦੁਆਰਾ ਸਾਹਿਬ ਹੈਗਾ, ਉਹ ਕਹਿੰਦਾ ਮੇਰੇ 200 ਫੈਮਿਲੀ ਹੈਗੀਆਂ ਨੇ ਰਾਈਡਿੰਗ ਦੇ ਵਿੱਚ। ਮੈਂ ਕਿਹਾ ਚਲੋ ਵਧੀਆ ਗੱਲ ਹੈ ਵੀ ਜੇ ਤੂੰ ਮੇਰੀ ਸਪੋਰਟ ਕਰਦੇ ਤੇ ਤੂੰ ਮੈਨੂੰ ਆਪਣਾ ਸਪੋਰਟ ਦੇ ਦੇ। ਉਹਨਾਂ ਨੇ ਫਿਰ ਮੈਨੂੰ ਆਪਣਾ ਸਪੋਰਟ ਉਹ ਮੰਨ ਗਏ, ਪਿਆਰ ਨਾਲ ਹੀ ਮਨਾਉਣਾ ਪੈਂਦਾ ਨਾ ਗੱਲਬਾਤ ਕਰਕੇ। ਉਹਨਾਂ ਨੂੰ ਮੈਂ ਕਨਵਿੰਸ ਕਰ ਲਿਆ, ਉਹਨਾਂ ਦਾ ਸਪੋਰਟ ਲਿਆ, ਫਿਰ ਜਿਹੜਾ ਉਹ 2.5 ਮਹੀਨੇ ਬਿੱਲ ਮੇਰਾ ਫਿਰ ਉੱਪਰ ਲਿਆ। ਉਹ ਜਦੋਂ ਸੈਕੰਡ ਰੀਡਿੰਗ ਸੈਕੰਡ ਆਵਰ ਪਾਸ ਹੋ ਗਿਆ, ਫਿਰ ਕਮੇਟੀ ਜਾਣਾ ਸੀ। ਫਿਰ ਮੈਂ ਕਮੇਟੀ 'ਚ ਵੀ ਲੋਬਿੰਗ ਕੀਤੀ, ਸਾਰੇ ਮੈਂਬਰਾਂ ਨੂੰ, ਅਪੋਜੀਸ਼ਨ ਨੂੰ ਵੀ, ਆਪਣਿਆਂ ਨੂੰ ਵੀ, ਲਿਬਰਲ ਵਾਲਿਆਂ ਨੂੰ, ਸਭ ਨੂੰ ਮਿਲ ਮਿਲਾ ਕੇ ਉੱਥੋਂ ਬਿੱਲ ਵਾਪਸ ਲਿਆਂਦਾ। ਜਦ ਨੂੰ ਉਹ ਨਿਕ ਵੇਲਨ ਜਿਹੜੇ 2.5 ਮਹੀਨੇ ਥੱਲੇ ਸੀਗੇ ਉਹ ਉੱਪਰ ਚਲੇ ਗਏ, ਮੈਂ ਨਿੱਕ ਨੇ ਫਿਰ ਰਿਕੁਐਸਟ ਕੀਤੀ, ਮੈਂ ਕਿਹਾ ਦੇਖ ਹੁਣ ਤੂੰ ਉੱਪਰ ਬੈਠਾ, ਮੈਨੂੰ ਆਪਣਾ ਫਿਰ ਤੂੰ ਸਪੋਰਟ ਦੇ ਦੇ। ਉਹਨੇ ਫਿਰ ਮੈਨੂੰ ਸੈਕੰਡ ਟਾਈਮ ਸਪੋਰਟ ਦਿੱਤਾ ਤੇ ਫਿਰ ਬਿੱਲ ਜਿਹੜਾ ਸੀ ਉੱਪਰ ਚਲੇ ਗਿਆ। ਤੇ ਜਦੋਂ ਫਿਰ ਉਹ ਥਰਡ ਰੀਡਿੰਗ ਦਾ ਫਸਟ ਆਵਰ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਬੋਰਿਸ ਹੈਗੇ ਨੇ ਬਰਚੈਂਸਕੀ, ਉਹ ਨਾਲ ਮੇਰੇ ਬਹਿੰਦੇ, ਮੇਰੇ ਸੀਟਮੇਟ ਸੀ। ਮੈਂ ਬੋਰਿਸ ਨੂੰ ਕਿਹਾ, ਮੈਂ ਕਿਹਾ ਬੋਰਿਸ ਮੈਨੂੰ ਆਪਣਾ ਸਪੋਰਟ ਪਲੀ। ਉਹ ਪਹਿਲਾਂ ਥੋੜ੍ਹਾ ਜਿਹਾ ਰਿਲਕਟੈਂਟ ਸੀ ਵੀ ਮੇਰੇ ਬਿੱਲ ਨਹੀਂ ਪਾਸ ਹੋਣਾ, ਮੈਂ ਕਿਹਾ ਤੇਰਾ ਹੋ ਜਾਣਾ, ਫਿਕਰ ਨਾ ਕਰੋ, ਮੋਸ਼ਨ ਆ ਵੀ ਹਜੇ। ਫਿਰ ਉਹਨਾਂ ਨੇ ਮੈਨੂੰ ਆਪਣਾ ਸਪੋਰਟ ਦਿੱਤਾ, ਤਾਂ ਕਰਕੇ ਜਿਹੜਾ ਬਿੱਲ ਸੀ ਇੰਨੀ ਜਲਦੀ ਜਿਹੜਾ ਸੀ ਉਹ ਪਾਰਲੀਮੈਂਟ 'ਚੋਂ ਪਾਸ ਕਰਾ ਗਏ। ਨਹੀਂ ਤਾਂ ਅਦਰਵਾਈਜ਼ ਜੇ ਹੁਣ ਆਪਾਂ 2.5 ਮਹੀਨੇ 8 ਮਹੀਨੇ ਲਾਈਏ ਤਾਂ ਜੂਨ 'ਚ ਪਾਰਲੀਮੈਂਟ ਉਠਾਉਣੀ ਸੀ, ਫਿਰ ਉਹ ਪਾਸ ਨਹੀਂ ਸੀ, ਨਹੀਂ ਹੋਣਾ ਸੀ। ਸੋ ਇਹ ਚੀਜ਼ਾਂ ਨੂੰ ਲੈ ਕੇ ਫਿਰ ਇਸੇ ਤਰ੍ਹਾਂ ਜਿਹੜੀ ਸੀਗੀ ਜਨੈਨਮਸ ਸਪੋਰਟ ਕ੍ਰੀਏਟ ਕਰਨੀ, ਬਜਾਏ ਕਿ ਮੈਂ ਇਹਦੇ ਨਾਲ ਪੋਲਿਟਿਕਸ ਖੇਡਾਂ। ਜੀ ਬਿਲਕੁਲ ਰਾਈਟ, ਮੈਂ ਪੋਲਿਟਿਕਸ ਖੇਡਣੀ ਹੁੰਦੀ ਤਾਂ ਮੈਂ ਬਿੱਲ ਲਿਆਉਂਦਾ, ਦੂਜੇ ਸਪੋਰਟ ਕਰਦੇ ਨਾ ਕਰਦੇ, ਉਹ ਹੋ ਗਈ ਪੋਲਿਟਿਕਸ। ਠੀਕ ਹੈ, ਬਿੱਲ ਲਿਆਉਂਦਾ ਜੇ ਪਾਸ ਹੀ ਨਾ ਹੋਇਆ ਤਾਂ ਫਾਇਦਾ ਕੀ। ਸੋ ਮੇਰੀ ਜਿਹੜੀ ਮੇਨ ਖਾਹਿਸ਼ ਸੀ ਇਹਦੀ ਵੀ ਪਾਸ ਹੋਣਾ ਚਾਹੀਦਾ, ਔਰ ਪਰਮਾਤਮਾ ਦੀ ਕਿਰਪਾ ਨਾ ਔਰ ਲੋਕਾਂ ਦੀ ਸਪੋਰਟ ਨਾ। ਦੇਖੋ ਪਹਿਲੀ ਗੱਲ ਤਾਂ ਲੋਕਾਂ ਨੇ ਮੈਨੂੰ ਪ੍ਰਿਵਿਲੇਜ ਦਿੱਤੀ ਨਾ, ਕਮਿਊਨਿਟੀ ਨੇ ਮੈਨੂੰ ਭੇਜਿਆ, ਨਿਊਟਨ ਸਰੀ ਨਿਊਟਨ ਦੇ ਲੋਕਾਂ ਨੇ ਚੁੜ ਕੇ ਭੇਜਿਆ, ਉਹ ਹੋ ਗਈ। ਉਹ ਤੋਂ ਬਾਅਦ ਸਾਰੇ ਮੈਂਬਰ ਆਫ ਪਾਰਲੀਮੈਂਟ ਜੀ ਤੇ ਨਾਲ ਹੀ ਸਾਰੇ ਸੈਨੇਟਰਸ ਕਿਸੇ ਪਾਰਟੀ ਦੇ ਵੀ ਹੋਣ, ਉਹਨਾਂ ਦੀ ਸਪੋਰਟ, ਔਰ ਨਾਲ ਹੀ ਜਿਹੜੀ ਸੀਗੀ ਮੈਨੂੰ ਤੀਜੀ ਰੀਡਿੰਗ ਤੇ ਜਾ ਕੇ ਪ੍ਰਧਾਨ ਮੰਤਰੀ, ਸਾਡੇ ਹੈਰੀਟੇਜ ਮਿਨਿਸਟਰ ਤੇ ਸਮੂਹ ਕੈਬਨਿਟ ਦੀ ਸਪੋਰਟ ਵੀ ਹਾਸਲ ਹੋਈ। ਸੋ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਜਿਹੜਾ ਇੱਕ ਬਿੱਲ ਪਾਸ ਕਰਾਇਆ ਧਾਲੀਵਾਲ ਸਾਹਿਬ ਨੇ, ਬੜੀ ਮਿਹਨਤ ਕੀਤੀ ਹੈ ਇਸ ਬਿੱਲ 'ਤੇ, ਕਿਉਂਕਿ ਨਾਲ ਦੀ ਨਾਲ ਮੈਂ ਕਹਿੰਦਾ ਵੀ ਧਾਲੀਵਾਲ ਸਾਹਿਬ ਕਿਤੇ ਨਾ ਕਿਤੇ ਕਨੈਕਸ਼ਨਸ ਵੀ ਕੰਮ ਆਉਂਦੇ ਆ, ਜਿਨ੍ਹਾਂ ਨਾਲ ਤੁਹਾਡੀ ਅੱਛੀ ਬੋਲ ਚਾਲ ਆ, ਹੋਰ ਐਮ ਪੀਜ਼ ਦੇ ਨਾਲ ਤੁਸੀਂ ਉਹਨਾਂ ਦਾ ਸਪੋਰਟ ਲੈ ਕੇ, ਮੈਂ ਕਾਫੀ ਉਹਨਾਂ ਨੇ ਵੀ ਕਾਫੀ ਮਿਹਨਤ, ਮੈਂ ਕਹਿੰਦਾ ਹੈਲਪ ਕੀਤੀ ਤੁਹਾਡੀ, ਤੁਸੀਂ ਮਿਹਨਤ ਕੀਤੀ, ਉਹਨਾਂ ਨੇ ਨਾਲ ਦੀ ਨਾਲ ਹੈਲਪ ਕੀਤੀ, ਕਿਤੇ ਨਾ ਕਿਤੇ ਹੈਲਪ ਦੀ ਵੀ ਲੋੜ ਪੈਂਦੀ ਰਹਿੰਦੀ ਆ ਜਦੋਂ ਇੱਦਾਂ ਦੇ ਕੋਈ ਬਿੱਲਸ ਤਿਆਰ ਕਰਵਾਉਂਦੇ ਹੋ। ਹਮੇਸ਼ਾ ਇੰਸਪੀਰੇਸ਼ਨ ਦੀ ਵੀ ਲੋੜ ਆ ਜੀ, ਔਰ ਲੱਕੀ ਜੀ ਕੰਮ ਕਰਨ ਦਾ ਤਰੀਕਾ ਹੀ ਮੇਰਾ ਪਹਿਲਾਂ ਤੋਂ ਇਹ ਹੈ, ਬਿਲਕੁਲ, ਕਿਉਂਕਿ ਜੇ ਅਸੀਂ ਟੀਮ ਵਰਕ ਹੋ ਕੇ ਕੰਮ ਕਰਾਂਗੇ ਤਾਂ ਅਸੀਂ ਆਪਣੀ ਕਮਿਊਨਿਟੀ ਨੂੰ ਵੀ ਅੱਗੇ ਲਿਜਾ ਸਕਦੇ ਹਾਂ, ਆਪਣੇ ਪਰਿਵਾਰ ਨੂੰ ਵੀ ਅੱਗੇ ਲਿਜਾ ਸਕਦੇ, ਆਪਣੀ ਕੰਟਰੀ ਨੂੰ ਵੀ ਅੱਗੇ ਲਿਜਾ। ਕੀ ਬਾਤ ਹੈ। ਸੋ ਉਹ ਮੇਰੀ ਸੋਚ ਪਹਿਲੇ ਦਿਨ ਤੋਂ, ਠੀਕ ਹੈ, ਮੇਰੀ ਪੋਲੀਟਿਕਸ ਹੈਗੀ, ਮੈਂ ਲਿਬਰਲ ਪਾਰਟੀ ਨੇ 1986 ਤੋਂ ਜੁੜਿਆ ਹੋਇਆ, ਬਿਲਕੁਲ, ਉਹ ਮੇਰੀ ਆਪਣੀ ਕਨਵਿਕਸ਼ਨ ਹੈਗੀ ਲਿਬਰਲ ਪਾਰਟੀ ਦੀ। ਪਰ ਐਟ ਦੀ ਸੇਮ ਟਾਈਮ ਦੂਜੀਆਂ ਪਾਰਟੀਆਂ ਵਾਲੇ ਵੀ ਨੇ ਜਦੋਂ ਚੁਣ ਕੇ ਜਾਂਦੇ ਨੇ ਨੁਮਾਇੰਦੇ, ਉਹਨਾਂ ਦੇ ਨਾਲ ਰਾਬਤਾ ਪੈਦਾ ਕਰਨਾ, ਉਹਨਾਂ ਨਾਲ ਕੰਮ ਕਰਨਾ, ਕਿਉਂਕਿ ਅਸੀਂ ਸੋਸਾਇਟੀ ਨੂੰ ਅੱਗੇ ਲੈ ਕੇ ਜਾਣਾ। ਸੋ ਉਹਦੇ ਵਿੱਚ ਪਿਆਰ ਦੇ ਨਾਲ ਹੀ ਇਹ ਜਿਹੜਾ ਕੰਮ ਆ ਉਹ ਹੋ ਸਕਿਆ। ਔਰ ਆਪਣੇ ਵੀ ਜਿਹੜੇ ਸਾਡੇ ਵੀ ਲਿਬਰਲ ਦੇ ਮੈਂਬਰ ਆਫ ਪਾਰਲੀਮੈਂਟ ਸੀ, ਉਹਨਾਂ ਨੇ ਵੀ ਮੈਨੂੰ ਬੜੀ ਇੰਸਪੀਰੇਸ਼ਨ ਦਿੱਤੀ, ਬੜਾ ਹੌਸਲਾ ਦਿੱਤਾ ਸਾਰਿਆਂ ਨੇ। ਕਿਆ ਬਾਤ ਹੈ। ਤੇ ਉਹਦੇ ਵਿੱਚ ਸਾਰੇ ਆਪਣੇ ਸਿੱਖ ਮੈਂਬਰ ਸੀਗੇ, ਉਹਨਾਂ ਨੇ ਵੀ ਤੇ ਦੂਸਰੇ ਵੀ ਜਿਹੜੇ ਕਮਿਊਨਿਟੀ ਦੇ ਮੈਂਬਰ ਆ। ਕਿਆ ਬਾਤ ਹੈ। ਉਹ ਬੜੀ ਵੱਡੀ ਸਪੋਰਟ ਸੀ, ਬਹੁਤ ਵੱਡੀ ਸਪੋਰਟ। ਐਵੈਂਚੁਅਲੀ ਜਿਹੜਾ ਕ੍ਰੈਡਿਟ ਆ ਉਹ ਕਮਿਊਨਿਟੀ ਨਹੀਂ ਜਾਂਦਾ, ਪਰ ਸਰੀ ਨਿਊਟਨ ਦੇ ਲੋਕ ਜਿਨ੍ਹਾਂ ਨੇ ਮੈਨੂੰ ਚੁਣ ਕੇ ਭੇਜਿਆ, ਜੇ ਉਹ ਮੈਨੂੰ ਚੁਣ ਕੇ ਨਾ ਭੇਜਦੇ ਤੇ ਕਦੇ ਵੀ ਨਹੀਂ ਸੀ ਆਉਣਾ। ਹਾਂਜੀ, ਇੰਪੋਸੀਬਲ। ਪਰ ਇਹ ਹੈਗਾ ਕਿ ਹੁਣ ਇੱਕ ਹਿਸਟਰੀ ਬਣ ਗਈ ਹੈ, ਬਣ ਗਈ ਜੀ, ਜਿਹੜੀ ਦੁਨੀਆ ਦੇ ਵਿੱਚ ਪਹਿਲੀ ਕੰਟਰੀ ਹੈਗੀ ਆ ਜਿਹਦੇ ਵਿੱਚ ਇਹ ਬਿੱਲ ਪਾਸ ਹੋਇਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ, ਹੁਣ ਮੈਂ ਜਾਣਾ ਜੰਗ ਬੱਚੇ ਦੇਖਦੇ ਆ, ਸਾਈਮਨ ਫਰੇਜ਼ਰ ਯੂਨੀਵਰਸਿਟੀ ਤੇ UBC ਨੇ ਬੱਚਿਆਂ ਨੇ ਪ੍ਰੋਗਰਾਮ ਕੀਤਾ ਸੀ ਸਿੱਖ ਹੈਰੀਟੇਜ ਮੰਥ ਤੇ, ਬੜੇ ਇੰਸਪਾਇਰਡ ਸੀ। ਹੁਣ ਜਿੱਥੇ ਵੀ ਪ੍ਰੋਗਰਾਮ ਮੈਂ ਜਾਣਾ, ਖਾਸ ਕਰਕੇ ਇੱਥੇ ਦੇ ਬੱਚੇ ਜਿਹੜੇ ਬੋਰਨ ਹੋਏ ਆ ਨਾ, ਉਹ ਵੀ ਇਸ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਆ। ਇਹ ਜਿਹੜੀ ਮੋਹਰ ਲੱਗੀ ਆ ਇਹਦੇ ਨਾਲ ਜਿਹੜੀਆਂ ਸਾਡੀਆਂ ਇੱਕ ਤਾਂ ਕੰਟਰੀਬਿਊਸ਼ਨ ਹੋ ਗਈਆਂ ਜਿਹੜੀਆਂ, ਉਹਨੂੰ ਰੈਕੋਗਨਾਈਜ਼ ਹੋ ਗਿਆ, ਔਰ ਦੂਸਰਾ ਕਮਿਊਨਿਟੀ ਜਿਹੜੀ ਅਵੇਅਰਨੈਸ ਆ ਗਈ ਕੈਨੇਡਾ 'ਚ। ਬਿਲਕੁਲ ਸਹੀ ਗੱਲ ਹੈ ਜੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਤਿਹਾਸਿਕ ਗੱਲ ਹੋ ਗਈ ਨਾ ਬਹੁਤ ਵੱਡੀ, ਤੁਹਾਡਾ ਵੀ ਨਾਲ ਨਾ ਜੁੜ ਗਿਆ, ਤੁਸੀਂ ਉੱਥੇ ਬਿੱਲ ਪਾਸ ਕਰਾਇਆ, ਓਬਵੀਅਸਲੀ ਹਮੇਸ਼ਾ ਹੀ ਉਹ ਰਹਿਣਾ ਨਾਲ ਦੀ ਨਾਲ, ਕਿਉਂਕਿ ਤੁਸੀਂ ਕੰਮ ਕਰਕੇ ਦਿਖਾਇਆ। ਸੋ ਜਿੰਨੇ ਵੀ ਲੋਕ ਆ ਪਬਲਿਕ ਤੁਹਾਨੂੰ ਕੰਮ ਕਰਨ ਲਈ ਉੱਥੇ ਭੇਜਦੀ ਆ, ਪਰ ਤੁਸੀਂ ਹਮੇਸ਼ਾ ਹੀ ਕਰਦੇ ਰਹੇ ਹੋ ਕੰਮ ਕਮਿਊਨਿਟੀ ਲਈ। ਪਰ ਜਿਹੜਾ ਆਹ ਤੁਸੀਂ, ਮੈਂ ਕਹਿੰਦਾ ਵੀ ਬਹੁਤ ਵੱਡਾ ਕੰਮ ਕੀਤਾ, ਕਿਉਂਕਿ ਸਿੱਖ ਕਮਿਊਨਿਟੀ ਲਈ ਖਾਸ ਕਰਕੇ ਜਦੋਂ ਵੀ ਅਪ੍ਰੈਲ ਦਾ ਮੰਥ ਆਏਗਾ, ਸੋ ਹੈਰੀਟੇਜ ਸਿੱਖਾਂ ਲਈ ਉਹ ਬਣ ਗਿਆ ਇੱਕ ਮਹੀਨਾ। ਸੋ ਆਉਣ ਵਾਲੇ ਬੱਚਿਆਂ ਨੂੰ ਵੀ
ਕਿ ਹੈਰੀਟੇਜ ਮੰਥ ਆ ਔਰ ਸਿੱਖਾਂ ਲਈ ਆ ਔਰ ਇਹ ਤੁਹਾਡੇ ਲਈ ਇੱਕ ਲੋਅ ਬਣ ਗਿਆ ਸੋ ਇਹ ਬਹੁਤ ਵੱਡੀ ਤੁਸੀਂ ਵਧਾਈ ਦੇ ਹੱਕਦਾਰ ਹੋ ਮੈਂ ਆਪ ਬਹੁਤ ਇੰਪਰੈਸ ਹਾਂ ਜੀ ਇਸ ਗੱਲ ਤੋਂ ਕਿਉਂਕਿ ਤੁਸੀਂ ਇਹ ਸੋਚਿਆ ਨਾ ਮੈਂ ਹਮੇਸ਼ਾ ਹੀ ਸੋਚਦਾ ਨਾ ਮੈਂ ਹਮੇਸ਼ਾ ਗੋਲਡੀ ਸਾਹਿਬ ਨਾਲ ਵੀ ਗੱਲ ਕਰਦਾ ਕਿ ਕਦੋਂ ਨਾ ਕਦੋਂ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਇਆ ਮੈਂ ਕਿਹਾ ਵੀ ਲਿਆ ਕੇ ਧਾਲੀਵਾਲ ਸਾਹਿਬ ਨੂੰ ਇੰਟਰਵਿਊ ਕਰਨੀ ਆ ਤੁਸੀਂ ਅੱਜ ਆਏ ਹੋ ਪਹਿਲੀ ਵਾਰੀ ਆਏ ਹੋ ਸਟੂਡੀਓ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਿਉਂਕਿ ਤੁਸੀਂ ਬੜੇ ਬਿਜ਼ੀ ਰਹਿੰਦੇ ਹੋ ਔਰ ਨਾਲ ਦੀ ਨਾਲ ਮੇਰਾ ਆਪਣਾ ਵੀ ਕੁਐਸਚਨ ਆ ਅਤੇ ਦਰਸ਼ਕਾਂ ਦਾ ਵੀ ਕੁਐਸਚਨ ਕਿਵੇਂ ਟਾਈਮ ਕੱਢਦੇ ਹੋ ਤੁਸੀਂ ਵੀਕਐਂਡ 'ਤੇ ਪਹਿਲਾਂ ਤੁਹਾਨੂੰ ਉੱਧਰ ਵੀ ਜਾਣਾ ਪੈਂਦਾ ਪੂਰੀਆਂ ਪੂਰਾ ਟਾਈਮ ਦੇਣਾ ਪੈਂਦਾ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਅਤੇ ਨਾਲ ਦੀ ਨਾਲ ਤੁਸੀਂ ਪਬਲਿਕ ਦੇ ਨਾਲ ਵੀ ਬੜਾ ਆਪਣਾ ਕਨੈਕਸ਼ਨ ਰੱਖਦੇ ਹੋ ਕੰਟੈਕਟ ਰੱਖਦੇ ਹੋ ਫੋਨ ਕਰਦੇ ਹੋ ਤੁਸੀਂ ਫੋਨ ਵੀ ਅਟੈਂਡ ਕਰ ਲੈਣਾ ਮੈਸੇਜ ਕਰਦਾ ਉਹਦਾ ਵੀ ਤੁਸੀਂ ਜਵਾਬ ਦਿੰਦੇ ਹੋ ਫਿਰ ਨਾਲ ਦੀ ਨਾਲ ਕੋਈ ਫੰਕਸ਼ਨ ਆ ਉੱਥੇ ਵੀ ਵੀਕਐਂਡ 'ਤੇ ਸਾਰੇ ਫੰਕਸ਼ਨ ਅਟੈਂਡ ਕਰਦੇ ਹੋ ਇੰਨਾ ਟਾਈਮ ਕਿਵੇਂ ਕੱਢਦੇ ਹੋ ਫੈਮਿਲੀ ਲਈ ਵੀ ਟਾਈਮ ਬਚਾਉਂਦੇ ਹੋ ਕਿ ਨਹੀਂ ਦੇਖੋ ਜਿਹੜੇ ਫੈਮਿਲੀ ਲਈ ਪਹਿਲਾਂ ਸਾਨੂੰ ਪਹਿਲਾਂ ਫੈਮਿਲੀ ਦੀ ਗੱਲ ਕਰਦੇ ਹਾਂ ਜੀ ਉਹਦੇ 'ਚ ਮੇਰੇ ਪੇਰੈਂਟਸ ਸੀਗੇ ਉਹਨਾਂ ਦੀ ਬੜੀ ਵੱਡੀ ਦੇਣ ਸੀ ਮੇਰੇ ਬੱਚਿਆਂ ਲਈ ਤਿੰਨ ਬੱਚੇ ਆ ਮੇਰੇ ਅਤੇ ਔਰ ਮੇਰੀ ਵਾਈਫ ਦਾ ਉਹਨਾਂ ਦਾ ਮੈਂ ਇੱਕੋ ਹੀ ਕਿਹਾ ਸੀ ਵੀ ਤੁਹਾਡਾ ਫੋਕਸ ਜਿਹੜਾ ਹੈਗਾ ਕਿਉਂਕਿ ਸਾਡੀ ਜਦੋਂ ਕੰਟਰੀ ਕੈਨੇਡਾ ਨੂੰ ਦੇਖਦੇ ਹਾਂ ਜਾਂ ਇਹ ਸੁਸਾਇਟੀ ਨੂੰ ਦੇਖਦੇ ਹਾਂ ਚਾਹੇ ਉਹ ਅੱਜ ਮੈਂ ਬਿਜ਼ਨਸ ਆਪਣੇ ਪ੍ਰੋਫੈਸ਼ਨਲ ਬਿਜ਼ਨਸ ਦੀ ਗੱਲ ਕਰ ਲਵਾਂ ਚਾਹੇ ਮੇਰੇ ਪਰਿਵਾਰ ਦੀ ਗੱਲ ਕਰ ਲਵਾਂ ਚਾਹੇ ਮੇਰੀ ਪੋਲੀਟੀਕਲ ਲਾਈਫ ਦੀ ਗੱਲ ਕਰ ਲਵਾਂ ਮੇਰਾ ਕਮਿਊਨਿਟੀ ਨੇ ਬਹੁਤ ਸਾਥ ਦਿੱਤਾ ਮੈਂ ਇਹ ਕਹਿ ਸਕਦਾ ਵੀ ਕੋਈ ਵੀ ਹੋਰ ਮੈਂਬਰ ਪਾਰਲੀਮੈਂਟ ਨਹੀਂ ਗਾ ਪੋਲੀਟੀਸ਼ੀਅਨ ਨਹੀਂ ਜਿੰਨਾ ਕਮਿਊਨਿਟੀ ਨੇ ਸਾਥ ਮੇਰਾ ਦਿੱਤਾ ਕਿਸੇ ਦਾ ਹੋਰ ਦਿੱਤਾ ਉਹ ਜੋ ਪਿਆਰ ਮੈਨੂੰ ਜਿੰਨਾ ਦਿੱਤਾ ਕਿਸੇ ਨੂੰ ਹੋਰ ਦਿੱਤਾ ਜਦੋਂ ਉਹ ਮੈਨੂੰ ਪਿਆਰ ਮਿਲਿਆ ਸੋ ਮੈਂ ਵੀ ਚਾਹੁੰਦਾ ਕਿ ਮੈਂ ਆਪਣੇ ਸੱਚੇ ਦਿਲ ਨਾਲ ਜਿੰਨੀ ਵੀ ਜਿਹੜੀ ਇਸ ਸੁਸਾਇਟੀ ਨੂੰ ਬੈਕ ਦੇ ਸਕਾਂ ਉਹ ਦੇਵਾਂ ਉਹਦੇ 'ਚ ਮੇਰੀ ਵਾਈਫ ਦਾ ਬਹੁਤ ਵੱਡਾ ਰੋਲ ਹੈਗਾ ਬੱਚਿਆਂ ਨੂੰ ਔਰ ਫੈਮਿਲੀ ਨੂੰ ਔਰ ਤੁਸੀਂ ਗੱਲ ਕੀਤੀ ਵੀ ਹੁਣ ਐਕਸੈਸੀਬਿਲਟੀ ਬਹੁਤ ਜ਼ਰੂਰੀ ਆ ਦੇਖੋ ਨਾ ਜੇ ਹੁਣ ਸਾਨੂੰ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਵਾ ਉਹ ਲੋਕਾਂ ਦੀ ਜਾਨ ਦਾ ਖੂਨ ਹੋਇਆ ਕਰਦਾ ਠੀਕ ਹੈ ਨਾ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀਆਂ ਭਾਵਨਾਵਾਂ 'ਤੇ ਪੂਰੇ ਉਤਰੀਏ ਬਿਲਕੁਲ ਠੀਕ ਹੈ ਨਾ ਇੱਕ ਸਧਾਰਨ ਬੰਦਾ ਜਿਹੜਾ ਵਾ ਉਹ ਮੇਰੇ ਥਾਂ ਅਪਰੋਚ ਰੱਖ ਸਕਦਾ ਹੋਵੇ ਮਿਲ ਸਕਦਾ ਹੋਵੇ ਮੈਨੂੰ ਐਗਜੈਕਟ ਟੈਲੀਫੋਨ ਕਰ ਸਕਦਾ ਔਰ ਮੈਨੂੰ ਆਪਣੇ ਘਰੇ ਸੱਦ ਸਕਦਾ ਹੋਵੇ ਇਹ ਮੇਰੀ ਪਹਿਲੇ ਦਿਨ ਤੋਂ ਰਹੀ ਆ ਕਿਉਂ ਇਹ ਲੋਕ ਸੋਚਦੇ ਨੇ ਇਕੱਲਾ ਪਾਰਲੀਮੈਂਟ ਮੈਂਬਰ ਇਹ ਨਹੀਂ ਵੀ ਔੜਵਾ ਜਾ ਕੇ ਕੰਮ ਕੀਤਾ ਅਤੇ ਉਹੀ ਹੈ ਨਹੀਂ ਸਾਨੂੰ ਇੱਥੇ ਲੋਕਾਂ ਦੇ ਵਿੱਚ ਵੀ ਵਿਚਰਨਾ ਪੈਣਾ ਔਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਣਾ ਪੈਣਾ ਜੀ ਬਿਲਕੁਲ ਔਰ ਔੜਵਾ ਦੇ ਵਿੱਚ ਉਨਾ ਕੰਮ ਤਾਂ ਕਰਨਾ ਹੀ ਪੈਂਦਾ ਲੱਗੀ ਜੀ ਜੇ ਤੁਸੀਂ ਕਹੋ ਕਿ ਹਰੇਕ ਮੈਂਬਰ ਆਫ ਪਾਰਲੀਮੈਂਟ ਜਿਹੜਾ ਜੀ ਉਹਦੀ ਇੱਕੋ ਜਿਹੀਆਂ ਹਾਊਸ ਡਿਊਟੀਜ਼ ਨੇ ਉਹਨੂੰ ਠੀਕ ਹੈ ਜੀ ਇੱਕੋ ਜਿਹਾ ਉਹਨੂੰ ਕਮੇਟੀ ਵਰਕ ਦਿੱਤਾ ਹੈ ਸਾਰਿਆਂ ਨੂੰ ਹੁਣ ਮੈਂ ਇੰਟਰਨੈਸ਼ਨਲ ਟ੍ਰੇਡ ਕਮੇਟੀ 'ਤੇ ਬੈਠਦਾ ਜੀ ਉਹਦੇ ਵਿੱਚ ਸਾਨੂੰ ਬਹੁਤ ਮੇਰੀ ਲੰਮੀ ਟਰੈਵਲਿੰਗ ਵੀ ਹੋ ਜਾਂਦੀ ਕਿਉਂਕਿ ਕਿੰਨੇ ਜਿਹੜੇ ਨੇ ਟ੍ਰੇਡ ਐਗਰੀਮੈਂਟ ਸਾਈਨ ਹੋਇਆ ਦੂਜੇ ਦੇਸ਼ਾਂ ਦੇ ਨਾਲ ਚਾਹੇ ਉਹ ਨੈਫਟਾ ਦੀ ਗੱਲ ਯੂ ਐੱਸ ਨਾਲ ਕਰ ਲਈਏ ਚਾਹੇ ਸੀ ਪੀ ਟੀ ਪੀ ਪੀ ਨੇਸ਼ਨ ਨਾਲ ਗੱਲ ਕਰ ਲਈਏ ਚਾਹੇ ਸੀਟਾ ਯੂਰਪੀਅਨ ਨੇਸ਼ਨ ਦੇ ਨਾਲ ਯੂਕਰੇਨ ਜਦੋਂ ਇਹ ਦੇਖਦੇ ਹਾਂ ਉਹ ਟਰੈਵਲ ਵੀ ਮੈਨੂੰ ਕਰਨਾ ਪੈਂਦਾ ਔਟਵਾ ਜਿਹੜੀਆਂ ਬਣਦੀਆਂ ਐਮ ਪੀ ਦੀਆਂ ਡਿਊਟੀਜ਼ ਉਹ ਵੀ ਕਰਨੀਆਂ ਪੈਂਦੀਆਂ ਫਿਰ ਜਿਹੜਾ ਕਮਿਊਨਿਟੀ ਦਾ ਕੰਮ ਆ ਉਹ ਵੀ ਕਰਨਾ ਵਾਪਸ ਆ ਕੇ ਹਾਂ ਪਰ ਲੋਕ ਪਿਆਰ ਬਹੁਤ ਦਿੰਦੇ ਕਿਉਂਕਿ ਦੇਖੋ ਲੋਕਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਅੰਗ ਬਣਾਇਆ ਇਹ ਚੀਜ਼ ਮੈਨੂੰ ਇੰਸਪੀਰੇਸ਼ਨ ਦਿੰਦੀ ਹਰ ਰੋਜ਼ ਮੈਨੂੰ ਹੌਸਲਾ ਦਿੰਦੀ ਔਰ ਮੈਨੂੰ ਇਹ ਹਰ ਰੋਜ਼ ਜਿਹੜੀ ਆ ਉਹ ਐਨਰਜੀ ਦਿੰਦੀ ਆ ਜਿਹੜੀ ਐਨਰਜੀ ਦੇ ਨਾਲ ਮੈਂ ਜਿਹੜੇ ਤੁਹਾਡੇ ਦਰਸ਼ਕ ਵੀ ਉਹ 'ਚ ਬਹੁਤ ਸਾਰੇ ਹੈਗੇ ਨੇ ਔਰ ਲੋਕਾਂ ਦੀ ਸੇਵਾ ਜਿਹੜੀ ਆ ਕੈਨੇਡੀਅਨਸ ਦੀ ਸੱਚੇ ਦਿਲੋਂ ਕਰ ਸਕਦਾ ਧਾਲੀਵਾਲ ਸਾਹਿਬ ਸਾਡੀਆਂ ਵੀ ਹਮੇਸ਼ਾ ਬੈਸਟ ਵਿਸ਼ਿਜ਼ ਔਰ ਦੁਆਵਾਂ ਤੁਹਾਡੇ ਨਾਲ ਨੇ ਇਸੇ ਤਰ੍ਹਾਂ ਕੰਮ ਕਰਦੇ ਰਹੋ ਕਮਿਊਨਿਟੀ ਲਈ ਕਮਿਊਨਿਟੀ ਨੂੰ ਲੋੜ ਆ ਇਹਨਾਂ ਸਾਰੇ ਤੁਸੀਂ ਜਿੰਨੇ ਵੀ ਮੁੱਦੇ ਲੈ ਕੇ ਆਉਂਦੇ ਰਹਿੰਦੇ ਹੋ ਬਿੱਲ ਪਾਸ ਕਰਾਉਂਦੇ ਹੋ ਜਾਂ ਹੋਰ ਵੀ ਤੁਸੀਂ ਕਮਿਊਨਿਟੀ ਨਾਲ ਰਲ ਕੇ ਕੰਮ ਕਰਦੇ ਰਹਿੰਦੇ ਹੋ ਬੜਾ ਮਾਣ ਆ ਸਾਨੂੰ ਤੁਹਾਡੇ 'ਤੇ ਔਰ ਇਸੇ ਤਰ੍ਹਾਂ ਤੁਸੀਂ ਕੰਮ ਕਰਦੇ ਰਹੋ ਅੱਛਾ ਨਾਲ ਦੀ ਨਾਲ ਆਪਾਂ ਗੱਲ ਕਰਨੀ ਆ ਸਪੋਰਟਸ ਦੀ ਕਿਉਂਕਿ ਸਪੋਰਟਸ ਨਾਲ ਵੀ ਤੁਹਾਡਾ ਚੈਨਲ ਵੀ ਸਪੋਰਟਸ ਦਾ ਬਿਲਕੁਲ ਜੀ ਆਪਣਾ ਚੈਨਲ ਸਪੋਰਟਸ 'ਤੇ ਆ ਖਾਸ ਕਰਕੇ ਸਪੋਰਟਸ ਦੇ ਹੀ ਜ਼ਿਆਦਾ ਦਰਸ਼ਕ ਸਾਡੇ ਨਾਲ ਜੁੜੇ ਹੁੰਦੇ ਆ ਕਬੱਡੀ ਲਈ ਮੈਂ ਦੇ ਰਿਹਾ ਥੈਂਕ ਯੂ ਪਾਕਿਸਤਾਨ ਵੀ ਟੂਰਨਾਮੈਂਟ ਕਰਾ ਕੇ ਆਏ ਹੋ ਜੀ ਬਿਲਕੁਲ ਜੀ ਨਨਕਾਣਾ ਸਾਹਿਬ ਆਪਾਂ ਸੈਕੰਡ ਕੱਪ ਕਰਾਇਆ ਸੀ ਜੀ ਆਲਵੇਜ਼ ਉੱਥੇ ਬੜਾ ਪਿਆਰ ਦਿੰਦੇ ਨੇ ਜੀ ਪਾਕਿਸਤਾਨ ਜਦੋਂ ਵੀ ਜਾਈਏ ਉਹ ਕਹਿੰਦੇ ਸਰਦਾਰ ਜੀ ਆਏ ਜੀ ਬੜਾ ਪਿਆਰ ਮਿਲਦਾ ਜੀ ਬਹੁਤ ਜ਼ਿਆਦਾ ਮਿਲਿਆ ਜੀ ਜ਼ਰੂਰ ਨਨਕਾਣਾ ਸਾਹਿਬ ਪੰਜਾ ਸਾਹਿਬ ਜਾ ਤੁਸੀਂ ਜਾ ਕੇ ਆਏ ਹੋ ਜਾ ਕੇ ਸੀ ਮੈਂ 2011 ਦੇ ਵਿੱਚ ਗਿਆ ਸੀ ਕਿਆ ਬਾਤ ਹੈ ਹੁਣ ਫਿਰ ਤੁਹਾਨੂੰ ਲੈ ਕੇ ਆਏ ਅਗਲੇ ਸਾਲ ਪਿਆਰ ਦਿੱਤਾ ਫਿਰ ਕਿਆ ਬਾਤ ਹੈ ਜਦੋਂ ਦਾ ਤੁਹਾਡੇ ਕੋਲ ਟਾਈਮ ਹੋਇਆ ਅੱਛਾ ਤਾਲੀਵਾਲ ਸਾਹਿਬ ਸਪੋਰਟਸ 'ਤੇ ਗੱਲ ਕਰਨੀ ਆ ਸਪੋਰਟਸ ਤੋਂ ਭਾਵ ਕਬੱਡੀ ਰੈਸਲਿੰਗ ਹੋਰ ਜਿੰਨੀਆਂ ਵੀ ਸਪੋਰਟਸ ਤੁਹਾਡੇ ਹਾਕੀ ਕ੍ਰਿਕਟ ਹੋਈ ਕ੍ਰਿਕਟ ਵੀ ਬਹੁਤ ਹੁੰਦੀ ਹੈ ਅੱਜ ਕੱਲ੍ਹ ਸਰੀ ਦੇ ਵਿੱਚ ਖਾਸ ਕਰਕੇ ਤੁਹਾਡੇ ਉੱਥੇ ਨਿਊਟਨ 'ਚ ਵੀ ਬੜੀਆਂ ਗਰਾਊਂਡਾਂ ਬਣੀਆਂ ਸੋਕਰ ਵੀ ਬੜੀ ਹੋ ਰਹੀ ਆ ਉਹ ਸੇਮ ਨਿਊਟਨ ਦੇ ਵਿੱਚ ਹੀ ਗਰਾਊਂਡਸ ਉਹ ਵੀ ਬਣੀਆਂ ਹੋਈਆਂ ਤੁਹਾਡੀ ਕੌਨਸਟੀਟਿਊਸ਼ਨ ਦੇ ਵਿੱਚ ਅੱਛਾ ਕਬੱਡੀ ਦੇ ਵਿੱਚ ਇੱਕ ਬੜਾ ਅਹਿਮ ਫੈਸਲਾ ਇਸ ਸਾਲ ਲਿਆ ਗਿਆ ਆ ਤੁਸੀਂ ਤੁਹਾਡੇ ਕੋਲ ਵੀ ਖਬਰਾਂ ਪਹੁੰਚਦੀਆਂ ਰਹੀਆਂ ਹੋਣੀਆਂ ਕਿ ਕਬੱਡੀ ਟੋਰਾਂਟੋ ਦੇ ਵਿੱਚ ਵੀ ਉਹਨਾਂ ਫੈਡਰੇਸ਼ਨ ਨੇ ਕਿਹਾ ਕਿ ਅਸੀਂ ਨਹੀਂ ਕਰਾ ਰਹੇ ਕੁਝ ਕਾਰਨਾਂ ਦਾ ਕਰਕੇ ਵੈਨਕੂਵਰ ਦੇ ਵਿੱਚ ਵੀ ਕੁਛ ਇਹੋ ਜਿਹੀਆਂ ਨਿਊਜ਼ ਆ ਰਹੀਆਂ ਇੰਡੀਆ ਦੇ ਵਿੱਚ ਵੀ ਡਰੱਗ ਟੈਸਟ ਹੋਏ ਸੀਗੇ ਅਤੇ ਸਟੂਡੈਂਟ ਟੈਸਟ ਵੀ ਕਿਹਾ ਉਹਨਾਂ ਨੇ ਕਿ ਕਰਾਉਣੇ ਚਾਹੀਦੇ ਨੇ ਤਾਂ ਹੀ ਇੱਥੇ
ਉਹਨਾਂ ਨੇ ਉਹਨਾਂ ਨਾਲ ਜੋ ਸਿਸਟਮ ਬਣਾਉਣਾ ਸੀ, ਕਿਉਂਕਿ ਈਵਨ ਸੈਨੀ ਪਵਾਰ ਉਦੋਂ ਮੇਰੇ ਉਲਟ ਵੀ ਇਲੈਕਸ਼ਨ ਲੜੇ, ਪਰ ਮੈਂ ਉਹਨੂੰ ਪਾਸੇ ਰੱਖ ਕੇ ਉਹਨਾਂ ਤੇ ਛੱਡਤਾ, ਕੋਈ ਇਹਦੇ ਵਿੱਚ ਮੈਂ ਪੋਲੀਟਿਕਸ ਨਹੀਂ ਖੇਡੀ। ਉਦੋਂ ਬਾਅਦ ਜੋ ਕੰਮ ਚੱਲਦਾ ਰਿਹਾ, ਹੁਣ ਜਦੋਂ ਮੈਂ 2015 ਚ ਇਲੈਕਟ ਹੋਇਆ ਤੇ ਉਦੋਂ ਫਿਰ ਇਹ ਜਿਹੜਾ ਸੀ ਕਬੱਡੀ ਦਾ ਇਸ਼ੂ ਸਾਹਮਣੇ ਆਇਆ। ਜੀ ਆਇਆ, ਠੀਕ ਹੈ। ਤੁਸੀਂ ਡਰਗ ਟੈਸਟ ਦੀ ਗੱਲ ਕੀਤੀ, ਮੈਂ ਇਹਦਾ ਪੂਰਾ ਹਾਮੀ ਹਾਂ, ਕਿਉਂਕਿ ਇਹਦੇ ਵਿੱਚ ਦੂਜੇ ਮੈਂਬਰ ਆਫ ਪਾਰਲੀਮੈਂਟ ਨੂੰ ਪੁੱਛ ਲਓ, ਮਿਨਿਸਟਰ ਨੂੰ ਪੁੱਛ ਲਓ, ਮਿਨਿਸਟਰ ਦੇ ਸਟਾਫ ਨੂੰ ਪੁੱਛ ਲਓ। ਮੈਂ ਇੱਕੋ ਹੀ ਗੱਲ ਕਹੀ ਸੀ ਵੀ ਜੇ ਅਸੀਂ ਪਲੇਅਰ ਲੈ ਕੇ ਆਉਣੇ ਆ, ਉਹ ਸਾਡੀ ਮਾਂ ਖੇਡ ਆ, ਸਾਨੂੰ ਚਾਹੀਦਾ ਅਸੀਂ ਮਾਂ ਖੇਡ ਨੂੰ ਪ੍ਰਮੋਟ ਕਰੀਏ। ਬਿਲਕੁਲ। ਪਰ ਜੇ ਅਸੀਂ ਇੱਥੇ ਜੰਮੇ ਬੱਚਿਆਂ ਨੂੰ ਇੰਸਪਾਇਰ ਕਰਨਾ ਜਾਂ ਉਹਨਾਂ ਨੂੰ ਮੌਕਾ ਦੇਣਾ ਕੰਪੀਟ ਕਰਨ ਦਾ, ਤਾਂ ਸਾਨੂੰ ਜਿਹੜੇ ਡਰੱਗ ਵਾਲੇ ਆ, ਡਰੱਗ ਦੇ ਟੀਕੇ ਲਾ ਕੇ ਜਿਹੜੇ ਖੇਡਦੇ ਨੇ ਕਬੱਡੀ, ਉਹਨਾਂ ਨੂੰ ਸਾਨੂੰ ਬੰਦ ਕਰਨਾ ਚਾਹੀਦਾ। ਮੈਂ ਕਿਹਾ ਸੀ ਵੀ ਮੈਂ ਤਾਂ ਸਪੋਰਟ ਕਰ ਸਕਦਾ ਇਸ ਦੀ ਜੇਕਰ ਉੱਥੇ ਡਰੱਗ ਟੈਸਟ ਹੋਵੇ ਜੀ, ਔਰ ਜਿਹੜੇ ਉਹ ਚੋਂ ਪਾਸ ਹੋਣ ਔਰ ਤਾਂ ਇੱਥੇ ਆਉਣ। ਔਰ ਦੂਸਰਾ ਇਹ ਸੀ ਵੀ ਇੱਕ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਬਣੇ, ਇਹ ਨਹੀਂ ਵੀ ਇੱਕ ਇੱਥੇ ਵੈਨਕੂਵਰ ਵਾਲੇ ਟੋਰਾਂਟੋ ਵਾਲੇ ਉਹ ਫੈਸਲਾ ਕਰਨ। ਨਹੀਂ ਜੀ, ਇੰਡੀਪੈਂਡੈਂਟ ਮਿਨਿਸਟਰ ਜਿਹੜਾ ਵਾ ਉਹ 5 ਮੈਂਬਰੀ 3 ਮੈਂਬਰੀ ਕਮੇਟੀ ਬਣਾਵੇ, ਜਿਹਦੇ ਵਿੱਚ ਉਹ ਜਦੋਂ ਲਿਸਟਾਂ ਦਿੰਦੇ ਨੇ ਤਾਂ ਉਹ ਲਿਸਟਾਂ ਨੂੰ ਦੇਖਣ ਬਈ ਇਹ ਜਿਹੜੀਆਂ ਲਿਸਟਾਂ ਨੇ ਜਿਹੜੇ ਪਲੇਅਰ ਆ ਰਹੇ ਆ ਵਾਕਿਆ ਪਲੇਅਰ ਨੇ ਜੀ, ਇਹ ਤਾਂ ਨੀ ਕੋਈ ਭੂਆ ਭਤੀਜਾਬਾਜ਼ ਜਾਂ ਕਬੂਤਰਬਾਜ਼ੀ ਤਾਂ ਨੀ ਕੋਈ ਹੈਗੀ। ਜੇ ਉਹ ਹੈਗੇ ਨੇ ਵਧੀਆ ਪਲੇਅਰ ਸੱਦ ਕੇ ਆ ਰਹੇ ਤਾਂ ਉਹਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ, ਮੈਂ ਕਿਹਾ ਮੈਂ ਬਿਲਕੁਲ ਹੱਕ ਚ ਹਾਂ। ਔਰ ਜੇ ਪਲੇਅਰ ਨਹੀਂ ਮੁੜਦਾ ਜਿਹੜੇ ਕਲੱਬ ਦਾ, ਅਗਲੀ ਵਾਰ ਤੋਂ ਕਲੱਬ ਨੂੰ ਫਾਈਨ ਜਾਂ ਉਹਨੂੰ ਪਲੇਅਰ ਕਟਾ ਦਿਓ, ਨਾ ਦਿਓ ਜੀ, ਬੰਦ ਕਰਨ ਤਾਂ ਮੈਂ ਤਾਂ ਇਹ ਸੀ ਵੀ ਉਦੋਂ ਬਾਅਦ ਇਹਨਾਂ ਨੇ ਘੱਟ ਗਿਆ ਕਰਨ ਦੋ। ਮੈਂ ਕਿਹਾ ਸੀ ਉਹਨੂੰ ਬੰਦ ਕਰੋ ਤਾਂ ਕਿ ਇੱਕ ਵਾਰ ਸਾਨੂੰ ਚਾਹੀਦਾ ਕਿ ਅਸੀਂ ਇਹਨੂੰ ਪੀਨਲਾਈਜ਼, ਜਦੋਂ ਇੱਕ ਵਾਰ ਕਰ ਦਿੱਤਾ ਤਾਂ ਇਹ ਆਪੇ ਸਿਸਟਮ ਜਿਹੜਾ ਹੈਗਾ ਸਮੇਂ ਵਿੱਚ ਸਾਫ਼ ਹੋ ਜੂ ਜੀ। ਸੋ ਇਹ ਉਦੋਂ ਕੀਤਾ ਔਰ ਉਹਦੇ ਵਿੱਚ ਮੈਂ ਜਿਹੜਾ ਸੀ ਉਦੋਂ ਕਾਮਯਾਬ ਨਹੀਂ ਹੋਇਆ। ਉਹਨਾਂ ਨੇ ਮਤਲਬ ਕਿ ਇਹਦੇ ਤੇ ਕੁਛ ਬਹੁਤਾ ਸੋਚਿਆ ਨਹੀਂ, ਦੇਖੋ ਕਿ ਦੇਖੋ ਤੁਸੀਂ ਫਿਰ ਆਪ ਛੱਡਤਾ ਇੱਧਰੋਂ। ਮੈਂ ਸੋਚਿਆ ਵੀ ਮੈਂ ਇਸ ਤੋਂ ਮੈਨੂੰ ਮੈਂ ਫਰਸਟ੍ਰੇਸ਼ਨ ਤੋਂ ਪਾਸੇ ਰਹਿਣਾ ਚਾਹੁੰਦਾ ਜੀ, ਕਿਉਂਕਿ ਮੈਂ ਇਹਦੇ ਵਿੱਚ ਇੰਟਰਵੀਨ ਹੀ ਨਹੀਂ ਕਰਨਾ ਉਹਦੇ ਵਿੱਚ ਕਿਉਂਕਿ ਮੈਨੂੰ ਸਾਰੇ ਔਰ ਮੈਂ ਇੱਕ ਇਹ ਵੀ ਕਿਹਾ ਸੀ ਵੀ ਜਿੰਨੀਆਂ ਕਬੱਡੀ ਗਰੁੱਪਸ ਨੇ ਜੀ ਸਾਰਿਆਂ ਨਾਲ ਫੇਅਰ ਅਤੇ ਐਕੂਟੇਬਲ ਹੋਣਾ ਚਾਹੀਦਾ, ਜਿੱਥੇ ਟਰਾਂਸਪੇਰੈਂਟ ਪ੍ਰੋਸੈਸ ਆ ਜੀ। ਦੇਖੋ ਮੇਰੀ ਲਿਖਤੀ ਰੂਪ 'ਚ ਦਿੱਤਾ ਹੈ ਜੀ, ਮੈਂ ਮਿਨਿਸਟਰ ਨੂੰ ਲਿਖਤੀ ਰੂਪ 'ਚ ਭੇਜਿਆ ਔਰ ਤਾਂ ਕਿ ਮੈਨੂੰ ਇਹ ਨਹੀਂ ਹੋਊਗਾ ਵੀ ਮੈਂ ਇੱਕ ਕਲੱਬ ਕੋ ਜਾ ਕੇ ਕੁਛ ਗੱਲ ਕਰਾਂ, ਦੂਸਰੀ ਆਰਗੇਨਾਈਜੇਸ਼ਨ ਕੋ ਕੁਛ ਕਰਾਂ, ਤੀਜੀ ਕੋ ਕੁਛ ਕਰਾਂ, ਚਾਹੇ ਮੇਰੇ ਨਾਲ ਕੋਈ ਆਰਗੇਨਾਈਜੇਸ਼ਨ ਰਾਬਤਾ ਰੱਖਦੀ ਹੈ ਚਾਹੇ ਨਹੀਂ ਰੱਖਦੀ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਵੀ ਸਾਰਿਆਂ ਨੂੰ ਐਕੂਟੇਬਲ ਅਤੇ ਟਰਾਂਸਪੇਰੈਂਟ ਜਿਹੜਾ ਵਾ ਉਹ ਤੁਸੀਂ ਸਲੂਕ ਕਰੋ ਜੀ, ਡਰੱਗ ਟੈਸਟ ਕਰੋ ਜ਼ਰੂਰੀ, ਜੇ ਪਲੇਅਰ ਨਹੀਂ ਮੁੜਦਾ ਤਾਂ ਉਸ ਦੀ ਜਿਹੜੀਆਂ ਨੇ ਪ੍ਰਿਵਲੇਜ ਵਾਪਸ ਲਓ। ਜਦੋਂ ਇਹ ਨਹੀਂ ਸਾਰਾ ਕੁਛ ਮੰਨਿਆ ਤੇ ਮੈਂ ਉਦੋਂ ਫਿਰ ਸਤਿ ਸ਼੍ਰੀ ਅਕਾਲ ਬੁਲਾਤੀ ਸੀ ਤੇ ਹੁਣ ਅੱਜ ਇਵੈਂਚੁਅਲੀ ਬਹੁਤ ਚੰਗਾ ਕੰਮ ਹੋਇਆ ਕਿ ਇੱਕ ਵੱਡੀ ਫੈਡਰੇਸ਼ਨ ਨੇ ਇਹ ਫੈਸਲਾ ਲਿਆ ਵੀ ਅਸੀਂ ਤਾਂ ਇੱਕ ਵੱਡੀ ਕਰਾਉਣੀ ਆ ਜੀ। ਬਿਲਕੁਲ, ਜੇ ਉੱਥੇ ਪਲੇਅਰ ਜਿਹੜੇ ਨੇ ਕਿਆ ਬਾਤ ਹੈ ਉਹ ਡਰੱਗ ਸਾਫ਼ ਹੋਣਗੇ ਤਾਂ ਫਿਰ ਲਿਆ ਸਦਾਂਗੇ, ਕਿਆ ਬਾਤ, ਕਿਉਂ ਜੇ ਉਹ ਸਾਫ਼ ਆਉਂਦੇ ਆ ਜੀ ਤੇ ਜਿਹੜੇ ਸਾਡੇ ਬੱਚੇ ਇੱਥੇ ਪੈਦਾ ਹੋਏ ਨੇ ਇੱਥੇ ਕਬੱਡੀ ਖੇਡਦੇ ਨੇ ਉਹ ਉਹਨਾਂ ਨਾਲ ਕੰਪੀਟ ਕਰਨਾ ਮਿਲੇ ਸੀ ਉੱਥੇ ਸਕੂਲ ਟ੍ਰਸਟੀ ਸੀਗੇ ਉਹਨਾਂ ਦਾ ਨਾਮ ਸ਼ਾਇਦ, ਉਹਨਾਂ ਨੇ ਇਹ ਜਿਹੜਾ ਸੀਗਾ ਪ੍ਰੋਸੈਸ ਉੱਤੇ ਲੈ ਕੇ ਗਿਆ, ਪਰ ਮੈਂ ਉਹਨਾਂ ਨੂੰ ਸਪੋਰਟ ਕੀਤਾ। ਮੈਂ ਕਿਹਾ ਵਧੀਆ ਲੱਗਿਆ ਕਿਉਂਕਿ ਬੱਚਿਆਂ ਬੱਚੀਆਂ ਵੀ ਖੇਡਦੀਆਂ ਕਹਿੰਦੇ ਔਰ ਦੂਸਰੀ ਕਮਿਊਨਿਟੀ ਦੇ ਹੋਰ ਵੀ ਲੋਕ ਆ ਕੇ ਉਹ ਪਾਰਟਿਸਿਪੇਟ ਕਰਦੇ, ਉਹ ਇੱਕ ਜਿਹੜੀ ਆਪਣੀ ਕਮਿਊਨਿਟੀ ਤੋਂ ਉੱਠ ਕੇ ਇੱਕ ਸਾਡੀ ਨੈਸ਼ਨਲ ਗੇਮ ਜਿਹੜੀ ਸੀਗੀ ਉਹ ਬਣ ਗਈ ਸੀ। ਕਿਆ ਬਾਤ ਹੈ ਜੀ। ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਬੀ ਸੀ ਦੇ ਵਿੱਚ ਵੀ ਪਿਛਲੇ 2 ਸਾਲ ਤੋਂ ਜਿਹੜੀ 8 ਸਕੂਲ ਹੈ ਜਿਹਨਾਂ 'ਚ ਕਬੱਡੀ ਹੋ ਰਹੀ ਹੈ, ਐਤਕੀ 8 ਤੋਂ 16 ਹੋ ਜਾਣੇ ਆ। ਇੱਥੇ ਵੀ ਮਿਸਟਰ ਧਾਲੀਵਾਲ ਸਾਹਿਬ ਹੈ ਜੀ, ਉਹ ਟੀਚਰ ਨੇ ਸਕੂਲ ਦੇ, ਉਹ ਲੈ ਕੇ ਗਿਆ ਸੀ ਅੱਜ ਤੋਂ 3 ਸਾਲ ਪਹਿਲਾਂ ਇਹ ਸਾਰਾ ਕੁਛ ਏਜੰਡਾ ਉੱਥੇ ਲੈ ਕੇ ਗਿਆ ਕਿ ਇਹਦੇ 'ਤੇ ਕੰਮ ਕੀਤਾ ਜਾ ਸਕਦਾ, ਇਹ ਗੇਮ ਇਹੋ ਜਿਹੀ ਉਹਨਾਂ ਨੂੰ ਦਿਖਾਇਆ ਗਿਆ। ਔਰ ਪਿਛਲੇ 2 ਸਾਲਾਂ ਤੋਂ ਟੀਮ ਪੰਜਾਬੀ ਕਵਰੇਜ ਕਰਦੀ ਹੈ ਉਹਨਾਂ ਨੂੰ, ਇਸ ਸਾਲ ਵੀ ਲੀਗ ਹੋਵੇਗੀ, ਲੀਗ ਦੀ ਵਾਂਗੂ ਉਹ ਕਬੱਡੀ ਇੱਥੇ ਕਰਾਉਂਦੇ। ਇੱਥੇ ਦੇ ਬੱਚੇ ਖੇਡਦੇ, ਬੜੀ ਖੁਸ਼ੀ ਵਾਲੀ ਗੱਲ ਆ ਜਦੋਂ ਇਹ ਗ੍ਰਾਸ ਤੋਂ ਕੋਈ ਵੀ ਗੇਮ ਉੱਠਦੀ ਆ ਫਿਰ ਸਕੂਲਾਂ ਦੇ ਵਿੱਚ ਹੋਣ ਲੱਗ ਪਏ ਤਾਂ ਮੈਂ ਕਹਿੰਦਾ ਫਿਰ ਉਹਨੂੰ ਹੋਰ ਵੀ ਮਾਨਤਾ ਮਿਲਦੀ ਆ ਅਤੇ ਪਲੇਅਰ ਵੀ ਵਧੀਆ ਉੱਠਣਗੇ। ਔਰ ਸਾਡੇ ਦੇਖੋ ਅਸੀਂ ਤਾਂ ਚਾਹੁੰਦੇ ਹਾਂ ਜੀ ਵੀ ਜੇ ਸਾਡੇ ਜਿਹੜੇ ਇੱਥੇ ਬੱਚੇ ਜੰਮੇ ਆ ਜੀ, ਜੇ ਅਸੀਂ ਉਹਨਾਂ ਨੂੰ ਐਕਟਿਵ ਲਾਈਫ ਸਟਾਈਲ 'ਚ ਲਿਆਉਣਾ, ਉਹਨੂੰ ਦੂਜੇ ਪਾਸੇ ਉਹਨਾਂ ਦੀ ਬਿਰਤੀ ਤੋੜ ਕੇ ਇੱਧਰ ਨੂੰ ਲਿਆਉਣੀ, ਸਪੋਰਟਸ ਕੋਈ ਵੀ ਹੋਵੇ ਜੀ, ਠੀਕ ਹੈ ਨਾ। ਹੁਣ ਮੇਰਾ ਬੱਚਾ ਵਾ, ਅਸੀਂ ਉਹਨੂੰ ਸਵੇਰੇ ਸ਼ਾਮ ਉਹ ਜਿਹੜਾ 'ਚ ਉਹਦਾ ਇੰਟਰਸਟ ਹੈਗਾ ਸਪੋਰਟ 'ਚ ਅਸੀਂ ਉਹਨੂੰ ਖੜਾਉਂਦੇ, ਮੇਰੀ ਵਾਈਫ ਪੂਰਾ ਉਹਨੂੰ ਲੈ ਕੇ। ਉਹਦੇ ਨਾਲ ਕੀ ਆ ਕਿ ਅਸੀਂ ਇੱਕ ਬੱਚੇ ਨੂੰ ਪੋਜ਼ਿਟਿਵ ਪਾਸੇ ਔਰ ਉਹਦਾ ਐਕਟਿਵ ਲਾਈਫ ਸਟਾਈਲ 'ਚ ਲਿਆਉਂਦੇ ਹਾਂ। ਸੋ ਸਾਡਾ ਮੇਨ ਫੋਕਸ ਇਹੀ ਚਾਹੀਦਾ ਵੀ ਇੱਥੇ ਦੇ ਬੱਚੇ ਜੰਮੇ ਆ ਜਿਹੜੇ, ਐਗਜੈਕਟ, ਉਹਨਾਂ ਨੂੰ ਕਿੱਦਾਂ ਜ਼ਰੂਰ ਸਪੋਰਟਸ ਨਾਲ ਜੋੜ ਲਿਆਉਣਾ। ਔਰ
ਅੱਜ ਤੁਸੀਂ ਇਕੱਲੀ ਕਬੱਡੀ ਦੀ ਗੱਲ ਕਰਦੇ ਹੋ, ਇੱਥੇ ਜਦੋਂ ਮੈਂ ਪਹਿਲੀ ਪਿਛਲੀ ਵਾਰ ਐਮ ਪੀ ਸੀਗਾ 2006 ਜਾਂ 8 ਵਾਲੇ ਟਰਨ 'ਚ, ਉਦੋਂ ਸੋਕਰ ਦੀ ਜਿਹੜੀ ਸੀ ਟੀਮ ਇੱਥੇ ਲੈ ਕੇ ਆਈ ਸੀ ਸੁਖੀ ਸੰਧੂ, ਇਹਨਾਂ ਨੇ ਮੈਨੂੰ ਕੋਚ ਕੀਤਾ ਸੀ। ਉਦੋਂ ਇਹਨਾਂ ਨੇ ਇੱਕ ਇੰਡੀਆ ਤੋਂ ਹਿੰਦੁਸਤਾਨ ਤੋਂ ਟੀਮ ਜਿਹੜੀ ਸੀਗੀ ਉਹ ਵਾਈਟ ਕੈਪਸ ਦੇ ਨਾਲ ਖੇਡਣ ਵਾਸਤੇ ਲੈ ਕੇ ਆਈ, ਔਰ ਉਹ ਪਲੇਅਰ ਆਏ, ਮੈਂ ਉਹਨਾਂ ਦੀ ਸਪੋਰਟ ਵੀ ਕੀਤੀ ਔਰ ਸਾਰੇ ਸਾਰੇ ਵਾਪਸ ਚਲੇ ਗਏ। ਠੀਕ ਹੈ ਨਾ, ਉਹ ਸੋਕਰ ਦੀ ਗੱਲ ਹੋ ਗਈ। ਅੱਜ ਦੇਖਦੇ ਹਾਂ ਹਾਕੀ ਫੀਲਡ, ਹਾਕੀ ਦੇ ਵਿੱਚ ਦੇਖੋ ਕਿੱਡੀ ਵੱਡੀ ਗਿਣਤੀ ਦੇ ਵਿੱਚ ਦੋ ਤਿੰਨ ਟੀਮਾਂ ਹੋਈਆਂ, ਪਾਕਿਸਤਾਨ ਦੇ ਵੀ ਪਿਛਲੇ ਸਾਲ ਟੀਮਾਂ ਸੀ। ਠੀਕ ਹੈ ਨਾ, ਉਹ ਵੀ ਖੇਡਦੇ ਨੇ। ਸੋ ਬੱਚੇ ਹੁਣ ਲੋਕਲ ਦੇਖੋ ਤੁਸੀਂ ਜਾ ਕੇ ਟਵਾਨਵਸ ਪਾਰਕ, ਜਿਹੜਾ ਮੇਰੇ ਕੰਸਟੀਟੂਐਂਸੀ 'ਚ ਬਹੁਤ ਬੱਚੇ ਬੱਚੀਆਂ ਖੇਡਦੇ, ਔਰ ਇੱਥੇ ਵੀ ਜਿਹੜੇ ਕਲੱਬਸ ਨੇ ਸਾਰੇ ਉਹ ਵੀ ਬੱਚੇ ਬੱਚਿਆਂ ਨੂੰ ਇਨਕਰੇਜ ਕਰਦੇ। ਕ੍ਰਿਕਟ ਲਾ ਲਓ ਹੁਣ ਥਾਂ ਥਾਂ 'ਤੇ ਚੱਲ ਪਈ। ਸੋ ਮੇਨ ਸਾਡਾ ਫੋਕਸ ਆ ਸੋਕਰ ਹੋਵੇ, ਕ੍ਰਿਕਟ ਹੋਵੇ, ਕਬੱਡੀ ਹੋਵੇ, ਬੱਚਿਆਂ ਨੂੰ ਜੋੜਨਾ, ਬੱਚਿਆਂ ਨੂੰ ਇੱਧਰ ਲਾਓ ਤਾਂ ਕਿ ਬੱਚੇ ਐਕਟਿਵ ਲਾਈਫ ਸਟਾਈਲ ਜਾਣ, ਇੱਕ ਤਾਂ ਉਹਨਾਂ ਦੀ ਸਿਹਤ ਠੀਕ ਹੋਊਗੀ, ਇੱਕ ਉਹਨਾਂ ਦਾ ਮਾਇੰਡ ਜਿਹੜਾ ਵਾ ਪ੍ਰਫੁੱਲਤ ਹੋਊਗਾ, ਤੀਸਰਾ ਜਿਹੜਾ ਵਾ ਜਿੰਨੇ ਵੀ ਬੱਚੇ ਵੱਧ ਤੋਂ ਵੱਧ ਤੁਸੀਂ ਪੇਰੈਂਟਸ ਇਹ ਪ੍ਰੋਗਰਾਮ ਦੇਖਦੇ ਹੋ, ਆਪਣੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜੋ, ਚਾਹੇ ਕੋਈ ਵੀ ਸਪੋਰਟਸ ਹੋਵੇ। ਸਪੋਰਟਸ ਵੈਰੀ ਇੰਪੋਰਟੈਂਟ ਇਸ ਕੰਟਰੀ 'ਚ, ਬਹੁਤ ਜ਼ਰੂਰੀ ਆ ਸਪੋਰਟਸ ਬੱਚਿਆਂ ਨੂੰ ਸਿਖਾਉਣਾ, ਸੋ ਤਾਂ ਕਿ ਆਉਣ ਵਾਲਾ ਜਿਹੜਾ ਉਹਨਾਂ ਦਾ ਭਵਿੱਖ ਆ ਉਹ ਹੋਰ ਵੀ ਵਧੀਆ ਬੈਟਰ ਹੋ ਸਕੇ। ਅੱਛਾ ਧਾਲੀਵਾਲ ਸਾਹਿਬ, ਨਾਲ ਦੀ ਨਾਲ ਮੈਂ ਤੁਹਾਡੀ ਸਰਕਾਰ ਦੀ ਜੇ ਗੱਲ ਕਰਾਂ, ਤੁਹਾਡੀ ਸਰਕਾਰ ਹੈ ਇਸ ਟਾਈਮ ਮੌਜੂਦਾ ਸਰਕਾਰ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ, ਬਾਕੀ ਵਧੀਆ ਕਰ ਰਹੀ ਜਾਂ ਨਹੀਂ ਵਧੀਆ ਕਰ ਰਹੀ, ਪਬਲਿਕ ਹਮੇਸ਼ਾ ਰਿਜ਼ਲਟ ਦਿੰਦੀ ਆ ਉਸ ਚੀਜ਼ ਦਾ। ਜਦੋਂ ਵੀ ਅੱਜ ਕੱਲ੍ਹ ਬੜਾ ਕੰਮ ਵਧੀਆ ਕਰ ਰਹੀ ਹੈ, ਕੋਈ ਸ਼ੱਕ ਨਹੀਂ। ਹਾਂਜੀ ਬਿਲਕੁਲ ਜੀ, ਨਾਲ ਦੀ ਨਾਲ ਹੁਣ ਇਲੈਕਸ਼ਨ ਵੀ ਆ ਰਹੀ ਆ ਅਕਤੂਬਰ ਦੇ ਵਿੱਚ, ਕਾਫੀ ਦੂਰ ਆ। ਹਾਂਜੀ, ਉਸ ਤੋਂ ਪਹਿਲਾਂ ਬਹੁਤ ਕੰਮ ਕਰਨ ਵਾਲੇ ਵੀ ਪੈਕ ਹੋ ਵੀ ਰਹੇ ਨੇ। ਅੱਛਾ, ਨਾਲ ਦੀ ਨਾਲ ਆਪਾਂ ਜੀ ਗੱਲ ਕਰੀਏ, ਜਿਹੜੇ ਇੰਡੀਆ ਤੋਂ ਸਟੂਡੈਂਟ ਆ ਰਹੇ ਨੇ, ਹੋਰ ਜਿਹੜੀਆਂ ਆਪੋਜੀਸ਼ਨਸ ਨੇ ਉਹ ਹਮੇਸ਼ਾ ਗੱਲ ਲੈ ਕੇ ਆਉਂਦੇ ਆ, ਉਹ ਕਹਿੰਦੇ ਜੀ ਲਿਬਰਲ ਵਾਲੇ ਨੇ, ਟਰੂਡੋ ਜੀ ਨੇ ਸਾਰੇ ਸਟੂਡੈਂਟ ਖੋਲ੍ਹਤੇ ਜੀ, ਸਟੂਡੈਂਟ ਬਹੁਤ ਆ ਗਏ ਨੇ ਇੱਥੇ ਇਸ ਕੰਟਰੀ ਦੇ ਵਿੱਚ, ਸਟੂਡੈਂਟ ਹੀ ਹੋ ਰਹੇ ਨੇ, ਚਾਹੇ ਟੋਰਾਂਟੋ ਚੱਲ ਜਾਓ ਚਾਹੇ ਵੈਨਕੂਵਰ ਆ ਜਾਓ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਟੂਡੈਂਟਸ ਨੂੰ ਬਹੁਤ ਜ਼ਿਆਦਾ ਪਹਿਲ ਦਿੱਤੀ ਗਈ ਹੈ ਇੱਥੇ ਆਉਣ ਲਈ, ਅਤੇ ਨਾਲ ਦੀ ਨਾਲ ਫਿਰ ਮੇਰੇ ਵਰਗਿਆਂ ਨੂੰ ਵੀ ਬੜੇ ਫੋਨ ਆਉਂਦੇ ਰਹਿੰਦੇ ਨੇ, ਉਹ ਕਹਿੰਦੇ ਜੀ ਸਾਡੇ ਮੈਨੂੰ 20 ਸਾਲ ਹੋ ਗਏ ਇੱਥੇ ਆਇਆ ਨੂੰ, ਮੇਰੇ ਮੰਮੀ ਦਾ ਵੀਜ਼ਾ ਨਹੀਂ ਵਿਜ਼ਟਰ ਲੱਗਾ, ਪਰ ਸਟੂਡੈਂਟ ਪਿਛਲੇ ਸਾਲ ਆਇਆ ਸੀ, ਉਹਨੇ ਆਪਣੇ ਮੰਮੀ ਡੈਡੀ ਸੱਦ ਲਿਆ। ਸੋ ਇਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਇਹ ਕਿਵੇਂ ਇਹ ਹੋ ਰਿਹਾ ਸਾਰਾ ਕੁਛ। ਹਾਂ ਦੇਖੋ, ਬੜੀ ਵਧੀਆ ਗੱਲ ਹੈ, ਜਿਹੜੀ ਇਮੀਗ੍ਰੇਸ਼ਨ ਹੈ ਨਾ ਜੀ, ਇੱਕ ਬੜਾ ਇੰਪੋਰਟੈਂਟ ਮਹੱਤਵਪੂਰਨ ਮਸਲਾ, ਇਹ ਤੁਹਾਡੇ ਜਿਹੜੇ ਟੀਮ ਪੰਜਾਬੀ ਦੇ ਦਰਸ਼ਕ ਆ ਉਹਨਾਂ ਲਈ ਵੀ, ਕਿ ਜਿਸ ਤਰ੍ਹਾਂ ਤੁਸੀਂ ਕਿਹਾ ਤੁਹਾਨੂੰ ਕਾਲ ਜਾਂਦੀਆਂ, ਮੈਨੂੰ ਵੀ ਮਿਲਦੇ ਨੇ ਫੰਕਸ਼ਨ 'ਤੇ, ਔਰ ਇਸ ਜਿਹੜੀ ਕਮਿਊਨਿਟੀ 'ਚੋਂ ਮੈਂ ਇਲੈਕਟ ਹਾਂ ਉੱਥੇ ਵੀ ਜੀ। ਦੇਖੋ, ਇਹਦੇ ਵਿੱਚ ਬੜੀ ਵੱਡੀ ਗੱਲ ਹੈਗੀ ਆ ਕਿ ਇਮੀਗ੍ਰੇਸ਼ਨ ਨੀਤੀਆਂ ਦੀ ਜਦੋਂ ਗੱਲ ਆਉਂਦੀ ਆ, ਕੰਜ਼ਰਵੇਟਿਵ ਜਿਹੜੀ ਆ ਉਹ ਹਮੇਸ਼ਾ ਲੋਕ ਮਾਰੂ ਨੀਤੀਆਂ ਲੈ ਕੇ ਆਉਂਦੀ, ਕੋਈ ਕੋਈ ਨੀਤੀ ਚੰਗੀ ਵੀ ਲਿਆਉਂਦੀ ਆ, ਲਿਆਉਂਦੀ ਉਹਨੇ ਜੀ। ਲਿਬਰਲ ਪਾਰਟੀ ਨੇ ਹਮੇਸ਼ਾ ਜਿਹੜਾ ਹੈ ਉਹ ਚੰਗੀ ਨੀਤੀ ਲੈਂਦੀ ਜੀ, ਚਾਹੇ 1970s ਦੇ ਵਿੱਚ ਪੀਅਰਸਨ ਨੇ ਜਿਹੜੀ ਸੀ ਇਮੀਗ੍ਰੇਸ਼ਨ ਖੋਲ੍ਹੀ ਸਾਊਥ ਏਸ਼ੀਅਨਸ ਲਈ, ਠੀਕ ਹੈ ਜੀ। ਉਸ ਤੋਂ ਬਾਅਦ ਪੀ ਆਰ ਐਲ ਏ ਟੂਡੋ ਆਏ 1970s 'ਚ, ਉਦੋਂ ਜਦੋਂ ਲੋਕ ਆਏ ਉਦੋਂ ਵੀ ਉਹਨੂੰ ਕਹਿੰਦੇ ਸੀ ਬਟੇਟਰ ਆ ਗਏ ਵਿਜ਼ਟਰ ਨੂੰ, ਦੇਖੋ ਇਹ ਜੀ ਚੀਜ਼ ਉਸ ਵੇਲੇ ਵੀ ਕਹਿੰਦੇ ਸੀ, ਪਰ ਦੇਖੋ ਜਿਹੜੇ ਉਹ ਲੋਕ ਆਏ ਉਹਨਾਂ ਨੇ ਆ ਕੇ ਕਿੱਦਾਂ ਆਪਣੇ ਆਪ ਨੂੰ ਸਟੈਬਲਿਸ਼ ਕੀਤਾ। ਫਿਰ 1980s ਦੇ ਵਿੱਚ ਆ ਜਾਓ, ਚਾਹੇ ਉਹ ਬ੍ਰਾਇਨ ਮਰੂਨੀ ਆ ਗਏ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ, ਉਹਨਾਂ ਨੇ ਵੀ ਉਹ ਜਿਹੜੀ ਨੀਤੀ ਜਿਹੜੀ ਸੀਗੀ ਲਿਆਂਦੀ ਪੀ ਆਰ ਐਲ ਏ ਟੂਡੋ ਉਹਨਾਂ ਨੇ, ਉਹਨੂੰ ਉਹਨਾਂ ਨੇ ਜਿਹੜਾ ਸੀਗਾ ਉਹ ਰੱਖਿਆ, ਕੰਟੀਨਿਊਸ ਰੱਖਿਆ। ਪਰ ਜਦੋਂ ਇਹ ਜਿਹੜੀ ਅਲਾਇੰਸ ਰਿਫੋਰਮ ਕੰਜ਼ਰਵੇਟਿਵ ਪਾਰਟੀ ਜਿਹੜੀ ਨਵੀਂ ਆ ਹੁਣ ਕਹਿੰਦੇ ਇਹ ਆਈ, ਇਹਨਾਂ ਦੀਆਂ ਸਾਰੀਆਂ ਨੀਤੀਆਂ ਲੋਕ ਮਾਰੂ ਨੀਤੀਆਂ ਸੀ, ਠੀਕ ਹੈ ਨਾ। ਉਹਨਾਂ ਦੇ ਮੈਂ ਬਾਅਦ 'ਚ ਆਉਣਾ ਕਿਵੇਂ ਉਹ ਲੋਕ ਮਾਰੂ ਸੀ, ਉਹਨਾਂ ਦੇ ਵਿੱਚੋਂ ਕੁਛ ਚੰਗੀਆਂ ਵੀ ਨੀਤੀਆਂ ਸੀਗੀਆਂ ਜਿਹਦੇ ਵਿੱਚ ਇਹ ਸਟੂਡੈਂਟ ਵਾਲੀ ਗੱਲ ਕਰਦੇ ਹੈਗੇ ਆ, ਉਹ ਹੁਣ ਤਾਂ ਕੰਜ਼ਰਵੇਟਿਵ ਦੇ ਕੈਂਡੀਡੇਟ ਮੈਨੂੰ ਕਈ ਵਾਰ ਮਿਲੇ, ਲੋਕ ਦੱਸਦੇ ਨੇ ਵੀ ਘਰ ਘਰ ਜਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਵੀ ਜੀ ਇਹਨਾਂ ਨੇ ਸਟੂਡੈਂਟ ਜਿਹੜੇ ਆ, ਅਸਲੀ ਜਿਹੜੇ ਸਟੂਡੈਂਟ ਖੋਲ੍ਹਣਾ ਸੀਗਾ ਜੀ ਇਹ ਸਟੂਡੈਂਟ ਖੋਲ੍ਹੇ ਸੀਗੇ ਕੰਜ਼ਰਵੇਟਿਵ ਪਾਰਟੀ ਨੇ। ਅੱਛਾ, ਉਹ ਕਹਿ ਰਿਹਾ ਕਿ ਇਹਨਾਂ ਨੇ ਸਟੂਡੈਂਟ ਬਹੁਤ ਜ਼ਿਆਦਾ ਵਾੜ ਲਿਆ ਕੈਨੇਡਾ 'ਚ, ਇਹ ਜਿਹੜੀ ਨੀਤੀ ਲਿਆਂਦੀ ਸੀ ਜੀ ਇਹ ਲਿਆਂਦੀ ਆ ਕੰਜ਼ਰਵੇਟਿਵ ਪਾਰਟੀ ਨੇ ਜੀ, ਸਟੂਡੈਂਟ ਵੀ ਲੈ ਕੇ ਆਓ। ਕਿਉਂ ਲੈ ਕੇ ਸਹੀ ਆਏ ਸੀ ਜੀ, ਕਿਉਂ ਲੈ ਕੇ ਆਉਂਦੇ ਸੀ ਉਹ ਕਹਿੰਦੇ ਸੀ ਕਿਉਂਕਿ ਜੇ ਅਸੀਂ ਅੱਜ ਤੋਂ 30 ਸਾਲ ਨੂੰ ਦੇਖਦੇ ਹਾਂ, ਠੀਕ ਹੈ ਨਾ, ਜੇ ਅਸੀਂ ਯੰਗ ਪੀਪਲ ਨਹੀਂ ਲਿਆਉਂਦੇ ਜੀ ਤੇ ਜਿਹੜੀ ਇੱਥੇ ਦੀ ਪਾਪੂਲੇਸ਼ਨ ਗਰੋਥ ਨਹੀਂ ਹੁੰਦੀ ਤਾਂ ਇੱਕ ਇਕਨੋਮਿਕ ਗਰੋਥ ਨਹੀਂ ਹੋਣੀ। ਨੰਬਰ 2 ਤੇ 30 ਸਾਲਾਂ ਨੂੰ ਇੱਕ ਬੰਦਾ ਕੈਨੇਡਾ 'ਚ ਕੰਮ ਕਰੂਗਾ, ਇੱਕ ਵਿਹਲਾ ਬੈਠ ਕੇ ਸੋਸ਼ਲ ਸਿਸਟਮ ਲਊਗਾ। ਅੱਛਾ, ਸੋ ਉਹ ਸਾਡੇ ਤੋਂ ਸਸਟੇਨ ਨਹੀਂ ਹੋਣਾ ਕੈਨੇਡਾ 'ਚ। ਸੋ ਜਦੋਂ ਹੁਣ 20-22 ਸਾਲ ਦਾ ਬੱਚਾ ਇੱਥੇ ਆਊਗਾ ਉਹ 40-50 ਸਾਲ ਪਹਿਲਾਂ ਟੈਕਸ ਦਊਗਾ, ਕੰਮ ਕਰੂਗਾ, ਪ੍ਰੋਡਕਟਿਵਿਟੀ ਵੀ ਵਧੂਗੀ ਕੰਟਰੀ ਦੀ। ਸੋ ਪਾਲਿਸੀ ਤਾਂ ਇਹ ਸੀ ਕੰਜ਼ਰਵੇਟਿਵ ਪਾਰਟੀ ਦੀ, ਉਹ ਲੈ ਕੇ ਆਏ। ਸੋ ਉਹਨੂੰ ਅਸੀਂ
ਕੈਰੀ ਆਨ ਕੀਤਾ ਜੀ। ਪਰ ਇੱਕ ਹੋਰ ਛੋੜਿਆ ਮੇਰਾ ਕੁਐਸਚਨ ਇਹਦੇ 'ਚ, ਪਰ ਕਈ ਇਹ ਵੀ ਨਿਊਜ਼ ਆ ਰਹੀਆਂ ਉਹ ਕਹਿੰਦੇ ਵੀ ਜਿਹੜਾ ਸਟੂਡੈਂਟ ਆ ਰਿਹਾ ਉਹਦੇ ਕੋਲੋਂ ਜ਼ਿਆਦਾ ਪੈਸੇ ਬਣ ਰਹੇ ਨੇ ਸਰਕਾਰ ਨੂੰ, ਅਤੇ ਜਿਹੜਾ ਇੱਥੇ ਲੋਕਲ ਬੱਚਾ ਕੋਈ ਪੜ੍ਹਨ ਜਾ ਰਿਹਾ ਉਹਦੇ ਤੋਂ ਘੱਟ ਫੀਸ ਹੈ, ਇਹ ਵੀ ਕੋਈ ਕਾਰਨ ਹੈ? ਦੇਖੋ ਇਹ ਵੀ ਬਹੁਤ ਵਧੀਆ ਪੁਆਇੰਟ ਕੀਤਾ। ਅਸੀਂ ਪਿਛਲੇ ਹਫ਼ਤੇ ਮੈਂ ਸੀਗਾ ਅਤੇ ਨਾਲ ਸਾਡੇ ਦੂਸਰੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਸਾਡੇ ਸਰੀ ਦੇ ਸੀਗੇ ਜੀ, ਉਹ ਸਾਰੇ ਅਸੀਂ ਜਿਹੜੇ ਸੀਗੇ ਇਕੱਠੇ ਹੋ ਕੇ ਸਾਇਮਨ ਫਰੇਜ਼ਰ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਸਮੂਹ ਟੀਮ ਗਈ ਹੋਈ ਸੀ ਜੀ। ਇਹ ਕੁਐਸਚਨ ਅਸੀਂ ਉਹਨਾਂ ਨੂੰ ਉੱਧਰ ਰੇਜ਼ ਕੀਤਾ, ਪਬਲਿਕਲੀ ਉਹਨਾਂ ਨੂੰ ਰੇਜ਼ ਕੀਤਾ ਵੀ ਸਾਨੂੰ ਇਹ ਕੁਐਸਚਨ ਪੇਰੈਂਟਸ ਤੋਂ ਆਉਂਦਾ ਵੀ ਸਾਡੇ ਬੱਚਿਆਂ ਨੂੰ ਸਪੋਰਟ ਨਹੀਂ ਮਿਲ ਰਿਹਾ। ਬਿਲਕੁਲ ਜੀ, ਹੈ ਜੀ, ਸਾਡੇ ਬੱਚੇ ਜਿਹੜੇ ਆ ਜੀ ਉਹਨਾਂ ਨੂੰ ਦਾਖਲਾ ਨਹੀਂ ਮਿਲ ਰਿਹਾ। ਉਹਨਾਂ ਨੇ ਬਿਲਕੁਲ ਕਲੀਅਰ ਕੀਤਾ ਅੱਛਾ ਜੀ ਬਈ ਸਾਡਾ ਜਿਹੜਾ ਕੈਪ ਆ ਫੋਰਨ ਇੰਟਰਨੈਸ਼ਨਲ ਸਟੂਡੈਂਟਸ ਦਾ ਉਹ ਹੈਗਾ 15%। ਅੱਛਾ ਜੀ, ਜਿਹੜੇ ਲੋਕਲ ਸਪੋਟ ਨੇ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਡਿਸਾਈਡ ਕਰਦੀ, ਜਿਵੇਂ ਹੁਣ ਐਨਡੀਪੀ ਸਰਕਾਰ ਹੈ ਇਸ ਵੇਲੇ ਜੀ, ਬਿਲਕੁਲ ਉਹਦੇ ਹੱਥ ਆ ਵੀ ਉਹਨਾਂ ਨੇ ਕਿੰਨੇ ਸਪੋਟ ਜਿਹੜੇ ਨੇ ਲੋਕਲ ਅਲਾਉ ਕਰਨੇ ਆ। ਜਿੰਨੇ ਐਨਡੀਪੀ ਸਰਕਾਰ ਹੁਣ ਇਸ ਵੇਲੇ ਸੂਬੇ 'ਚ ਹੈਗੀ ਆ ਉਹਨਾਂ ਨੇ ਜਿੰਨੇ ਯੂਨੀਵਰਸਿਟੀ ਨੂੰ ਸਪੋਟ ਦਿੱਤੇ ਆ ਉਹ ਲੋਕਲ ਸਟੂਡੈਂਟਸ ਨੇ ਹੀ ਭਰਦੇ ਆ, ਉਹ ਇੰਟਰਨੈਸ਼ਨਲ ਸਟੂਡੈਂਟ ਨਾਲ ਨਹੀਂ ਭਰ ਸਕਦੇ ਜੀ। ਅੱਛਾ ਜੀ, ਕਿਉਂਕਿ ਉਹਨਾਂ ਦਾ ਖਰਚਾ ਜਿਹੜਾ ਹੈ ਉਹ ਉੱਥੋਂ ਆਉਂਦਾ। ਅੱਛਾ ਜੀ, ਪਰ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆਉਂਦਾ ਜੇ ਉਹਦੀ 3 ਗੁਣਾ ਫੀਸ ਆ ਤਾਂ ਉਹ ਕੀ ਆ, ਉਹ ਸਗਾਂ ਜਿਹੜੇ ਸਾਡੇ ਲੋਕਲ ਸਟੂਡੈਂਟਸ ਆ ਉਹਨਾਂ ਨੂੰ ਸਪੋਰਟ ਕਰ ਰਿਹਾ ਵਾ, ਕਿਉਂਕਿ ਉਹ ਜਿਹੜਾ ਪੈਸਾ ਲੈ ਕੇ ਆ ਰਹੇ ਆ ਉਹਦੇ ਨਾਲ ਲੋਕਲ ਨੂੰ ਘੱਟ, ਲੋਕਲ ਬੱਚਿਆਂ ਨੂੰ ਘੱਟ ਦੇਣੇ ਪੈ ਰਹੇ ਆ ਜੀ, ਔਰ ਉਹਨਾਂ ਨੂੰ ਜਿਹੜੇ ਸਪੋਰਟ ਆ ਉਹਨਾਂ ਲਈ ਕ੍ਰੀਏਟ ਹੋ ਰਹੇ ਆ। ਇਹ ਜਿਹੜੀ ਬਿਲਕੁਲ ਗਲਤ ਫਹਿਮੀ ਆ ਕਿ ਅਸੀਂ ਕਹਿੰਦੇ ਜੀ ਸਾਡੇ ਬੱਚਿਆਂ ਨੂੰ ਸਪੋਰਟ ਨਹੀਂ ਮਿਲਿਆ। ਸੋ ਅੱਜ ਤੁਸੀਂ ਇਹ ਕਲੀਅਰ ਕਰਦੇ ਕਿ 15% ਹੈਗੇ ਆ ਬਾਹਰਲੇ ਇੰਟਰਨੈਸ਼ਨਲ, 15% ਕੈਪ ਆ, ਪਰ ਉਹ ਸਾਇਮਨ ਫਰੇਜ਼ਰ ਯੂਨੀਵਰਸਿਟੀ ਨੇ ਸਾਨੂੰ ਦੱਸਿਆ ਵੀ 15% ਹੈ ਨਹੀਂ ਗੇ, 13% ਦੇ ਕਰੀਬ। ਚਲੋ ਜੇ 15 ਤੇ ਲਾ ਲਈਏ ਸਟੂਡੈਂਟ ਹੈ ਫਿਰ ਵੀ 85% ਦਾ ਜਿਹੜੇ ਲੋਕਲ ਆ। ਹਾਂ, ਪਰ ਉਹ 85% ਜਿਹੜੇ ਆ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਡਿਸਾਈਡ ਕਰਦੀ ਆ, ਜੇ ਉਹਨਾਂ ਨੇ ਵਧਾਉਣੇ ਆ ਸਪੋਰਟ ਉਹ ਵਧਾ ਸਕਦੇ ਕਿਉਂਕਿ ਉਹ ਫੰਡਿੰਗ ਜਿਹੜੀ ਉਹਨੂੰ ਆਉਣੀ ਆ ਯੂਨੀਵਰਸਿਟੀ ਨੂੰ ਉਹ ਆਉਣੀ ਸੂਬੇ ਦੀ ਸਰਕਾਰ ਤੋਂ ਜਿਹੜੀ ਇਸ ਵੇਲੇ ਐਨਡੀਪੀ ਦੀ ਸਰਕਾਰ ਆ, ਜੋਨ ਹੋਗਨ ਉਹਨਾਂ ਦੀ। ਕੀ ਬਾਤ ਹੈ! ਪਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਆ ਜੀ ਉਹ ਬਿਲਕੁਲ ਵੀ ਸਪੋਰਟ ਜਿਹੜਾ ਵਾ ਉਹ ਸਾਡੇ ਬੱਚਿਆਂ ਦਾ ਨਹੀਂ ਲੈ ਰਹੇ, ਸਗਾਂ ਉਹ ਹੈਲਪ ਕਰ ਰਹੇ ਆ। ਉਹਨਾਂ ਨੇ ਸਾਨੂੰ ਦੱਸਿਆ ਕਿਉਂਕਿ ਜਦੋਂ ਉਹਨਾਂ ਦੀ ਫੀਸ 3 ਗੁਣਾ ਉਹ ਜਿਹੜੇ ਵਾਧੂ ਪੈਸੇ ਆਏ ਉਹ ਜਿਹੜੇ ਅਸੀਂ ਲੋਕਲ ਬੱਚਿਆਂ 'ਤੇ ਲਾ ਰਹੇ ਹਾਂ, ਠੀਕ ਹੈ ਨਾ। ਹਾਂ, ਜਿਹੜੀ ਇਹ ਮਿੱਥ ਬਣਾਈ ਆ ਵੀ ਜੀ ਅਸੀਂ ਜੀ ਬਹੁਤ ਸਟੂਡੈਂਟ ਇਹਨਾਂ ਨੇ ਹੋ ਲੈਂਦਾ, ਇਹ ਬਿਲਕੁਲ ਪਾਲਿਸੀ ਕੰਜ਼ਰਵੇਟਿਵ ਪਾਰਟੀ ਦੀ ਸੀ। ਅੱਛਾ ਜੀ, ਉਹਨੂੰ ਤੁਹਾਨੂੰ ਰੱਖਣਾ ਪਿਆ, ਉਹਨੂੰ ਅਸੀਂ ਰੱਖਿਆ ਕਿ ਵੀ ਇਹ ਇੱਕ ਚੰਗੀ ਇਕਨੋਮਿਕ ਨੀਤੀ ਬਣੇ ਜੀ। ਕਿਆ ਬਾਤ! ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਪ ਆ, ਕਿਉਂਕਿ ਦੇਖੋ ਸਟੂਡੈਂਟਸ ਨੂੰ ਵੀ ਚਾਹੀਦਾ। ਦੇਖੋ ਜੇ ਸਟੂਡੈਂਟ ਆਉਂਦੇ ਨੇ ਉਹਨਾਂ 'ਚੋਂ 99% ਜਿਹੜੇ ਬੱਚੇ ਆ ਉਹ ਮਿਹਨਤ ਕਰ ਰਹੇ ਆ, ਠੀਕ ਹੈ ਨਾ। ਜੇ ਉਹਨਾਂ ਨੂੰ 20 ਘੰਟੇ ਕੰਮ ਕਰਨ ਨੂੰ ਦਿੱਤੇ ਆ ਉਹ 20 ਘੰਟੇ ਕੰਮ ਕਰਦੇ ਨੇ, ਉਹ ਜਿਹੜੀਆਂ ਜੋਬਸ ਇੱਥੇ ਦੇ ਬੱਚੇ ਨਹੀਂ ਕਰ ਰਹੇ ਸਾਡੇ ਉਹ ਵੀ ਉਹ ਕਰਦੇ ਆ, ਦਿਨ ਰਾਤ ਕਰਕੇ ਪੜ੍ਹਦੇ ਵੀ ਆ ਉਹ ਕਰਦੇ। ਪਰ ਜਿਹੜੇ 1% ਹੁੱਲੜਬਾਜ਼ੀ ਕਰਦੇ ਆ, ਮੈਂ ਜੇ ਉਹ ਸੁਣਦੇ ਆ ਕਿਤੇ ਜਾਂ ਉਹਨਾਂ ਦੇ ਮਾਪੇ ਸੁਣਦੇ ਆ ਬਿਲਕੁਲ ਜਾਂ ਉਹਨਾਂ ਦੇ ਰਿਸ਼ਤੇਦਾਰ ਸੁਣਦੇ, ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਨੂੰ ਵੀ ਇਹ ਕਹੀਏ ਵੀ ਦੇਖੋ ਬਈ ਬੱਚਿਓ ਇਹ ਨਾ ਕਰੋ, ਆਪਣਾ ਭਵਿੱਖ ਬਣਾਓ, ਅਸੀਂ ਵੀ ਇਸ ਦੇਸ਼ 'ਚ ਆਏ, ਦੇਖੋ ਤੁਸੀਂ ਵੀ ਆਏ, ਹੋਰ ਬਹੁਤ ਸਾਰੇ ਆਏ, ਅਸੀਂ ਆ ਕੇ ਇੱਥੇ ਮਿਹਨਤ ਕੀਤੀ, ਮਿਹਨਤ ਕਰਕੇ ਤੁਸੀਂ ਇੱਕ ਤਾਂ ਕਮਿਊਨਿਟੀ ਦਾ ਨਾਂ ਉੱਚਾ ਕੱਢੋ, ਇੱਕ ਸਾਡੇ ਦੇਸ਼ ਕੈਨੇਡਾ ਦੀ ਵਧੀਆ ਬਣਤਰ ਬਣਾਓ। ਬਿਲਕੁਲ ਸਹੀ ਗੱਲ ਜੀ, ਔਰ ਨਾਲ ਦੀ ਨਾਲ ਇਹ ਜ਼ਰੂਰ ਦੱਸੋ ਕਿ ਜਿਹੜੇ ਕਈ ਵਾਰੀ ਸਾਨੂੰ ਵੀ ਕਾਲਸ ਆ ਰਹੇ ਆ, ਮੈਂ ਦੇਖ ਵੀ ਰਿਹਾ, ਪੁੱਛਦੇ ਵੀ ਰਹਿੰਦੇ, ਤੁਹਾਨੂੰ ਵੀ ਪੁੱਛਦੇ ਰਹਿੰਦੇ ਆ, ਉਹ ਕਹਿੰਦੇ ਜੀ ਸਾਨੂੰ ਤਾਂ 20 ਸਾਲ ਹੋ ਗਿਆ ਨੂੰ, ਸਾਡੇ ਤਾਂ ਫਾਦਰ ਸਾਹਿਬ ਦਾ ਚਾਚਾ ਜੀ ਦਾ ਜਾਂ ਤਾਇਆ ਜੀ ਦਾ ਵੀਜ਼ਾ ਨਹੀਂ ਲੱਗਾ, ਪਰ ਜਿਹੜੇ ਸਟੂਡੈਂਟ ਸਾਲ ਹੋਇਆ ਉਹਨਾਂ ਨੂੰ ਆਇਆ, ਉਹਨਾਂ ਨੇ ਆਪਣੇ ਮੰਮੀ ਡੈਡੀ ਵੀ ਸੱਦ ਲਏ, ਉਹ ਕੀ ਕਾਰਨ ਹੈ? ਉਹਨਾਂ ਨੂੰ ਵੀਜ਼ਾ ਕੋਈ ਐਪਲੀਕੇਸ਼ਨ ਦੇ ਵਿੱਚ ਇਹੋ ਜਿਹਾ ਹੈਗਾ ਕਿ ਉਹਨਾਂ ਨੂੰ ਪਹਿਲ ਆ ਕਿ ਉਹਨਾਂ ਦਾ ਵੀਜ਼ਾ ਲੱਗ ਜਾਂਦਾ ਫਟਾਫਟ? ਪਹਿਲ ਕੋਈ ਨਹੀਂ ਜੀ, ਜਿਹੜੇ ਇਮੀਗ੍ਰੇਸ਼ਨ ਅਫਸਰ ਆ ਉਹ ਇੰਡੀਪੈਂਡੈਂਟ ਆ ਗੌਰਮੈਂਟ ਤੋਂ ਜੀ, ਉਹਨਾਂ ਨੇ ਹਰੇਕ ਐਪਲੀਕੇਸ਼ਨ ਦੀ ਆਪਦੀ ਮੈਰਿਟ ਦੇਖਦੇ ਹੈ। ਉਹਦੇ ਵਿੱਚ ਦੇਖੋ ਪਹਿਲਾਂ ਜਦੋਂ ਵੀਜ਼ੇ ਨਹੀਂ ਸੀ ਮਿਲਦੇ ਜੀ, ਠੀਕ ਹੈ ਨਾ ਜੀ, ਇਹ ਕਹਿੰਦੇ ਸੀ ਵੀ ਸਾਡਾ ਕੋਈ ਮਰ ਗਿਆ, ਸਾਡੇ ਜੰਮ ਪਿਆ, ਸਾਡੇ ਅੱਜ ਉਦੋਂ ਸਾਡੇ ਖੁਸ਼ੀ ਗਮੀ ਦੇ ਵਿੱਚ ਹਿੰਦੁਸਤਾਨ ਤੋਂ ਸਾਡਾ ਰਿਸ਼ਤਾ ਨਹੀਂ ਸੀ ਆ ਸਕਦਾ, ਇਹ ਤਾਂ ਮੰਨਦੇ ਹੋ ਕਿ ਨਹੀਂ ਆ ਸਕਦਾ ਜੀ? ਨਹੀਂ ਆਉਂਦਾ ਸੀ, ਨਹੀਂ ਆਉਂਦਾ ਸੀ, ਉਦੋਂ ਅਸੀਂ ਟੱਪ ਸੀਗਾ ਬਹੁਤ ਜ਼ਿਆਦਾ, ਇਹ ਕਹਿੰਦੇ ਵੀ ਖੋਲੋ ਹੁਣ ਅਸੀਂ ਆ ਕੇ ਉਹਨੂੰ ਖੋਲ ਦਿੱਤਾ, ਹੁਣ ਅਸੀਂ ਇਹ ਤਾਂ ਕਰ ਨਹੀਂ ਸਕਦੇ ਵੀ ਲੱਕੀ ਦਾ ਰਿਸ਼ਤੇ ਆ ਜਾਵੇ, ਬਿਲਕੁਲ ਜੀ, ਤੇ ਸੁੱਖ ਦਾ ਆ ਜਾਵੇ ਤੇ ਗੋਡੀ ਦਾ ਆਵੇ ਨਾ, ਠੀਕ ਹੈ ਨਾ, ਬਿਲਕੁਲ ਸਹੀ ਗੱਲ, ਉਹ ਜਿਹੜੀ ਸਿਸਟਮ ਹੈਗਾ ਨਾ ਐਗਜ਼ੈਕਟਲੀ, ਬਿਲਕੁਲ ਜੀ, ਉਹਦੇ ਵਿੱਚ ਸਿਸਟਮ ਨਾਲ ਚੱਲਣਾ, ਉਹ 'ਚ ਟ੍ਰਾਂਸਪੇਰੈਂਸੀ ਤੇ ਇਕੁਆਲਿਟੀ ਜੀ ਤੇ ਇੰਟੈਗ੍ਰਿਟੀ ਸਿਸਟਮ ਦੀ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਜੇ ਹੁਣ ਇੱਕ ਸਟੂਡੈਂਟ ਆਇਆ ਉਹਦੇ ਪੇਰੈਂਟ, ਜੇ ਮੇਰੇ ਬੱਚੇ ਬਾਹਰ ਪੜ੍ਹਨ ਗਏ ਸੀਗੇ ਜੀ, ਅਮਰੀਕਾ ਚਲੇ ਗਏ, ਕੱਲ੍ਹ ਨੂੰ ਉਹ ਗ੍ਰੈਜੂਏਟ ਹੁੰਦੇ ਆ, ਮੈਨੂੰ ਉੱਥੇ ਬਣਨ ਦੇਣ ਕੰਟਰੀ 'ਚ ਮੇਰੇ 'ਤੇ ਕੀ ਬੀਤੂ, ਬਿਲਕੁਲ, ਠੀਕ ਹੈ ਨਾ, ਬਿਲਕੁਲ। ਹੁਣ ਜਿਹੜਾ ਅਫਸਰ ਆ ਉਹ ਇੰਡੀਵਿਜੁਅਲ ਫਾਈਲ ਅਸੈਸ ਕਰਦਾ, ਦੇਖੋ ਅੱਗੇ ਵੀਜ਼ੇ ਮਿਲਦੇ ਸੀ 15% ਜੀ ਕੰਜ਼ਰਵੇਟਿਵ ਪਾਰਟੀ ਦੇ ਜੀ, ਹੁਣ ਮਿਲਦੇ ਨੇ ਤਕਰੀਬਨ ਰੇਟ ਹੈਗਾ ਵਾ 85%,
ਰੇਟ ਹੋ ਗਿਆ ਉਹਦੇ ਵਿੱਚੋਂ ਜੇ 1-2% ਗਲਤ ਵੀ ਨੇ ਠੀਕ ਹੈ ਨਾ ਪਰ ਜਿਹੜੇ ਬਾਕੀ 84% ਜਿਹੜੇ ਸਹੀ ਆ ਰਹੇ ਆ ਉਹ ਤਾਂ ਰਿਸ਼ਤਾ ਸਾਡੇ ਆ ਰਹੇ ਨਾ ਬਿਲਕੁਲ ਸਹੀ ਜਿਹੜਾ ਅਸੀਂ ਰਿਸ਼ਤੇਦਾਰਾਂ ਨੂੰ ਇੱਥੇ ਹੁਣ ਕਿਸੇ ਦੇ ਖੁਸ਼ੀ ਹੋਵੇ ਗਮੀ ਹੋਵੇ ਅੱਜ ਰਿਸ਼ਤੇਦਾਰ ਆ ਰਹੇ ਕੋਈ ਸ਼ੱਕ ਹਾਂ ਜਿਹੜੇ ਹੁਣ 15% ਰਹਿ ਗਏ ਉਹ ਵੀ ਕਹਿੰਦੇ ਸਾਡੇ ਵੀ ਆਉਣੇ ਚਾਹੀਦੇ ਆ ਦੇਖੋ ਇਹ ਤਾਂ ਇਹ ਗੱਲ ਪਰ ਹੁਣ ਅਸੀਂ ਕੀ ਕੰਮ ਕਰ ਰਹੇ ਹਾਂ ਅਸੀਂ ਦੇਖਿਆ ਵੀ ਜਦੋਂ ਦਿਨੋਂ ਦਿਨ ਅਸੀਂ ਸਿੱਖ ਰਹੇ ਹਾਂ ਲੱਗੇ ਜੀ ਬਿਲਕੁਲ ਠੀਕ ਹੈ ਜੀ ਅਸੀਂ ਜਿਹੜਾ ਵਾ ਉਹਦੇ ਵਿੱਚ ਕੀ ਕੀਤਾ ਹੁਣ ਕਿ ਇੱਕ ਨਵੀਂ ਪਾਲਿਸੀ ਸੋਚ ਰਹੇ ਹਾਂ ਲੈ ਕੇ ਆਉਣ ਦੀ ਜਦੋਂ ਹੁਣ ਦੁਆਰਾ ਅਸੀਂ ਆਉਂਦੇ ਹਾਂ ਉਹਦੇ ਵਿੱਚ ਕੀ ਕਰਾਂਗੇ ਜਿਹੜਾ ਇੱਥੋਂ ਸਪੋਂਸਰ ਕਰਦਾ ਹੈਗਾ ਜਿਹੜੇ ਨੂੰ ਇੱਥੇ ਆਏ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਵੀ 40 ਸਾਲ ਹੋ ਗਏ 20 ਸਾਲ ਹੋ ਗਏ 10 ਸਾਲ ਹੋ ਗਏ ਇੱਦਾਂ ਸਿਟੀਜ਼ਨ ਇੱਥੇ ਦਾ ਇਮੀਗ੍ਰੈਂਟ ਆ ਉਹ ਜੇ ਆਪਣੇ ਰਿਸ਼ਤੇਦਾਰ ਨੂੰ ਸਪੋਂਸਰ ਕਰੂਗਾ ਤੇ ਉਹਦੀ ਐਪਲੀਕੇਸ਼ਨ ਨੂੰ ਪਹਿਲ ਦਿੱਤੀ ਜਾਊ ਕਿਉਂਕਿ ਇੰਗਲੈਂਡ 'ਚ ਇਹ ਹੁੰਦਾ ਜੇ ਇੰਗਲੈਂਡ 'ਚ ਹੋ ਸਕਦਾ ਮੈਂ ਕਿਹਾ ਇੱਥੇ ਕਿਉਂ ਨਹੀਂ ਹੋ ਸਕਦਾ ਬਿਲਕੁਲ ਸਹੀ ਠੀਕ ਹੈ ਜੀ ਕਰੋ ਜੀ ਦੂਸਰਾ ਇਹ ਆ ਵੀ ਜਿਹੜਾ ਵਿਜ਼ਟਰ ਆਉਂਦਾ ਜੇ ਅਨਲੈਸ ਲੋੜ ਹੈਗੀ ਹੈ ਕੋਈ ਬਜ਼ੁਰਗ ਆ ਗਿਆ ਕੋਈ ਉਹਨੂੰ 6 ਮਹੀਨੇ ਲੋੜ ਆ ਤਾਂ ਇਮੀਗ੍ਰੇਸ਼ਨ ਅਫਸਰ ਜਿਹੜਾ ਉਹ ਮੌਕੇ 'ਤੇ ਡਿਸਾਈਡ ਕਰ ਸਕੇ ਪਰ ਅਦਰਵਾਈਜ਼ ਜਿਹੜੀ ਐਂਟਰੀ ਸਟੈਂਪ ਹੈਗੀ ਹੁਣ ਹੈਗੀ 6 ਮਹੀਨੇ ਦੀ ਉਹਨੂੰ ਮੈਂ ਕਿਹਾ 2 ਮਹੀਨੇ ਦੀ ਕਰ ਦਿਓ ਕਿਆ ਬਾਤ ਕਿਉਂ ਜੀ ਉਹਦੇ ਨਾਲ ਕੀ ਹੋਊ ਜਿਹੜੀ ਆਹ ਇਲੀਗਲ ਜਿਹੜੀ ਵਰਕ ਹੈਗਾ ਵਾ ਜਾਂ ਹੋਰ ਕੰਮ ਕਰਦੇ ਆ ਉਹ ਜਿਹੜਾ ਵਾ ਉਹ ਰੁਕ ਜਾਊ ਹੁਣ ਇਹ ਚੀਜ਼ ਜਿਹੜੀ ਹੈਗੀ ਅਸੀਂ ਇਸ 'ਤੇ ਲੱਗੇ ਹੋਏ ਹਾਂ ਵੀ ਕਿਸ ਤਰੀਕੇ ਨਾਲ ਪਰ ਬਹੁਤ ਸਾਰੀਆਂ ਇਮੀਗ੍ਰੇਸ਼ਨ ਪਾਲਿਸੀ ਵਧੀਆ ਵੀ ਲੈ ਕੇ ਆਉਂਦੀਆਂ ਉਹਦੀ ਗੱਲ ਨਹੀਂ ਕਰਦੇ ਅਸੀਂ ਉਹਦੀ ਮੈਂ ਹੁਣ ਤੁਹਾਨੂੰ ਦੱਸਣੀ ਚਾਹੁੰਦਾ ਤੁਸੀਂ ਮੈਨੂੰ ਇਹ ਕੁਐਸਚਨ ਪੁੱਛਿਆ ਮੈਂ ਤੁਹਾਡੇ ਦਰਸ਼ਕਾਂ ਨੂੰ ਜ਼ਰੂਰ ਇਹ ਵੀ ਦੱਸਣਾ ਚਾਹੁੰਦਾ ਐਗਜੈਕਟਲੀ ਵੀ ਦੇਖੋ ਜਦੋਂ ਕੰਜ਼ਰਵੇਟਿਵ ਗਵਰਨਮੈਂਟ ਆਈ ਉਹਨਾਂ ਨੇ ਆ ਕੇ ਵੇਟਿੰਗ ਲਿਸਟ ਖਤਮ ਕਰਨੀ ਸੀ ਇੱਕ ਬਟਨ ਨੱਪਿਆ ਸਾਰੀਆਂ ਐਪਲੀਕੇਸ਼ਨਾਂ 2.5-3 ਲੱਖ ਜਿਹੜੀ ਸੀ ਉਡਾ ਦਿੱਤੀ ਅੱਛਾ ਜੀ ਠੀਕ ਹੈ ਜੀ ਉਹਦਾ ਬੰਦ ਹੋ ਗਿਆ ਬੰਦ ਕੰਮ ਕਲੀਅਰ ਹੋ ਗਿਆ ਉਦੋਂ ਬਾਅਦ ਆ ਕੇ ਉਹਨਾਂ ਨੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਬੰਦ ਕਰਤੇ ਬੰਦ ਅਸੀਂ ਬਾਣਨੇ ਨਹੀਂ ਕਹਿੰਦੇ ਠੀਕ ਹੈ ਜੀ ਉਹਨਾਂ ਨੇ ਬੰਦ ਕੀਤੇ ਦੇਖੋ ਹੁਣ ਜਿਹੜਾ ਇੱਥੇ ਅਸੀਂ ਮੈਂ ਆਇਆ ਤੁਸੀਂ ਆਏ ਹੋਰ ਜਿਹੜੇ ਇੱਥੇ ਤੁਹਾਡੇ ਦਰਸ਼ਕ ਆਏ ਉਹ ਚਾਹੁੰਦੇ ਆ ਕਿ ਜੇ ਅਸੀਂ ਇੱਥੇ ਆਏ ਆ ਤਾਂ ਸਾਡੇ ਪੇਰੈਂਟਸ ਵੀ ਤਾਂ ਆਉਣ ਗ੍ਰੈਂਡ ਪੇਰੈਂਟਸ ਵੀ ਮੁੱਖ ਤੌਰ ਤੇ ਆ ਕੇ ਸਾਡੇ ਭੈਣ ਭਰਾ ਵੀ ਆਉਣ ਜੀ ਜੀ ਹਰ ਕੋਈ ਚਾਹੁੰਦਾ ਉਹ ਪਾਲਿਸੀ ਚੱਲੀ ਆਈ ਅੱਗੇ ਚਾਹੇ ਉਹ ਟੂਡੋ ਤੋਂ ਲੈ ਕੇ ਚਾਹੇ ਬ੍ਰਾਇਨ ਮੁਨੀ ਆ ਗਏ ਪਰ ਇਹ ਜਦੋਂ ਸਟੀਵਨ ਹਾਰਪਰ ਆਏ ਇਹ ਉਹਨਾਂ ਨੇ ਆ ਕੇ ਹਾਰਪਰ ਉਹਨਾਂ ਨੇ ਜੇਸਨ ਕਹਿੰਦੀ ਉਹਨਾਂ ਨੇ ਇਹ ਆ ਕੇ ਬੰਦ ਕਰਤੀ ਉਹ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਜੀ ਅਸੀਂ 5,000 ਐਪਲੀਕੇਸ਼ਨ ਲਵਾਂਗੇ ਇਹ 5,000 ਲੈ ਲੈਂਦੇ ਸੀ ਹਾਂ ਬਿਲਕੁਲ ਜੀ ਉਹਦੇ ਵਿੱਚੋਂ 4,000 ਸਹੀ ਨਿਕਲਦੀ ਜਾਂ 3,000 2,000 ਜਿਹੜੀ ਨਹੀਂ ਸੀ ਉਹ ਕਹਿੰਦੇ ਮੁੜ ਕੇ ਲੈਂਦੇ ਨਹੀਂ ਸੀ ਅਸੀਂ ਵੀ ਬੜੇ ਲੋਕ ਪਿੱਟਦੇ ਦੇਖੇ ਉਸ ਐਪਲੀਕੇਸ਼ਨ ਉਸ ਠੀਕ ਹੈ ਜੀ ਔਰ ਉਹਦੇ ਵਿੱਚ ਤੁਸੀਂ ਹਿਸਾਬ ਲਵੋ ਕਿ ਇਹ ਜਿਹੜੀ ਉਹਦੀ ਲਿਸਟ ਸੀਗੀ ਨਾ ਜੀ ਉਹ ਤਕਰੀਬਨ 1,00,000 ਖਰੇ 40-45,000 ਵੇਟ ਲਿਸਟ ਕਰ ਗਏ ਜਿਹੜੇ ਉਹਦੇ ਵਿੱਚ ਵੀ ਇਹ ਜਿਹੜਾ ਸਿਸਟਮ ਪਤਾ ਨਹੀਂ ਕਾਫੀ ਲੰਮਾ ਚੌੜੀ ਲਿਸਟ ਕਰ ਗਏ ਉਹ ਅਸੀਂ ਆ ਕੇ ਕੀ ਕੀਤਾ ਅਸੀਂ 5,000 ਅਸੀਂ ਵਾਅਦਾ ਕੀਤਾ ਜੀ ਪਿਛਲੇ ਇਲੈਕਸ਼ਨ ਵੀ 10,000 ਐਪਲੀਕੇਸ਼ਨ ਲਵਾਂਗੇ ਜੀ ਅਸੀਂ 10,000 ਐਪਲੀਕੇਸ਼ਨ ਆਉਂਦੀਆਂ ਲੈਣੀ ਸ਼ੁਰੂ ਕਰ ਦਿੱਤੀ 20,000 ਜਿਹੜੀ ਸੀ ਅਸੀਂ ਪ੍ਰੋਸੈਸ ਕਰਦੇ ਅਸੀਂ ਵੇਟਿੰਗ ਲਿਸਟ ਖਤਮ ਕਰਕੇ ਰੱਖ ਦਿੱਤੀ ਪੇਰੈਂਟਸ ਗ੍ਰੈਂਡ ਪੇਰੈਂਟਸ ਵਾਹ ਜੀ ਵਾਹ ਉਹ ਤਾਂ ਬਹੁਤ ਵਧੀਆ 7 ਤੋਂ 2 ਸਾਲ ਆ ਗਏ ਬਹੁਤ ਵਧੀਆ ਗੱਲ ਉੱਥੇ ਨਹੀਂ ਛੱਡੀ ਉਹ 4,000 ਐਪਲੀਕੇਸ਼ਨ ਲੈਂਦੇ ਸੀ ਜੇ 5 ਕਹਿੰਦੇ ਸੀ ਪਰ ਅਸਲੀ 4,000 ਅਸੀਂ 27,000 ਐਪਲੀਕੇਸ਼ਨ ਲਈ ਵਾਹ ਜੀ ਵਾਹ ਵਾਹ ਜੀ ਵਾਹ ਠੀਕ ਹੈ ਨਾ ਬਹੁਤ ਬਹੁਤ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਕਿਹਨੂੰ ਫਾਇਦਾ ਹੋਇਆ ਕੀ ਫਾਇਦਾ ਜੀ ਬਹੁਤ ਸਾਰੀ ਕਮਿਊਨਿਟੀ ਨੂੰ ਫਾਇਦਾ ਬਹੁਤ ਔਰ ਦੂਜੀ ਗੱਲ ਜਿਹੜੀ ਹੋਰ ਕੀਤੀ ਲੱਗੀ ਜੀ ਅਸੀਂ ਅਸੀਂ ਇਹ ਕੀਤਾ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਡਿਪੈਂਡੈਂਟ ਚਾਈਲਡ ਆ ਉਹ 22 ਸਾਲ ਤੋਂ ਘਟਾ ਕੇ 18 ਦਾ ਕਰਤਾ ਅੱਛਾ ਜੀ ਫਿਰ ਤਾਂ ਆਉਂਦਾ ਹੀ ਨਹੀਂ ਸੀ ਕੋਈ ਫਿਰ ਤਾਂ ਇਕੱਲੇ ਪੇਰੈਂਟਸ ਹੀ ਆਉਂਦੇ ਸੀ ਅਗਲਾ ਕਹਿੰਦੇ ਅਸੀਂ ਇੱਥੇ ਆ ਕੇ ਕੀ ਲੈਣਾ ਪੇਰੈਂਟਸ ਫਿਰ ਤਾਂ ਫੈਮਲੀਆਂ ਤੁਹਾਡੀਆਂ ਸੈਪਰੇਟ ਅਸੀਂ ਕਿਹਾ ਫੈਮਲੀਜ਼ ਨੂੰ ਇਕੱਠੇ ਕਰਨਾ ਚਾਹੀਦਾ ਅਸੀਂ ਜਿਹੜੀ ਉਹ 18 ਸਾਲ ਦਾ ਡਿਪੈਂਡੈਂਟ ਸੀ ਉਹਦੀ ਏਜ ਵਧਾ ਕੇ ਫਿਰ ਦੁਬਾਰਾ 22 ਸਾਲ ਕੀਤੀ ਜਿਹਦੇ ਨਾਲ ਇਕੱਲੀਆਂ 27,000 ਐਪਲੀਕੇਸ਼ਨ ਨਹੀਂ ਲਈ ਪਰ ਇਹ ਦੇਖੋ ਵੀ ਉਹ 27,000 ਦੇ ਵਿੱਚ ਜੇ 22 ਸਾਲ ਤੋਂ 18 ਸਾਲ ਤੋਂ 22 ਸਾਲ ਵਾਲੇ ਕੱਟ ਦਿੰਦੇ ਆ ਬੱਚੇ ਉਹ ਕਿੰਨੇ ਉਹਦੇ ਵਿੱਚ ਜਿਹੜੇ ਐਪਲੀਕੈਂਟ ਕਿੰਨੇ ਜਿਹੜੇ ਐਪਲੀਕੈਂਟ ਉਨੇ ਸੀ ਪਰ ਜਿਹੜੇ ਨੰਬਰ ਆਫ ਪੀਪਲ ਆਉਂਦੇ ਸੀ ਉਹ ਘੱਟ ਜਾਂਦੇ ਸੀ ਵੱਧ ਗਏ ਹੁਣ ਸੋ ਅਸੀਂ ਉਹ ਬਹੁਤ ਵਧੀਆ ਜਿਹੜੀ ਪਾਲਿਸੀ ਹੈ ਇੱਕ ਲੈ ਕੇ ਆਉਂਦੀ ਹੈ ਦੂਸਰੀ ਹੋਰ ਗੱਲ ਸੁਣ ਜਿਹੜੀ ਸਪਾਊਸਲ ਕੇਸ ਸੀਗਾ ਜੀ ਅੱਗੇ ਇਹ ਕੰਜ਼ਰਵੇਟਿਵ ਪਾਰਟੀ ਦੇ ਅੰਡਰ 4-4 ਸਾਲ ਲੱਗਦੇ ਸੀ ਅੱਛਾ ਜੀ ਹਾਂਜੀ ਸਪਾਊਸ ਹੋਣ ਨੂੰ ਲੋਕ ਉੱਥੇ ਜਾ ਕੇ ਵਿਆਹ ਨਹੀਂ ਸੀ ਕਰਾਉਂਦੇ ਟਾਈਮ ਲੱਗਣਾ 2-4 ਸਾਲ ਲੱਗਦੇ ਸੀ ਅਸੀਂ ਆ ਕੇ ਜਿਹੜਾ ਸੀ ਇਹ ਕਹਿ ਦਿੱਤਾ ਵੀ ਹਰ ਇੱਕ ਐਪਲੀਕੇਸ਼ਨ ਜਿਹੜੀ ਆ ਉਹ 1 ਸਾਲ 'ਚ ਪ੍ਰੋਸੈਸ ਹੋ ਅੱਜ ਸਪਾਊਸਲ ਐਪਲੀਕੇਸ਼ਨ ਆ ਜਿਹੜੀ ਜੀ 1 ਸਾਲ ਦੇ ਵਿੱਚ ਆ ਜਾਂਦਾ ਪ੍ਰੋਸੈਸ ਹੋ ਰਹੀ ਹੈ ਠੀਕ ਹੈ ਨਾ ਜੀ ਇਹ ਹੋ ਗਈਆਂ ਨੀਤੀਆਂ ਉਸ ਤੋਂ ਬਾਅਦ ਤੁਸੀਂ ਆ ਜਾਓ ਹੁਣ ਸਿਟੀਜ਼ਨਸ਼ਿਪ ਤੇ ਜੀ ਕੰਜ਼ਰਵੇਟਿਵ ਸੀਗੇ ਲੈ ਕੇ ਆਉਂਦੇ ਉਹਨਾਂ ਨੇ ਕੀ ਕੀਤਾ ਅੱਗੇ ਸਿਟੀਜ਼ਨਸ਼ਿਪ ਦੀ ਰਿਕੁਆਇਰਮੈਂਟ ਸੀ ਵੀ 3 ਸਾਲ ਤੁਹਾਡੇ ਦਰਸ਼ਕ ਬਹੁਤ ਸਾਰਿਆਂ ਨੇ ਅੱਗੇ ਦੇਖਿਆ ਹੋਗਾ ਬਿਲਕੁਲ ਜੀ 3 ਸਾਲ ਹੋਣੇ ਚਾਹੀਦੇ 3 ਸਾਲ ਦੇ ਵਿੱਚ ਹੁੰਦੀ ਸੀ ਜਦੋਂ ਪੁਰਾਣੀ ਲਿਬਰਲ ਗਵਰਨਮੈਂਟ ਬਿਲਕੁਲ ਜੀ ਕੰਜ਼ਰਵੇਟਿਵ ਨੇ ਉਹਨਾਂ ਨੇ ਕੀ ਕੀਤਾ ਕਹਿੰਦੇ 4 ਸਾਲ ਕਰੋ ਠੀਕ ਹੈ ਜੀ ਅੱਛਾ ਜੀ 4 ਸਾਲ ਬਣਾਤੇ ਉਹਨਾਂ ਨੇ 4 ਸਾਲ ਬਣਾਤੇ ਉਦੋਂ ਬਾਅਦ ਲਾ ਲਓ ਹੁਣ ਤੁਸੀਂ ਫਿਰ ਇਹਨਾਂ ਨੇ ਇਹੀ ਨਹੀਂ ਕੀਤਾ
ਫਿਰ ਹੁਣ ਦੇਖੋ ਜਿਹੜੇ ਬਾਹਰੋਂ ਆਉਂਦੇ ਆ, ਚਾਹੇ ਉਹ ਚਾਈਨਾ ਤੋਂ ਆਉਂਦੇ ਆ, ਹਿੰਦੁਸਤਾਨ ਤੋਂ ਆਉਂਦੇ ਆ, ਪੰਜਾਬ ਤੋਂ ਆਉਂਦੇ ਆ, ਚਾਹੇ ਉਹ ਫਿਲੀਪੀਨ ਤੋਂ ਕਿਤੋਂ ਵੀ ਮੈਕਸੀਕੋ ਤੋਂ ਆਉਂਦੇ ਕਿਤੋਂ ਵੀ, ਉਹਨਾਂ ਦੀ ਮਾਂ ਲੈਂਗੁਏਜ ਕੋਈ ਹੋਰ ਆ, ਬਿਲਕੁਲ ਇੰਗਲਿਸ਼ ਨਹੀਂ ਹੈਗੀ ਨਹੀਂ। ਅਸੀਂ ਜਿਹੜਾ ਕੀਤਾ ਸੀ ਵੀ ਜੇ 55 ਸਾਲ ਤੋਂ ਉੱਤੇ ਹੈਗਾ, 54 ਸਾਲ ਤੋਂ ਉੱਤੇ ਕੋਈ ਜੀ, ਤਾਂ ਉਹਨੂੰ ਸਿਟੀਜ਼ਨਸ਼ਿਪ ਦਾ ਟੈਸਟ ਨਾ ਦੇਣਾ ਪਵੇ। ਇਹਨਾਂ ਨੇ ਆ ਕੇ ਟੈਸਟ ਲਾ ਤਾ ਜੀ, ਕਹਿੰਦੇ ਨਾਲੇ ਉਮਰ ਵਧਾ ਦਿੱਤੀ 60 ਸਾਲ 65 ਸਾਲ ਕਰਤੀ, ਉਧਰੋਂ 65 ਕਰਤੀ ਜੀ, ਅਸੀਂ ਇੱਧਰ 18 ਸੀ, ਇਹਨਾਂ ਨੇ ਘਟਾ ਕੇ 14 ਕਰਤੀ। ਵੀ ਹੁਣ ਦੱਸੋ 14 ਸਾਲ ਦਾ ਬੱਚਾ ਤੁਹਾਡਾ ਜੀ ਉੱਥੋਂ ਆਇਆ ਪੇਰੈਂਟਸ ਦੇ ਨਾਲ ਜੀ, ਉਹਨੂੰ ਤੁਸੀਂ ਇਹ ਟੈਸਟ ਲਾਉਣੇ। ਅਸੀਂ ਕੀ ਕੀਤਾ, ਉਹ ਜਿਹੜੀ 14 ਤੋਂ 18 ਕਰ ਦਿੱਤੀ ਥੱਲੇ ਵਾਲੀ ਏਜ, ਠੀਕ ਹੈ ਨਾ ਜੀ, ਉੱਪਰ ਵਾਲੀ ਜਿਹੜੀ 65 ਤੋਂ ਲਿਆ ਕੇ 55 ਕਰਤੀ, ਤਾਂ ਕਿ ਹੋਰ ਵੱਧ ਸਿਟੀਜ਼ਨ ਜਿਹੜੇ ਆ ਉਹ ਹੋ ਸਕਦਾ। ਹੁਣ 55 ਸਾਲ ਤੋਂ ਬਾਅਦ ਤੁਸੀਂ ਫਿਰ ਕਹੋ ਜੀ ਅੰਗਰੇਜ਼ੀ ਸਿੱਖੋ, ਇੱਥੇ ਟੈਸਟ ਲਿਖੋ ਆਈਲੈਟ ਦਾ, ਇਹਦੇ ਵਿੱਚ 4 ਸਕੋਰ ਲਵੋ, ਇਹ ਤਾਂ ਨਹੀਂ ਨਾ ਹੋ ਸਕਦਾ। ਉਹ ਕੰਮ ਵੀ ਸੀ ਕਿਤੇ, ਜਿਹਦੇ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿਟੀਜ਼ਨ ਨੇ, ਔਰ ਅੱਗੇ ਅਸੀਂ ਸਿਟੀਜ਼ਨਸ਼ਿਪ ਦੀ ਸੈਰੇਮਨੀ ਤੇ ਜਾਂਦੇ ਸੀ, ਆਪਣਾ ਪੰਜਾਬੀ ਬੰਦਾ ਨਹੀਂ ਸੀ ਦੀਨਾ ਹੁੰਦਾ ਜੀ, ਬਿਲਕੁਲ। ਹੁਣ ਜਾਂਦੇ ਆ, ਹੁਣ ਦੇਖਦੇ ਹਾਂ ਅਸੀਂ ਪੱਗ ਬੰਨ ਕੇ ਸਰਦਾਰ ਜੀ ਬੀਬੀ ਸੂਟ ਪਾ ਕੇ ਜਾਂਦੀਆਂ। ਅੱਛਾ, ਹੁਣ ਵੀ ਟੈਸਟ ਦੇਣਾ ਪੈਂਦਾ? ਹੁਣ 55 ਤੋਂ ਉੱਤੇ ਕੋਈ ਨਹੀਂ। ਅੱਛਾ, ਇੰਗਲਿਸ਼ਾਂ ਦੀ ਜੀ, ਹੁਣ ਇਹ ਜਿੰਨਾ ਟਾਈਮ ਉਹਨਾਂ ਨੇ ਪਹਿਲਾਂ ਲਾਇਆ ਜੀ, ਉਹਦਾ ਜਿੰਨਾ ਟਾਈਮ ਲਾਇਆ ਉਹਦਾ ਅੱਧਾ ਅਪ ਟੂ ਮੈਕਸੀਮਮ 1 ਈਅਰ ਅਸੀਂ ਕ੍ਰੈਡਿਟ ਦੇਵਾਂਗੇ। ਬਾਅਦ ਤੁਸੀਂ 2 ਸਾਲ ਲਾਵੋ, ਆਪਣੀ ਕੈਨੇਡੀਅਨ ਸਿਟੀਜ਼ਨ ਲਵੋ, ਫੁੱਲ ਫਲੈਜ ਕੈਨੇਡੀਅਨ ਸਿਟੀਜ਼ਨ ਬਣ ਕੇ ਮੌਜਾਂ ਮਾਣੋ। ਕੀ ਬਾਤ ਹੈ ਜੀ, ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ। ਤੁਸੀਂ ਜਿਹੜੇ ਸਾਰੇ ਪ੍ਰੋਗਰਾਮ ਲੈ ਕੇ ਆਏ, ਤੁਹਾਡੀ ਸਰਕਾਰ ਗੁੱਡ, ਮੈਂ ਕਿੰਨਾ ਵੀ ਕੰਮ ਕਰ ਰਹੀ ਹੈ ਇਸ ਤਰੀਕੇ, ਇਹਦੇ ਉੱਤੇ ਬਹੁਤ ਵਧੀਆ। ਸਾਰੇ ਜਿਹੜੇ ਚੰਗੇ ਨਹੀਂ ਹੈਗੇ ਉਹ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਆਉਣ ਵਾਲੇ ਸਮੇਂ 'ਚ ਅਸੀਂ ਉਹਨੂੰ ਗੁੱਡ ਕਰ ਦਈਏ। ਅੱਛਾ, ਨਾਲ ਦੀ ਨਾਲ ਇੱਕ ਹੋਰ ਇਹਦੇ ਨਾਲ ਹੀ ਜੁੜਦਾ ਕੁਐਸਚਨ ਹੈ ਮੇਰਾ ਆਪਣਾ ਵੀ ਤੇ ਪਬਲਿਕ ਦਾ ਵੀ। ਕਹਿੰਦੇ ਵਰਕ ਪਰਮਿਟ ਬਹੁਤ ਦੇਣ ਲੱਗ ਪਈ ਸਰਕਾਰ, ਇਹਨਾਂ ਦਿਨਾਂ ਦੇ ਵਿੱਚ ਬੜੇ ਵਰਕ ਪਰਮਿਟ ਦੇ ਰਹੇ ਨੇ, ਜਾਂ ਕਿਤੇ ਕੰਮ ਦੀ ਪਹਿਲਾਂ ਘੱਟ ਹੁੰਦੇ ਸੀ ਪਰ ਹੁਣ ਬਹੁਤ ਹੋ ਗਿਆ, ਇਹਦਾ ਵੀ ਕੋਈ ਸਰਕਾਰ ਦਾ ਹੱਥ ਹੈ ਇਹਦੇ ਵਿੱਚ ਵੀ, ਜਾਂ ਤੁਸੀਂ ਓਪਨ ਕੀਤੇ ਹੋਇਆ? ਅੱਛਾ, ਜਦੋਂ ਕੋਈ ਪਲੇਅਰ ਸਪੋਰਟਸ ਦੇ ਵਿੱਚ ਆਉਂਦਾ, ਖਾਸ ਕਰਕੇ ਮੈਂ ਕਬੱਡੀ ਨਾਲ ਰਿਲੇਟਡ ਗੱਲ ਕਰ ਲੈਣਾ, ਕਬੱਡੀ ਦੇ ਵਿੱਚ ਉੱਥੋਂ ਤੁਸੀਂ ਵੀਜ਼ਾ 100 ਪਾਇਲਟ ਪ੍ਰੋਗਰਾਮ ਇੱਕ ਚਲਾਇਆ ਹੋਇਆ, ਤੁਸੀਂ ਉਹਦੇ ਵਿੱਚ ਮਿਲ ਜਾਂਦੇ ਆ ਕਬੱਡੀ 100 ਪਲੇਅਰਸ ਦਾ। ਪਾਇਲਟ ਪ੍ਰੋਗਰਾਮ ਦੇ ਵਿੱਚ ਮੰਨ ਲਓ ਤੁਸੀਂ 100 ਪਲੇਅਰ ਆ ਗਿਆ, 100 ਪਲੇਅਰ 'ਚੋਂ 50 ਪਲੇਅਰ ਨੇ ਵਰਕ ਪਰਮਿਟ ਇੱਥੇ ਐਪਲੀਕੇਸ਼ਨ ਦੇ ਦਿੱਤੀ। ਵਰਕ ਪਰਮਿਟ ਤੁਹਾਡੀ ਸਰਕਾਰ ਦੇ ਦਿੰਦੀ ਉਹਨਾਂ ਨੂੰ, ਪਰ ਉਹ ਪਾਇਲਟ ਪ੍ਰੋਗਰਾਮ ਇਹ ਕਹਿ ਰਿਹਾ ਕਿ ਯੂ ਹੈਵ ਟੂ ਗੋ ਬੈਕ, ਤੁਹਾਨੂੰ ਵਾਪਸ ਮੁੜਨਾ ਪੈਣਾ, ਪਲੇਅਰ ਨੂੰ ਹੈਵ ਟੂ ਮੁੜਨਾ ਹੀ ਪੈਣਾ। ਉਹਦੇ ਵਿੱਚ ਪਾਇਲਟ ਪ੍ਰੋਗਰਾਮ ਦੇ ਵਿੱਚ ਇਹ ਸਕੀਮ ਲਾਈ ਹੋਈ ਹੈ ਜਾਂ ਨਹੀਂ ਹੈਗੀ ਉਹਦੇ ਵਿੱਚ ਇਹ ਸਕੀਮ? ਦੇਖੋ, ਇਹ ਤੁਸੀਂ ਬਿਲਕੁਲ ਉਹੀ ਗੱਲ ਲੈਂਦੇ ਨੇ ਜਿਹੜੀ ਮੈਂ ਪਹਿਲਾਂ ਜਿਹਦੇ ਕਰਕੇ ਮੈਂ ਦੁਖੀ ਹੋਇਆ ਸੀ ਜੀ ਕਬੱਡੀ ਤੋਂ ਜੀ। ਮੈਂ ਕਿਹਾ ਵੀ ਜੇ ਉਹ 100 ਪਲੇਅਰ ਅਸੀਂ ਲੈ ਕੇ ਆਉਂਦੇ ਹਾਂ, ਜੇ ਅਸੀਂ ਉਹ 100 ਦਾ ਪਲੇਅਰ ਦੇਖੀਏ ਜੀ, ਵੀ ਬਾਕੀ ਉਹ ਪਲੇਅਰ ਜਿਹੜੇ ਨੇ ਖੇਡ ਦੇ ਪਲੇਅਰ ਆ ਰਹੇ, ਚੰਗੇ ਪਲੇਅਰ ਨੇ ਜੀ, ਮੈਂ ਤੁਹਾਨੂੰ ਗਰੰਟੀ ਕਰਦਾ ਇੱਕ ਵੀ ਜਿਹੜਾ ਵਾ ਪਲੇਅਰ ਉਹ ਅਪਲਾਈ ਨਹੀਂ ਕਰੂ ਵਰਕ ਪਰਮਿਟ। ਕਿਉਂ? ਕਿਉਂਕਿ ਉਹਨਾਂ ਦਾ ਜਿਹੜਾ ਕੈਰੀਅਰ ਆ, ਉਹਨਾਂ ਦੇ ਚਾਹੇ ਉਹ ਆਸਟ੍ਰੇਲੀਆ 'ਚ ਖੇਡਣ, ਚਾਹੇ ਇੰਗਲੈਂਡ 'ਚ ਖੇਡਣ, ਚਾਹੇ ਪੰਜਾਬ 'ਚ ਖੇਡਦੇ ਆ, ਚਾਹੇ ਕੈਨੇਡਾ 'ਚ ਖੇਡਣ, ਉਹ ਵਾਪਸ ਜਾਂਦੇ। ਐਗਜੈਕਟਲੀ, ਜਦੋਂ ਅਸੀਂ ਕਬੂਤਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਉਦੋਂ ਇਹ ਵਰਕ ਪਰਮਿਟਾਂ ਦਾ ਜਿਹੜਾ ਸਿਲਸਿਲਾ ਉਹ ਵਧਿਆ। ਪਹਿਲਾਂ ਇਹ ਹੁੰਦਾ ਸੀਗਾ ਜੀ ਬਈ ਤੁਸੀਂ ਅੰਬੈਸੀ ਜਾ ਕੇ ਰਿਪੋਰਟ ਕਰੋ ਜੀ ਉੱਥੇ ਚੰਡੀਗੜ੍ਹ। ਹਾਂ, ਇਹ ਅਸੀਂ ਕੀ ਕੀਤਾ ਜੀ, ਇੱਥੇ ਇਹਨਾਂ ਨੇ ਐਸੋਸੀਏਸ਼ਨ ਨੇ ਉਹ ਕਰ ਕੁਰਾ ਕੇ ਵੀ ਜੀ ਤੁਸੀਂ ਸਾਨੂੰ ਸਟੈਂਪ ਦੇ ਦਿਓ, ਫਿਰ ਕੀ ਕਰਦੇ ਸੀ ਤੇ ਵਰਕ ਪਰਮਿਟ ਲੈ ਲੈਂਦੇ ਸੀ, ਸਟੈਂਪ ਦਿਖਾਉਣ ਦੇ ਜੀ ਵਾਪਸ ਆ ਜਾਂਦੇ ਜੀ। ਇਸੇ ਕਰਕੇ ਹੁਣ ਅੱਜ ਕਿਉਂ ਆ ਉਹ ਜਿਹੜਾ ਪਾਇਲਟ ਪ੍ਰੋਜੈਕਟ 100 ਦਾ ਇਸ ਸਾਲ ਨਹੀਂ ਹੈ, ਕਿਉਂ? ਕਿਉਂਕਿ ਜਦੋਂ ਅੱਛਾ ਇਸ ਸਾਲ ਤੁਹਾਨੂੰ ਹੁਣ ਇਹ ਇਸ ਸਾਲ ਦੀ ਵੀ, ਸੋਰੀ ਮੈਂ ਤੁਹਾਡੀ ਗੱਲ ਕਰਤੀ, ਦਰਸ਼ਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ, ਜਿਹੜੀ ਇਸ ਸਾਲ ਕਬੱਡੀ ਹੋਵੇਗੀ ਉਹਦੇ 'ਚ ਕੋਈ ਆ ਰਹੇ ਨੇ ਪਲੇਅਰ, ਜਾਂ ਕੋਈ ਇਹੋ ਜਿਹਾ 100 ਪਾਇਲਟ ਪ੍ਰੋਗਰਾਮ ਹੈ ਜਾਂ ਨਹੀਂ? ਉਹ ਖਤਮ ਹੈ, ਕਿਉਂਕਿ ਐਸ ਫਾਰ ਐਜ ਮੇਰੀ ਇਨਫੋਰਮੇਸ਼ਨ ਆ, ਜਦੋਂ ਮੈਂ ਲਾਸਟ ਥਰਸਡੇ ਗੱਲ ਕੀਤੀ ਆ ਮੰਤਰੀ ਦੇ ਸਟਾਫ ਦੇ ਨਾਲ ਔਰ ਦੂਸਰੇ ਐਮ ਪੀ ਜਿਹੜੇ ਇਹਦੇ ਨਾਲ ਡੀਲ ਕਰਦੇ ਸੀਗੇ ਕਬੱਡੀ ਨਾਲ, ਉਹਨਾਂ ਨੇ ਇਹ ਕਿਹਾ ਵੀ ਇਹ ਇਸ ਸਾਲ ਜਿਹੜਾ ਪ੍ਰੋਗਰਾਮ ਆ ਇਹ ਸਕ੍ਰੈਪ ਕਰ ਦਿੱਤਾ। ਅੱਛਾ ਜੀ, ਕੀ ਕਾਰਨ? ਕੀ ਕਾਰਨ? ਇੱਕੋ ਹੀ ਆ, ਜਿਹੜਾ ਡਰਗ ਟੈਸਟ ਨਹੀਂ ਸੀ ਕਰਦੇ, ਆ ਕੇ ਇੱਥੇ ਲੋਕਾਂ ਦੀਆਂ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਸੀ, ਕਿਉਂਕਿ ਡਰਗ ਦੇ ਟੀਕੇ ਲਾ ਲਏ ਬੱਚੇ ਇੱਥੇ, ਮਾਂ ਪਿਓ ਦੇ ਜਿਹਦੇ ਮਰਦੇ 2-3 ਪਲੇਅਰ ਤੁਸੀਂ ਸੁਣੇ ਹੋਣਾ ਵੀ ਕੈਜੁਅਲਟੀਜ਼ ਹੋਈਆਂ, ਕਿਉਂਕਿ ਦੁੱਖ ਦੀ ਗੱਲ ਹੈਗੀ ਆ ਦੇਖੋ ਉਹਨਾਂ ਦੀ। ਅੱਛਾ, ਮੇਨ ਮੁੱਦਾ ਇਹੀ ਰਿਹਾ ਉਹਨਾਂ ਦਾ ਵੀ ਐਤਕੀ, ਉਹਨਾਂ ਤੱਕ ਇਹ ਗੱਲਾਂ ਸਾਰੀਆਂ ਪਹੁੰਚ ਗਈਆਂ? ਪਹੁੰਚ ਗਈਆਂ ਜੀ, ਦੇਖੋ ਵੀ ਜਿਹੜੇ ਇਹ ਕਬੂਤਰਬਾਜ਼ੀ ਆ ਇਹ ਵੀ ਬੰਦ ਕਰੋ, ਚੰਗੇ ਪਲੇਅਰ ਆਉਣ ਜੇ ਆਉਣੇ ਆ ਤਾਂ, ਟੀਕਿਆਂ ਤੋਂ ਬਿਨਾਂ ਜਿਹੜੇ ਆ ਉਹ ਆਉਣ, ਫਿਰ ਚਲੋ ਮੰਨ ਸਕਦੇ ਹਾਂ ਵੀ ਫਿਰ ਤੁਸੀਂ ਇਹ ਵੀ ਕਹਿੰਦੇ ਸੁਧਾਰ ਆਜੂਗਾ, ਜਿਹੜੇ ਆ ਤੁਸੀਂ ਕਹਿੰਦੇ ਐਗਜੈਕਟਲੀ ਆਊਗਾ ਜੀ, ਆਊਗਾ ਨਾ, ਵਰਕ ਪਰਮਿਟ ਲਈ ਜਾਂਦੇ ਨੇ ਜਾਂ ਹੋਰ ਕਰਦੇ ਨੇ ਉਹ ਵਾਪਸ ਜਾਣਗੇ, ਔਰ ਉਹਨਾਂ 'ਚੋਂ ਤੁਸੀਂ ਦੇਖ ਲਓ ਵੀ ਜਿਹਨੇ ਵਰਕ ਪਰਮਿਟ ਲਏ ਆ ਉਹਨਾਂ 'ਚ ਕਿੰਨੇ ਕਬੂਤਰਬਾਜ਼ੀ ਕੀਤੇ ਵਾਲੇ ਆ, ਕਿੰਨੇ ਪਲੇਅਰਾਂ ਨੇ। ਹਾਂ, ਜੇ ਕੋਈ ਇੱਕਾ ਦੁੱਕਾ ਪਲੇਅਰ ਲੈ ਲੈਂਦਾ ਉਹਦੇ ਵਿੱਚ ਨਾ ਕੋਈ ਕਬੱਡੀ ਆਰਗਨਾਈਜੇਸ਼ਨ ਦਾ ਕਸੂਰ ਆ ਜੀ, ਠੀਕ ਹੈ, ਨਾ ਕਿਸੇ ਕਲੱਬ ਦਾ ਕਸੂਰ ਆ ਜੀ, ਠੀਕ ਹੈ ਨਾ, ਉਹ ਤਾਂ ਹੁਣ ਜੇ ਬੰਦਾ ਹੀ ਮਾਨੀ ਬੇਈਮਾਨ ਹੋ
ਅੱਛਾ ਮੇਰਾ ਆਪਣਾ ਸੀ ਆਇਆ ਤੁਹਾਨੂੰ ਤੁਸੀਂ ਵੀ ਰੱਖ ਸਕਦੇ ਹੋ ਗਾ ਜਦੋਂ ਵੀ ਮੀਟਿੰਗ 'ਚ ਕਿਤੇ ਤੁਹਾਨੂੰ ਮੌਕਾ ਮਿਲਦਾ ਜਾਣ ਦਾ ਵਾਈ ਨੋਟ ਕਿ ਉੱਥੋਂ ਵੀਜ਼ਾ ਹੀ ਉਹੋ ਜਿਹਾ ਐਪਲੀਕੇਸ਼ਨ ਦੇ ਉੱਤੇ ਤੁਹਾਡਾ ਵੀਜ਼ਾ ਹੀ ਉਹੋ ਜਿਹਾ ਹੋਣਾ ਚਾਹੀਦਾ ਕਬੱਡੀ ਲਈ ਜਾਂ ਹੋਰ ਸਪੋਰਟਸ ਲਈ ਰੈਸਲਿੰਗ ਜਾਂ ਕੋਈ ਵੀ ਸਪੋਰਟਸ ਲਈ ਆਉਂਦੇ ਆ ਹਾਕੀ ਦੀ ਗੱਲ ਕਰ ਲਈਏ ਕ੍ਰਿਕਟ ਦੀ ਗੱਲ ਕਰੀਏ ਉਹ ਵੀਜ਼ਾ ਕੈਟਾਗਰੀ ਉਹ ਹੋਣੀ ਚਾਹੀਦੀ ਉਹ ਆ ਕੇ ਵਰਕ ਪਰਮਿਟ ਅਪਲਾਈ ਹੀ ਨਾ ਕਰ ਸਕੇ ਹਾਂ ਉਹ ਵੀ ਮੈਂ ਗੱਲ ਕੀਤੀ ਸੀ ਇਹ ਵੀ ਬਹੁਤ ਵਧੀਆ ਤੁਸੀਂ ਦੇਖੋ ਬੜਾ ਵਧੀਆ ਪੁਆਇੰਟ ਲੈਂਦਾ ਹੈ ਲੱਕੀ ਜੀ ਪਰ ਚੰਗਾ ਹੁੰਦਾ ਨਾ ਜਦੋਂ ਆਪਾਂ ਡਿਸਕਸ਼ਨ ਕਰਦੇ ਹਾਂ ਇਹ ਚੀਜ਼ਾਂ ਆਉਂਦੀਆਂ ਨੇ ਕਿਉਂਕਿ ਇਹ ਚੀਜ਼ ਸਾਨੂੰ ਵੀ ਆਈ ਅਸੀਂ ਜਿਹੜਾ ਅਸੀਂ ਸਾਰੇ ਐਮ ਪੀਜ਼ ਨੇ ਇਹ ਰੱਖਿਆ ਉੱਥੇ ਮਨਿਸਟਰ ਦੇ ਨਾਲ ਜੀ ਉਹ ਮਨਿਸਟਰ ਕਹਿੰਦੇ ਵੀ ਸਾਡੀ ਇੱਕ ਇੰਟਰਨੈਸ਼ਨਲ ਸੰਧੀ ਆ ਠੀਕ ਹੈ ਨਾ ਜੀ ਵੀ ਜਿਹੜਾ ਬੰਦਾ ਇੱਥੇ ਉਤਰਿਆ ਆਉਂਦਾ ਉਹ ਜੇ ਉਹਨੂੰ ਵਰਕ ਪਰਮਿਟ ਸਪੋਜ਼ ਕਰੋ ਵੀ ਨਹੀਂ ਦਿੰਦੇ ਆਪਾਂ ਕਹਿੰਦੇ ਨਹੀਂ ਦੇਣਾ ਜਿਹਨੇ ਰਹਿਣਾ ਹੀ ਆ ਉਹ ਕੱਲ੍ਹ ਨੂੰ ਰਿਫਿਊਜੀ ਅਪਲਾਈ ਕਰ ਦਿੰਦਾ ਜੀ ਉਹ ਜਦੋਂ ਰਿਫਿਊਜੀ ਅਪਲਾਈ ਕੀਤਾ ਉਹ ਸਰਕਾਰ ਤੇ ਬੋਝ ਬਣ ਗਿਆ ਟੈਕਸਪੇਅਰ ਤੇ ਬੋਝ ਬਣ ਗਿਆ ਉਹਨੇ ਰਹਿਣਾ ਤਾਂ ਹੈ ਹੀ ਆ ਪਰ ਹੁਣ ਜੇ ਉਹ ਵਰਕ ਪਰਮਿਟ ਲੈਂਦਾ ਜੀ ਜੇ ਉਹ ਕੰਮ ਕਰਦਾ ਠੀਕ ਹੈ ਨਾ ਉਹ ਕੁਛ ਨਾ ਕੁਛ ਸਰਕਾਰ ਨੂੰ ਟੈਕਸ ਪੇ ਕਰਦਾ ਉਹ ਟੈਕਸ ਪੇਅਰ ਦੇ ਔਰ ਜਿਹੜੀ ਇੱਥੇ ਦੀ ਪ੍ਰੋਡਕਟਿਵਿਟੀ ਹੈ ਜਿਹੜੇ ਫੀਲਡ 'ਚ ਲੋੜ ਆ ਇਸ ਵੇਲੇ ਉਹ 'ਚ ਐਲ ਐਮ ਆਈ ਮਿਲਦੀ ਜੇ ਸਪੋਜ਼ ਕਰੋ ਅੱਜ ਫਾਰਮਿੰਗ ਦੇ ਵਿੱਚ ਜਾਂ ਕਲੀਨ ਅਪ ਦੇ ਵਿੱਚ ਜਾਂ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਜਿੱਥੇ ਜਿੱਥੇ ਬੰਦਿਆਂ ਦੀ ਟਰੱਕ ਡਰਾਈਵਿੰਗ ਦੇ ਵਿੱਚ ਇਸ ਵੇਲੇ ਬਹੁਤ ਵੱਡੀ ਸ਼ੋਰਟੇਜ ਆ ਜਦੋਂ ਉਹ ਸਾਨੂੰ ਚਾਹੀਦੇ ਆ ਟੈਂਪਰੇਰੀ ਵਰਕਰ ਜੇ ਉੱਥੇ ਉਹ ਲੈਂਦਾ ਤਾਂ ਉਹ ਟੈਕਸ ਤਾਂ ਪੇ ਕਰਦਾ ਨਹੀਂ ਕੀ ਕਰੂ ਉਹ ਰਿਫਿਊਜੀ ਅਪਲਾਈ ਕਰੋ ਜੀ ਠੀਕ ਹੈ ਨਾ ਠੀਕ ਹੈ ਰਿਫਿਊਜੀ ਅਪਲਾਈ ਹਾਂਜੀ ਰਿਫਿਊਜੀ ਅਪਲਾਈ ਕਰਨ ਦੇ ਨੰਬਰ ਤਾਂ ਹੀ ਘਟੇ ਸੀ ਇਹਦੇ ਨਾਲ ਕੀ ਹੋਇਆ ਜਿਹੜਾ ਕਬੱਡੀ ਐਸੋਸੀਏਸ਼ਨ ਕਬੱਡੀ ਮਾਂ ਖੇਡਦਾ ਔਰ ਸਾਡੀ ਕਮਿਊਨਿਟੀ ਦਾ ਨਾਮ ਬਦਨਾਮ ਹੋ ਰਿਹਾ ਜੀ ਬਿਲਕੁਲ ਠੀਕ ਹੈ ਨਾ ਹੁਣ ਜਿਹੜੀਆਂ ਆਰਗੇਨਾਈਜੇਸ਼ਨ ਹਰ ਰੋਜ਼ ਕਲੱਬ ਇਸ ਚੀਜ਼ ਨੂੰ ਆਰਗੇਨਾਈਜ਼ ਕਰਦੇ ਉਹਨਾਂ ਦਾ ਵੀ ਤਾਂ ਨਾਲ ਇਰਾਦਾ ਬਣਾਇਆ ਸੀ ਉੱਥੋਂ ਵਰਕ ਪਰਮਿਟ ਅਪਲਾਈ ਕਰੇ ਕੰਪਨੀ ਉਹਨੂੰ ਐਲ ਐਮ ਆਈ ਦਿੰਦੀ ਹੈ ਤੇ ਉੱਥੇ ਵੀਜ਼ਾ ਅਫਸਰ ਦਊਗਾ ਤੇ ਉਹ ਆ ਜਾਵੇ ਕਿਆ ਬਾਤ ਠੀਕ ਹੈ ਨਾ ਜੀ ਪਰ ਜੇ ਤੁਸੀਂ ਕਬੱਡੀ ਖੇਡ ਕੇ ਮੁੜ ਜਾਓ ਜੀ ਇਹ ਹੋ ਗਈ ਤੁਸੀਂ ਹੁਣ ਰਿਫਿਊਜੀਆਂ ਦੀ ਗੱਲ ਕੀਤੀ ਜੀ ਇਹ ਹੁਣ ਦੇਖੋ ਇਹ ਵੀ ਇਸ਼ੂ ਆਇਆ ਬਾਰਡਰ ਪਾਰ ਕਰੀ ਜਾਂਦੇ ਸੀ ਜੀ ਪਰ ਉਸ ਵੇਲੇ ਕਾਨੂੰਨ ਸੀਗਾ ਕਿ ਸੇਫ ਥਰਡ ਵਰਲਡ ਕੰਟਰੀ ਜੀ ਠੀਕ ਹੈ ਨਾ ਉਹ ਜਿਹੜੀ ਆ ਉਹ ਸਿਰਫ ਜਿੱਥੇ ਕੰਟਰੋਲਡ ਬਾਰਡਰ ਨੇ ਜਿਵੇਂ ਪੈਸਿਫਿਕ ਬਾਰਡਰ ਹੋਇਆ ਪੀਸ ਆਰਚ ਬਾਰਡਰ ਹੋਇਆ ਜੀ ਇਹੋ ਜਿਹੇ ਬਾਰਡਰ ਤੇ ਉਹ ਸੁਮਸ ਬਾਰਡਰ ਹੈਗਾ ਜਾਂ ਹੋਰ ਬਾਰਡਰ ਉਹਨਾਂ ਉੱਥੇ ਤਾਂ ਲਾਗੂ ਆ ਪਾਲਿਸੀ ਉੱਥੋਂ ਨਹੀਂ ਲੰਘ ਸਕਦਾ ਅੱਛਾ ਜੀ ਵਾਜਬ ਉੱਥੋਂ ਉਹਨਾਂ ਨੇ ਉੱਥੇ ਹੀ ਰੋਕ ਦੇਣਾ ਕਹਿਣਾ ਤਿੱਤਰ ਹੋ ਵਾਪਸ ਜਾ ਅੱਛਾ ਜੀ ਠੀਕ ਹੈ ਨਾ ਪਰ ਉਹ ਇਲੀਗਲ ਜਿਹੜੇ ਸੀਗੇ ਉਹ ਅਨਕੰਟਰੋਲਡ ਬਾਰਡਰ ਤੋਂ ਪਾਰ ਹੋਣ ਲੱਗ ਗਏ ਅੱਛਾ ਜੀ ਸੋ ਕਿਸੇ ਨਾ ਕਿਸੇ ਕਾਰਨ ਤੁਹਾਡਾ ਕਹਿੰਦਾ ਮਤਲਬ ਇਸ ਕੰਟਰੀ ਚੋਂ ਆ ਜਾਂਦੇ ਸੀ ਤੇ ਮੁੜ ਕੇ ਆ ਕੇ ਅਪਲਾਈ ਕਰਦੇ ਸੀ ਅਪਲਾਈ ਫਿਰ ਉਹ ਕਹਿੰਦੇ ਸੀ ਅਸੀਂ ਰਿਫਿਊਜੀ ਆ ਬਾਹਰ ਕਰਕੇ ਉਹਨੂੰ ਅਸੀਂ ਨੱਤ ਪਾਉਣੀ ਚਾਹੀਦੀ ਕਿਉਂਕਿ ਦੇਖੋ ਹੁਣ ਸਿਸਟਮ ਤਾਂ ਬਣਾਉਣਾ ਹੀ ਪਊ ਜੀ ਅਸੀਂ ਇੱਕ ਫਾਸਟ ਟਰੈਕ ਕੀਤਾ ਫਿਰ ਬਿੱਲ ਜਦੋਂ ਆ ਬਜਟ ਬਿੱਲ ਦੇ ਵਿੱਚ ਓਮਨੀ ਬੱਸ ਬਿੱਲ ਦੇ ਵਿੱਚ ਲਿਆਂਦਾ ਵੀ ਜੇ ਕਿਸੇ ਨੇ ਇਹ ਸੇਫ ਕੰਟਰੀ ਇਹ ਅਪਲਾਈ ਕੀਤਾ ਦੂਜੀ ਕੰਟਰੀ ਹੁਣ ਅਮਰੀਕਾ ਤੋਂ ਆਉਂਦੇ ਨਾ ਉਹ ਨਾ ਕੇ ਜੀ ਬਿਲਕੁਲ ਵੀ ਜੇ ਉਹਨਾਂ ਨੇ ਅਮਰੀਕਾ 'ਚ ਅਪਲਾਈ ਕਰ ਦਿੱਤਾ ਆ ਗਏ ਉੱਤਰ ਗਏ ਉਹ ਜੇ ਕੈਨੇਡਾ ਆਉਂਦੇ ਆ ਉਹ ਨਹੀਂ ਆ ਸਕਣਗੇ ਜੀ ਉਹਨੂੰ ਅਸੀਂ ਕਹਿਤਾ ਵੀ ਉਹ ਬਰੰਗ ਲਫਾਫੇ ਨੂੰ ਵਾਪਸ ਭੇਜੋ ਚਾਹੇ ਉਹ ਕੈਨੇਡਾ 'ਚ ਹੀ ਹੋਣ ਨਹੀਂ ਕਿਸੇ ਤਰੀਕੇ ਨਾਲ ਉਹ ਵੜ ਗਿਆ ਕੈਨੇਡਾ ਵੜ ਗਏ ਕੈਨੇਡਾ 'ਚ ਜੇ ਉਹ ਅਪਲਾਈ ਕਰਦੇ ਆ ਹਾਂਜੀ ਸੇਮ ਟਾਈਮ ਅਮਰੀਕਾ ਵੀ ਹੈਗੇ ਆ ਉਹਦੇ 'ਚ ਇਹ ਰਹੂਗਾ ਵੀ ਰਿਫਿਊਜੀ ਪ੍ਰੋਸੈਸ ਦੇ ਵਿੱਚੋਂ ਜਾਵੇ ਜੀ ਅਸੀਂ ਉਹਦਾ ਟੈਸਟ ਜਿਹੜੇ ਕਿਉਂਕਿ ਸਾਰੀਆਂ ਇੰਟਰਨੈਸ਼ਨਲ ਸੰਧੀ ਉਹਨੂੰ ਅਸੀਂ ਵਾਪਸ ਕਰ ਦਈਏ ਪਰ ਐਨਡੀਪੀ ਨੇ ਉਹਦਾ ਵਿਰੋਧ ਕੀਤਾ ਐਨਡੀਪੀ ਕਹਿੰਦੀ ਮੈਂ ਇੱਥੇ ਸੁਣਦਾ ਸੀ ਕਹਿੰਦੇ ਵੀ ਟੂਡੋ ਨੇ ਮੰਜੇ ਉਹ ਭਾਈ ਟੂਡੋ ਨੇ ਤਾਂ ਮੰਜੇ ਜਿਹੜੇ ਡਾਏ ਹੋਏ ਉਹ ਬੰਦ ਕਰਤੇ ਇਹ ਐਨਡੀਪੀ ਕਹਿੰਦੀ ਫਿਰ ਐਨਡੀਪੀ ਦਾ ਲੀਡਰਸ਼ਿਪ ਤੇ ਐਨਡੀਪੀ ਦਾ ਕ੍ਰੀਏਟਰ ਕਹਿੰਦਾ ਨਹੀਂ ਜੀ ਨਹੀਂ ਇਹਨਾਂ ਨੂੰ ਖੁੱਲੇ ਆਉਣ ਦਿਓ ਜਿੰਨੇ ਆਉਂਦੇ ਆ ਰਿਫਿਊਜੀ ਇਹ ਤੁਸੀਂ ਗਲਤ ਕਰ ਦਿੱਤਾ ਜਿਹੜਾ ਇਹ ਬਿੱਲ ਲਿਆ ਕੇ ਪਾਸ ਕੀਤਾ ਨਾ ਹੁਣ ਕਾਨੂੰਨ ਬਣਾਇਆ ਵੀ ਰਿਫਿਊਜੀ ਜਿਹੜੇ ਆ ਜਿਹਨਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਬੰਦ ਕਰ ਦਿਓ ਕਹਿੰਦੇ ਜੀ ਤੁਸੀਂ ਇਹ ਇੰਟਰਨੈਸ਼ਨਲ ਸੰਧੀ ਦੀ ਇਹ ਹਿਊਮਨ ਰਾਈਟਸ ਦੀ ਉਲੰਘਣਾ ਕਰਦੇ
ਮਤਲਬ ਇਹ ਐਨ ਡੀ ਪੀ ਤਾਂ ਹੁਣ ਚਾਹੁੰਦੀ ਹੈ ਵੀ ਜਿਹਨੂੰ ਮਰਜ਼ੀ ਲਿਆਓ ਉਹਨਾਂ ਨੂੰ ਛੇਤੀ ਛੇਤੀ ਇਮੀਗ੍ਰੇਸ਼ਨ ਦਿਓ, ਪੱਕੇ ਕਰੀ ਚੱਲੋ। ਮੈਂ ਕਿਹਾ ਇਹ ਨਹੀਂ, ਇਹ ਜਦੋਂ ਸਾਨੂੰ ਪਤਾ ਲੱਗਿਆ ਗੌਰਮੈਂਟ ਨੂੰ, ਅਸੀਂ ਇਹ ਬਣਦਾ ਸਟੈਪ ਪੋਜ਼ਿਟਿਵ ਜਿਹੜਾ ਸੀ ਉਹ ਪਿਛਲੇ ਬਿੱਲ 'ਚ ਲਿਆ। ਹੋਰ ਵੀ ਜਿਹੜੀਆਂ ਦੇਖੋ ਹੁਣ ਤਾਂ ਜਿਹੜਾ ਸਿਸਟਮ 'ਚ ਆਉਂਦੀਆਂ ਇਮੀਗ੍ਰੇਸ਼ਨ, ਸਾਨੂੰ ਲੱਗਦਾ ਕਿ ਕੋਈ ਨਾ ਕੋਈ ਲੂਪ ਹੋਲ ਲੱਭਦੇ ਆ। ਇਮੀਗ੍ਰੇਸ਼ਨ ਮੰਤਰੀ, ਸਾਡੇ ਪ੍ਰਾਈਮ ਮਿਨਿਸਟਰ, ਅਸੀਂ ਐਜ ਐਮ ਪੀ, ਗੌਰਮੈਂਟ ਜਿਹੜੀ ਆ ਉਹ ਹਮੇਸ਼ਾ ਤਤਪਰ ਆ ਵੀ ਸਾਨੂੰ ਦੱਸੋ। ਇੱਕ ਕਮੇਟੀ ਬਣੀ ਹੋਈ ਆ ਜਿਹੜੀ ਇਮੀਗ੍ਰੇਸ਼ਨ ਕਾਕਸ ਕਮੇਟੀ ਹੈਗੀ, ਉਹਦੇ ਵਿੱਚ ਅਸੀਂ ਡਿਸਕਸ ਕਰਦੇ ਹਾਂ ਜਿੱਥੇ ਜਿੱਥੇ, ਜਿਵੇਂ ਹੁਣ ਤੁਸੀਂ ਸਾਨੂੰ ਦੱਸਿਆ, ਉਹਨਾਂ ਨੂੰ ਜਾ ਕੇ ਦੱਸਦੇ ਹਾਂ ਵੀ ਇੱਥੇ ਇੱਥੇ ਪ੍ਰੋਬਲਮ ਆ ਰਹੀ ਆ ਭਾਈ, ਇਹਨੂੰ ਟਾਈਟਨ ਕਰੋ, ਬੰਦ ਕਰੋ, ਇਹਨੂੰ ਸੁਧਾਰ ਕਰੋ। ਉਹ ਜਿਵੇਂ ਜਿਵੇਂ ਇਮੀਗ੍ਰੇਸ਼ਨ ਮੰਤਰੀ ਨੂੰ ਦੱਸ ਰਹੇ ਹਾਂ ਉਹ ਸੁਧਾਰ ਕਰ ਰਿਹਾ, ਸਮਾਂ ਤਾਂ ਲੱਗਦਾ, ਪਰ ਇੱਕ ਚੀਜ਼ ਮੈਂ ਕਹਿ ਸਕਦਾ ਵੀ ਜੋ ਗੌਰਮੈਂਟ ਲਿਬਰਲ ਨੇ ਜੀ ਪੋਜ਼ਿਟਿਵ ਇਮੀਗ੍ਰੇਸ਼ਨ ਤੇ ਕੀਤਾ ਜੀ, ਉਹ ਮੈਂ ਤੁਹਾਨੂੰ ਇਹ ਦੱਸ ਸਕਦਾ ਵੀ ਹੋਰ ਗੌਰਮੈਂਟ ਕਰ ਹੀ ਨਹੀਂ ਸਕਦੀ। ਕੰਜ਼ਰਵੇਟਿਵ ਗੌਰਮੈਂਟ ਜਿਹੜੀ ਆ ਉਹ ਨੇੜੇ ਨੱਪੇ ਵੀ ਨਹੀਂ ਆ ਸਕਦੀ ਜੀ। ਕਿਆ ਬਾਤ ਹੈ ਜੀ, ਧਾਲੀਵਾਲ ਸਾਹਿਬ, ਬਹੁਤ ਜ਼ਿਆਦਾ ਵਧੀਆ ਇਨਫੋਰਮੇਸ਼ਨ ਤੁਸੀਂ ਦਰਸ਼ਕਾਂ ਤੱਕ ਅੱਜ ਪਹੁੰਚਾਈ ਹੈ, ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਾ ਔਰ ਬੜੀ ਇਨਫੋਰਮੇਸ਼ਨ ਵੀ ਤੁਹਾਡੇ ਕੋਲੋਂ ਮਿਲੀ ਆ। ਅੱਛਾ, ਕੀ ਕਹਿਣਾ ਚਾਹੁੰਦੇ ਹੋ ਆਉਣ ਵਾਲੀ ਇਲੈਕਸ਼ਨ ਬਾਰੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਲੈਕਸ਼ਨ ਜਿਹੜੀ ਹੈਗੀ ਆ ਉਹ ਤਾਂ ਮੁੱਦਿਆਂ 'ਤੇ ਲੜੀ ਜਾਂਦੀ ਹੈਗੀ ਆ। ਅੱਜ ਤਾਂ ਹਜੇ ਇਲੈਕਸ਼ਨ ਜਿਹੜੀ ਅਕਤੂਬਰ 'ਚ ਆਉਣੀ ਆ ਜੀ, ਹਜੇ ਤਾਂ ਸਾਨੂੰ ਜਿਹੜਾ ਲੋਕ। ਅੱਛਾ, ਤੁਹਾਡੀ ਤਿਆਰੀ ਆ ਉਦਾਂ ਹੁਣ ਜਿਹੜੀ ਇਲੈਕਸ਼ਨ ਆ ਰਹੀ? ਜਿਹੜੀ ਮੈਂ ਆਪਣੀ ਪਰਸਨਲ ਤੌਰ 'ਤੇ, ਕਿਉਂਕਿ ਮੈਂ ਤਾਂ 24 ਘੰਟੇ ਕਮਿਊਨਿਟੀ 'ਚ ਰਹਿੰਦਾ ਜੀ। ਦੇਖੋ, ਮੈਂ ਕਹਿੰਦਾ ਤੁਸੀਂ 24 ਘੰਟੇ ਤਿਆਰ ਹੀ ਰਹਿੰਦੇ ਹੋ। ਤਿਆਰ ਦਾ ਮਤਲਬ ਯਾਰ, ਦੇਖੋ ਕਮਿਊਨਿਟੀ ਨੇ ਤੁਹਾਨੂੰ ਮੌਕਾ ਦਿੱਤਾ, ਉਹਨਾਂ ਦੀ ਸੇਵਾ। ਇਸ ਵੇਲੇ ਮੈਂ ਇਲੈਕਸ਼ਨ ਬਾਰੇ ਨਹੀਂ ਸੋਚ ਰਿਹਾ, ਮੈਂ ਕਦੇ ਵੀ ਇਲੈਕਸ਼ਨ ਦਾ ਨਹੀਂ ਸੋਚਿਆ, ਚਾਹੇ ਮੈਂ ਚੁਣਿਆ ਹੋਇਆ ਨੁਮਾਇੰਦਾ ਰਿਹਾ ਲੱਕੀ ਜੀ ਚਾਹੇ ਨਹੀਂ ਰਿਹਾ। ਤੁਹਾਡੇ ਦਰਸ਼ਕ ਵੀ ਬਹੁਤ ਸਾਰੇ ਟੀਮ ਪੰਜਾਬੀ ਦੇ ਔਰ ਕਮਿਊਨਿਟੀ, ਇਸ ਗੱਲ ਨੂੰ ਇਹ ਬਿਲਕੁਲ ਮੈਂ ਦਾਅਵੇ ਨਾਲ ਕਹਿ ਸਕਦਾ, ਕੋਈ ਬੰਦਾ ਇਸ ਨੂੰ ਅੱਛਾ ਇੱਕ ਕਹੂਗਾ ਨਹੀਂ ਵੀ ਮੈਂ ਐਕਸੈਸੀਬਲ ਨਹੀਂ ਰਿਹਾ, ਹਮੇਸ਼ਾ ਕਮਿਊਨਿਟੀ 'ਚ ਰਿਹਾ ਔਰ ਇਸੇ ਹਲਕੇ 'ਚ ਰਿਹਾ। ਇਹ ਨਹੀਂ ਵੀ ਅੱਜ ਹਲਕਾ ਇੱਥੋਂ ਬਦਲ ਲਿਆ, ਅੱਜ ਲਿਬਰਲ ਪਾਰਟੀ 'ਚ ਖੜਾ ਹੋ ਗਿਆ, ਕੱਲ੍ਹ ਨੂੰ ਐਨ ਡੀ ਪੀ ਚਲੇ ਗਿਆ, ਪਰਸੋਂ ਕੰਜ਼ਰਵੇਟਿਵ ਚਲੇ ਗਿਆ, ਚੌਥੇ ਨੂੰ ਗ੍ਰੀਨ ਚਲੇ ਗਿਆ, ਇਹ ਵੀ ਨਹੀਂ। ਲਿਬਰਲ ਪਾਰਟੀ 1986 ਜੁਆਇਨ ਕੀਤੀ ਜੀ, ਉਸੇ 'ਚ ਹੀ ਰਹੇ ਹਾਂ, ਇਸੇ ਹਲਕੇ ਤੋਂ ਲੜਦੇ ਰਹੇ ਹਾਂ ਔਰ ਚਾਹੇ ਜਿੱਤਿਆ ਸੀ ਚਾਹੇ ਨਹੀਂ ਜਿੱਤਿਆ, ਚਾਹੇ ਮੈਂ MP ਬਣਿਆ ਸੀ ਚਾਹੇ ਨਹੀਂ ਬਣਿਆ ਸੀ, ਇਸ ਕਮਿਊਨਿਟੀ ਦੇ ਵਿੱਚ ਹੀ ਰਿਹਾ ਔਰ ਇੱਥੇ ਹੀ ਰਹਿਣਾ। ਕਿਆ ਬਾਤ ਹੈ ਜੀ, ਬਹੁਤ ਵਧੀਆ ਗੱਲ ਹੈ, ਬੜਾ ਤਕੜਾ ਤੁਹਾਡਾ ਸਟੈਂਡ ਆ ਔਰ ਹਮੇਸ਼ਾ ਤੁਸੀਂ ਸਟੈਂਡ 'ਤੇ ਖੜ੍ਹਦੇ ਹੋ। ਅੱਛਾ, ਹੁਣ ਕਮਿਊਨਿਟੀ ਦੇ ਵਿੱਚ ਤੁਸੀਂ ਕੰਮ ਕਰਦੇ ਰਹਿੰਦੇ ਹੋ, ਕਮਿਊਨਿਟੀ ਦੇ ਵਿੱਚ ਵਿਚਰਦੇ ਰਹਿੰਦੇ ਹੋ, ਕਦੇ ਤੁਹਾਨੂੰ ਹਰ ਟਾਈਮ ਵੀ ਮਿਲਦਾ, ਤੁਹਾਨੂੰ ਹਰ ਟਾਈਮ ਦੇਖਣਾ ਪੈਂਦਾ, ਕਦੇ ਪਬਲਿਕ ਦੇ ਕੋਲੋਂ ਤੁਹਾਨੂੰ ਹਰ ਟਾਈਮ ਵੀ ਮਿਲਦਾ ਕਿ ਤੁਸੀਂ ਉੱਥੇ ਪਹੁੰਚਦੇ ਹੋ ਤਾਂ ਕਿਤੇ ਨਾ ਕਿਤੇ ਤੁਹਾਨੂੰ ਕੁਛ ਇੱਦਾਂ ਦੇ ਆਨਸਰ ਦੇਣੇ ਪੈਂਦੇ ਜਾਂ ਕੁਐਸਚਨ ਇੱਦਾਂ ਦੇ ਹੋ ਜਾਂਦੇ ਤੁਹਾਡੇ ਨਾਲ? ਕਿਉਂਕਿ ਪਿੱਛੇ ਜੇ ਆਪਾਂ ਗੱਲ ਕਰੀਏ, ਆਪਣੇ ਸਰੀ ਦੇ ਵਿੱਚ ਬੜੀ ਪ੍ਰੋਬਲਮਸ ਆਈ ਆ, ਗੈਂਗਵਾਰ ਦੀ, ਡਰੱਗਸ ਦੀ, ਮੌਤਾਂ ਵੀ ਕਾਫੀ ਹੋਈਆਂ, ਕੀ ਲੋੜ ਆ ਸਰੀ ਦੇ, ਸਿਟੀ ਆਫ ਸਰੀ ਨੂੰ ਜਾਂ ਪੁਲਿਸ ਦੀ ਲੋੜ ਹੈ ਇਹਨਾਂ ਨੂੰ, ਆਪਣੀ ਇੰਡੀਵਿਜੁਅਲ ਪੁਲਿਸ ਜਿਹੜੀ ਆ ਉਹਦੀ ਲੋੜ ਹੈ ਸਿਟੀ ਆਫ ਸਰੀ ਨੂੰ? ਤੁਸੀਂ ਇਹਦੇ ਬਾਰੇ ਕਦੇ ਕੋਈ ਗੱਲਬਾਤ ਕੀਤੀ? ਦੇਖੋ, ਜਿੱਥੇ ਤੁਸੀਂ ਪੁਲਿਸਿੰਗ ਦੀ ਗੱਲ ਕਰਦੇ ਹੈਗੇ ਆ ਜੀ, ਇਹ ਬੜਾ ਵਧੀਆ ਪੁਆਇੰਟ ਰੇਜ਼ ਕੀਤਾ ਆਪਾਂ ਨੂੰ, ਐਕਚੁਅਲੀ ਤੁਹਾਡੇ ਦਰਸ਼ਕਾਂ ਨੂੰ ਵੀ ਔਰ ਮੈਂ ਕਮਿਊਨਿਟੀ ਨੂੰ ਵੀ ਕਲੀਅਰ ਕਰਨਾ ਚਾਹੁੰਦਾ ਜੀ। ਚਾਹੇ ਇੱਥੇ RCMP ਆ ਪਰ ਉਹ ਕੰਟਰੋਲ ਜਿਹੜਾ ਹੈਗਾ ਉਹ ਸਿਟੀ ਦਾ। ਅੱਛਾ ਜੀ, ਹਾਂਜੀ, ਪਰ ਇੱਕ ਮਾਡਲ ਬਣਿਆ ਹੋਇਆ ਵਾ ਲੱਕੀ ਜੀ ਵੀ ਜੇ ਤਾਂ RCMP ਸਿਟੀ 'ਚ ਵਾ ਪੁਲਿਸ ਜੀ, 90% ਖਰਚਾ ਦੇਣਾ ਸਿਟੀ ਨੇ। ਅੱਛਾ ਜੀ, 10% ਖਰਚਾ ਜਿਹੜਾ ਹੈਗਾ ਉਹਨੂੰ ਟ੍ਰੇਨ ਕਰਨ 'ਤੇ RCMP ਨੂੰ ਲਾਉਣਾ ਫੈਡਰਲ ਗਵਰਨਮੈਂਟ, ਅਤੇ ਜਿੱਥੇ ਲੋਕਲ ਪੁਲਿਸ ਆ ਉਹ 100% ਸਿਟੀ ਦੀ, ਉਹਨਾਂ ਨੇ ਖਰਚਾ ਸਾਰਾ ਕਰਨਾ ਹੈਗਾ। ਜਿਹੜਾ ਭਾਵਨਾਵਾਂ ਠੀਕ ਨਹੀਂ ਹੈ, ਆਪੋ ਆਪਣੀ ਚੋਇਸ ਹੈਗੀ ਆ, ਪਰ ਫਿਰ ਕਿਉਂ ਪਬਲਿਕ ਹਮੇਸ਼ਾ ਇਸ ਚੀਜ਼ ਤੇ ਕੰਪਲੇਨ ਕਰਦੀ ਉਹ ਕਹਿੰਦੇ ਸਿਟੀ ਦੀ ਪੁਲਿਸ ਚਾਹੀਦੀ ਸਾਨੂੰ? ਦੇਖੋ, ਹੁਣ ਸਿਟੀ ਦੀ ਪੁਲਿਸ ਮੈਂ ਤਾਂ ਕਹਿੰਦਾ ਜਦੋਂ ਮੈਨੂੰ ਪਬਲਿਕ ਨੇ ਕਿਹਾ ਜੀ, ਮੇਅਰ ਮਕੈਲਮ ਤੇ ਇਹਨਾਂ ਦੀ ਟੀਮ ਤਾਂ ਪਿਛਲੇ ਨਵੰਬਰ 'ਚ ਆ ਕੇ ਅਕਤੂਬਰ 'ਚ ਇਲੈਕਟ ਹੋਈ ਨਾ, ਮੈਂ ਪਿਛਲੇ ਜੂਨ ਚਿੱਠੀ ਲਿਖਤੀ ਸੀ ਜੀ, ਕਿਉਂਕਿ ਮੈਨੂੰ ਲੋਕ ਕਹਿ ਰਹੇ ਸੀ। ਮੈਂ ਪਿਛਲੇ ਜੂਨ ਦੇ ਵਿੱਚ ਫੈਡਰਲ ਮਿਨਿਸਟਰ ਜਿਹੜੇ ਸਾਡੇ ਰਾਵ ਗੁਡੇਲ, ਸਾਡੇ ਜਿਹੜੇ ਪ੍ਰੋਵਿੰਸ਼ੀਅਲ ਮਿਨਿਸਟਰ ਨੇ NDP ਦੇ ਉਹਨਾਂ ਨੂੰ ਵੀ ਜੀ, ਮਾਈਕ ਫੋਨਵਰਥ ਤੇ ਸਾਡੇ ਜਿਹੜੇ ਲੋਕਲ ਮੇਅਰ ਉਸ ਵੇਲੇ ਲਿੰਡਾ ਹੈਪਨਰ ਸੀਗੇ ਜੀ, ਮੈਂ ਉਹਨਾਂ ਨੂੰ ਵੀ ਚਿੱਠੀ ਲਿਖੀ ਸੀ, ਭਾਈ ਲੋਕ ਮੈਨੂੰ ਰੋਜ਼ ਆ ਕੇ ਕਹਿ ਰਹੇ ਨੇ ਵੀ ਲੋਕਲ ਪੁਲਿਸ ਲਿਆਓ ਜੀ, ਤੇ ਤੁਸੀਂ ਇਸ ਚੀਜ਼ ਨੂੰ ਸਟੱਡੀ ਕਰੋ, ਇੱਥੇ ਲੋਕਲ ਪੁਲਿਸ ਲਿਆਓ, ਇੱਥੇ ਗੌਰ ਕਰੋ, ਗੌਰ ਕਰੋ ਤੇ ਇਹਨੂੰ ਲਿਆਓ। ਇਹ ਤਾਂ ਹੁਣ ਮੇਅਰ ਮੁਕੱਲਮ ਲੈ ਕੇ ਆਇਆ ਜੀ, ਹੁਣ ਜੇ ਮੇਅਰ ਮੁਕੱਲਮ ਲੋਕਲ ਪੁਲਿਸ ਲਿਆਉਣਗੇ ਅਸੀਂ ਇਹਨੂੰ ਸਪੋਰਟ ਨੈਚੁਰਲੀ ਕਰਨਾ, ਕਿਉਂਕਿ ਅਸੀਂ ਜਿਹੜਾ ਬਾਹਰ ਲੋਕਲ ਕੰਮਾਂ 'ਚ ਦਖਲ। ਹਾਂ, ਇੱਕ ਜ਼ਰੂਰ ਕੰਮ ਕਰਦੇ ਹਾਂ ਅਸੀਂ ਜੀ, ਜੇ ਅੱਜ RCMP ਇੱਥੇ ਕੰਮ ਕਰ ਰਹੀ ਆ ਜੀ, ਜੇ ਸਾਨੂੰ ਮੇਅਰ ਐਂਡ ਕਾਉਂਸਲ ਇਹ ਕਹਿੰਦੀ ਆ ਵੀ ਸਾਨੂੰ ਜੀ 100 ਪੁਲਿਸ ਅਫਸਰ ਚਾਹੀਦਾ, ਉਹ ਸਾਡੀ ਜ਼ਿੰਮੇਵਾਰੀ ਹੈ ਫੈਡਰਲ ਗਵਰਨਮੈਂਟ ਦੀ, ਇਹਨਾਂ ਨੂੰ ਟ੍ਰੇਨ ਕਰਕੇ RCMP ਭੇਜਣੀ। ਠੀਕ ਹੈ, ਇਹਨਾਂ ਨੇ ਜਦੋਂ ਸਾਡਾ 215 ਦਾ ਇਲੈਕਸ਼ਨ ਸੀਗਾ, ਅਸੀਂ ਪਿਛਲਾ ਇਲੈਕਸ਼ਨ ਲੜਿਆ, ਉਸ ਵੇਲੇ ਇਹਨਾਂ ਨੇ ਡਿਮਾਂਡ ਰੱਖੀ ਸੀ ਜਿਹੜੀ ਕੰਜ਼ਰਵੇਟਿਵ ਪਾਰਟੀ ਨੇ ਉਸ ਵੇਲੇ ਨਹੀਂ ਸੀ, 100 ਪੁਲਿਸ ਅਫਸਰ ਮੰਗਦੇ ਸੀ। ਅੱਛਾ ਜੀ, ਅਸੀਂ ਆਪਣੇ ਪਲੇਟਫਾਰਮ 'ਚ ਵਾਰ ਵਾਰ ਇਲੈਕਸ਼ਨ 'ਚ ਆ ਕੇ ਕਿਹਾ ਸੀ ਵੀ ਅਸੀਂ
ਅਸੀਂ ਆਉਂਦੇ ਹੀ ਤੁਹਾਨੂੰ 100 ਪੁਲਿਸ ਅਫਸਰ ਜਿਹੜਾ ਵਾ ਉਹ ਸਰੀ ਨੂੰ ਦੇਵਾਂਗੇ ਔਰ ਅਸੀਂ ਉਹ ਵਾਅਦਾ ਆਪਣਾ ਜਿਹੜਾ ਸੀ ਉਹ ਪੂਰਾ ਕੀਤਾ ਜੇ ਸਵੇਰ ਨੂੰ ਮੇਅਰ ਮੁਕੈਲਮ ਫੇਰ ਆ ਕੇ ਕਹਿੰਦੇ ਹਨ ਕੌਂਸਲ ਵੀ ਸਾਨੂੰ 200 ਪੁਲਿਸ ਅਫਸਰ ਚਾਹੀਦਾ ਜੀ ਉਹ ਅਸੀਂ ਜਿਹੜਾ ਵਾ ਅਸੀਂ ਪੂਰਾ ਇਹ ਵਾਅਦਾ ਵੀ ਅਸੀਂ ਉਹ 200 ਕਿੱਥੋਂ ਲਿਆਈਏ ਟ੍ਰੇਨ ਕਰੀਏ ਉਹ ਇਹਨਾਂ ਨੂੰ ਅਸੀਂ ਦੇਵਾਂਗੇ ਬਾਕੀ ਉਹ ਜਿਹੜੀ ਲੋਕਲ ਕਿੱਦਾਂ ਮੈਨੇਜ ਕਰਨਾ ਪੁਲਿਸ ਨੂੰ ਕੀ ਕਰਨਾ ਉਹ ਜਿਹੜੀ ਜ਼ਿੰਮੇਵਾਰੀ ਹੈਗੀ ਆ ਉਹ ਲੋਕਲ ਗੌਰਮੈਂਟ ਦੀ ਆ ਪਰ ਜਿੱਥੇ ਲੋਕਲ ਪੁਲਿਸਿੰਗ ਦੀ ਗੱਲ ਆਉਂਦੀ ਆ ਜਦੋਂ ਮੈਨੂੰ ਲੋਕਾਂ ਨੇ ਮੰਗਿਆ ਮੈਂ ਪਹਿਲੇ ਨੰਬਰ 'ਤੇ ਇਹ ਤਾਂ ਬਾਅਦ 'ਚ ਇਹਨਾਂ ਨੇ ਜਿਹੜਾ ਕ੍ਰੀਏਟ ਕੀਤਾ ਕਿ ਹੋਣੀ ਚਾਹੀਦੀ ਆ ਆਪਣੀ ਮੇਅਰ ਐਂਡ ਕੌਂਸਲ ਅੱਗੇ ਲੈ ਕੇ ਆਏ ਨੇ ਪਰ ਮੈਂ ਇਸ ਚੀਜ਼ ਨੂੰ ਪਹਿਲਾਂ ਜਿਹੜਾ ਸੀ ਉਹ ਤਿੰਨੇ ਜਿਹੜੀ ਆ ਆਰਡਰਸ ਆਫ ਗੌਰਮੈਂਟ ਸੀ ਉਹਨਾਂ ਨੂੰ ਕਹਿਤਾ ਸੀ ਭਾਈ ਆਹ ਇਸ਼ੂ ਆ ਇਹਨੂੰ ਰਿਜੋਲਵ ਕਰੋ ਵਾਹ ਜੀ ਵਾਹ ਕੀ ਬਾਤ ਹੈ ਜੀ ਸੁਖ ਧਾਲੀਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਹਰਮਨ ਪਿਆਰੇ ਨੇਤਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਤੁਸੀਂ ਚੇਤੇ ਹੋ ਬੜੇ ਬੜਾ ਪਿਆਰ ਕਰਦੇ ਨੇ ਲੋਕ ਤੁਹਾਨੂੰ ਇਹ ਕਿਵੇਂ ਆ ਇਹ ਤੁਸੀਂ ਲੋਕਾਂ ਦੇ ਦਿਲਾਂ 'ਚ ਵਸੇ ਹੋ ਮੈਂ ਜੇ ਤੁਹਾਨੂੰ ਸੱਚੀ ਗੱਲ ਦੱਸਾਂ ਕਿਉਂਕਿ ਅਸੀਂ ਵੀ ਪਬਲਿਕ ਦੇ ਵਿੱਚ ਫਿਰਦੇ ਰਹਿੰਦੇ ਹਾਂ ਸਾਰੇ ਪਾਸੇ ਬੜੇ ਚੇਤੇ ਹੋ ਤੁਸੀਂ ਪਬਲਿਕ ਦੇ ਕਿਵੇਂ ਦੇਖੋ ਮੈਂ ਆਪਣੀ ਦਿਆਨਤਦਾਰੀ ਨਾਲ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਜੀ ਇੱਕ ਤਾਂ ਮੈਂ ਹਰੇਕ ਜਿਹੜਾ ਚਾਹੇ ਉਹ ਉਹਦਾ ਨਾਮ ਹੈ ਇਕਨੋਮਿਕ ਸਟੇਟਸ ਦੇਖਣਾ ਨਾਮ ਹੈ ਉਹਦਾ ਸੋਸ਼ਲ ਸਟੇਟਸ ਦੇਖਣਾ ਜੀ ਠੀਕ ਹੈ ਨਾ ਨਾ ਮੈਂ ਇਹ ਦੇਖਦਾ ਵੀ ਮੇਰੀ ਉਹ ਕੰਸਟੀਟੂਐਂਸੀ 'ਚ ਰਹਿੰਦੇ ਆ ਜਾਂ ਨਹੀਂ ਰਹਿੰਦੇ ਉਹਨਾਂ ਮੈਨੂੰ ਵੋਟ ਪਾਈ ਜਾਂ ਨਹੀਂ ਪਾਈ ਉਹ ਮੇਰਾ ਸਪੋਰਟਰ ਹੈ ਜਾਂ ਨਹੀਂ ਹੈ ਅਸੀਂ ਮੈਂ ਇੱਕੋ ਚੀਜ਼ ਰੱਖੀ ਹੈ ਜੀ ਸਾਡੇ ਆਫਿਸ ਦੇ ਵਿੱਚ ਕੋਈ ਆ ਜਾਵੇ ਜੀ ਵੈਲਕਮ ਚੱਲ ਕੇ ਵੈਲਕਮ ਆ ਜੀ ਆਇਆਂ ਨੂੰ ਕੀ ਬਾਤ ਹੈ ਅਸੀਂ ਆਪਦੀ ਪੂਰੀ ਬਾਹ ਲਾ ਦਿੰਦੇ ਹਾਂ ਵੀ ਉਹਦੀ ਅਸੀਂ ਮਦਦ ਕਰੀਏ ਠੀਕ ਹੈ ਨਾ ਔਰ ਮੈਂ ਇਹ 'ਚ ਮਾਣ ਵੀ ਮਹਿਸੂਸ ਕਰਦਾ ਔਰ ਇਹ ਕਹਿੰਦੇ ਨੇ ਤੁਸੀਂ ਮੰਤਰੀ ਨੂੰ ਪੁੱਛ ਲਓ ਅੱਜ ਜਾ ਕੇ ਉਹ ਦੱਸ ਦੇਣਗੇ ਤੁਹਾਨੂੰ ਵੀ ਜੇ ਅੱਜ ਦੇਖਣਾ ਹੈਗਾ ਵੀ ਸਾਰੇ MP ਲੜਾ ਲਈਏ ਬਾਕੀ ਇੱਥੇ ਅਸੀਂ BC ਦੇ ਠੀਕ ਹੈ ਜੀ ਜੇ ਸਾਰਿਆਂ ਦਾ ਵਰਕਲੋਡ ਲੈ ਲਈਏ ਤੇ ਇਕੱਲੇ ਸੁਖ ਧਾਲੀਵਾਲ ਆਫਿਸ ਦਾ ਲੈ ਲਈਏ ਸਰੀ ਨਿਊਟਨ ਦਾ ਲੈ ਲਈਏ ਉਹ ਉਹਨਾਂ ਉਦੋਂ ਵੀ ਜ਼ਿਆਦਾ ਲੋਡ ਹੈ ਸਾਡੇ ਆਫਿਸ ਤੇ ਤੇ ਮੈਂ ਮਾਣ ਮਹਿਸੂਸ ਔਰ ਮੈਂ ਜੇ ਕਿਸੇ ਦੇ ਕੰਮ ਆ ਸਕਾਂ ਨਾ ਲੱਕੀ ਜੀ ਮੈਂ ਕਹਿੰਦਾ ਵੀ ਜਿਹੜਾ ਮੈਂਬਰ ਆਫ ਪਾਰਲੀਮੈਂਟ ਬਣਨਾ ਪਾਲਿਸੀ ਤਾਂ ਅਸੀਂ ਬਣਾਈ ਜਾਣੀ ਜੀ ਬਿਲਕੁਲ ਸਹੀ ਲਾਅ ਅਸੀਂ ਬਣਾਈ ਜਾਣੇ ਐਗਜ਼ੈਕਟ ਕਮੇਟੀ ਵਰਕ ਅਸੀਂ ਆਟੋ 'ਚ ਬੈਠ ਕੇ ਕਰੀ ਜਾਣਾ ਜੀ ਬਿਲਕੁਲ ਠੀਕ ਹੈ ਨਾ ਹਾਊਸ ਡਿਊਟੀ ਉੱਥੇ ਲਾਈ ਜਾਣੀਆਂ ਨੇ ਉਹ ਕੰਮ ਤਾਂ ਅਸੀਂ ਕਰਨਾ ਹੀ ਕਰਨਾ ਐਗਜ਼ੈਕਟ ਪਰ ਜੇ ਮੈਂ ਕਿਸੇ ਦੇ ਕੰਮ ਆ ਸਕਾਂ ਇਹ ਮੇਰੀ ਮੈਂ ਲੈ ਕੇ ਚੱਲਿਆ ਪਹਿਲੇ ਦਿਨ ਤੋਂ ਵੀ ਮੇਰਾ ਮੇਨ ਫੋਕਸ ਇਹ ਆ ਕੀ ਬਾਤ ਹੈ ਵੀ ਮੈਂ ਆਪਣੇ ਕੰਸਟੀਟੂਐਂਟਸ ਜਿਹੜੇ ਆ ਉਹਨਾਂ ਦੀ ਸੇਵਾ ਕਿਸ ਤਰੀਕੇ ਨਾਲ ਔਰ ਬਹੁਤ ਸਾਰੇ ਵਲਨਰੇਬਲ ਲੋਕ ਨੇ ਤੁਸੀਂ ਆ ਕੇ ਫਰਾਈਡੇ ਨੂੰ ਮੇਰੇ ਆਫਿਸ 'ਚ ਬੈਠ ਕੇ ਕਿਉਂਕਿ ਮੈਂ ਫਰਾਈਡੇ ਆਫਿਸ 'ਚ ਹੁੰਦਾ ਜੇ ਮੈਂ 4 ਦਿਨ ਆਟਵਾ 'ਚ ਹਾਂ ਕੀ ਬਾਤ ਹੈ 5ਵੇਂ ਦਿਨ ਫਰਾਈਡੇ ਤੇ ਭਰਿਆ ਹੁੰਦਾ ਆਫਿਸ ਕੀ ਬਾਤ ਹੈ ਫਸਟ ਕਮ ਫਸਟ ਸਰਵ ਇਹ ਨਹੀਂ ਹੈਗਾ ਵੀ ਲੱਕੀ ਜੀ ਤੁਸੀਂ ਆ ਗਏ ਤੇ ਤੁਹਾਡਾ ਨੰਬਰ ਹੋਰ ਜੀ ਜੀ ਗੋਲਡੀ ਜੀ ਆ ਗਏ ਸਾਡੇ ਇਹਨਾਂ ਦਾ ਹੋਰ ਨਹੀਂ ਜਿਹੜਾ ਪਹਿਲੇ ਨੰਬਰ ਤੇ ਆਇਆ ਪਹਿਲੇ ਨੰਬਰ ਤੇ ਔਰ ਭਰਿਆ ਹੁੰਦਾ ਆਫਿਸ ਪੂਰਾ ਚੰਗੀ ਤਰ੍ਹਾਂ 5-7 ਮੇਰੇ ਆਫਿਸ ਸਟਾਫ ਉਹਦੇ ਪੂਰਾ ਐਨ ਖੜੇ ਪੈਰ ਹੁੰਦੇ ਨੇ ਤਾਂ ਕਿ ਅਸੀਂ ਉਹਨਾਂ ਦੀ ਔਰ ਐਵਰੀ ਡੇ ਤਾਂ ਹੁੰਦਾ ਹੀ ਹੈ ਸਟਾਫ ਪਰ ਜਦੋਂ ਮੈਂ ਫਰਾਈਡੇ ਉਹਨਾਂ ਨਾਲ ਜਿਹਨੇ ਮੈਨੂੰ ਮਿਲਣਾ ਉਹ ਫਰਾਈਡੇ ਆਉਣ ਜੀ ਸਕੇ ਔਰ ਜਾਂ ਜਦੋਂ ਮੈਂ ਸਾਡਾ ਅਸੀਂ ਆਟੋ 'ਚ ਨਹੀਂ ਬੈਠੇ ਇੱਥੇ ਬਹਿੰਦੇ ਹਾਂ ਫਿਰ ਤਾਂ ਜਿਹੜੇ ਦਿਨ ਮਰਜ਼ੀ ਆ ਜਾਣ ਸੋ ਇਹ ਜਿਹੜੀ ਐਕਸੈਸੀਬਿਲਟੀ ਹੈਗੀ ਆ ਇਹ ਮੈਂ ਸੋਚਿਆ ਹੋਇਆ ਕਿ ਇਹ ਮੇਰਾ ਪਹਿਲਾ ਮੋਟਿਵ ਆ ਇਹੀ ਮੇਰੀ ਪਹਿਲਾ ਮੈਨੂੰ ਕਿਉਂਕਿ ਲੋਕਾਂ ਨੇ ਮੈਨੂੰ ਚੁਣ ਕੇ ਭੇਜਿਆ ਐਡੀ ਵੱਡੀ ਪ੍ਰਿਵਿਲੇਜ ਦਿੱਤੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਤੀਜੇ ਜਿਹੜਾ ਵਾ ਵਾਰ ਬਿਠਾ ਦੇਣਾ ਦੇਖੋ ਮੈਂ ਪ੍ਰੋਫੈਸ਼ਨਲ ਖੇਤਰ 'ਚ ਆਪਦੇ ਕਾਮਯਾਬ ਸੀ ਮੈਂ ਇੰਜੀਨੀਅਰਿੰਗ ਦੀਆਂ ਡਿਗਰੀਆਂ ਕੀਤੀਆਂ ਆ ਕੇ ਇੱਥੇ ਪ੍ਰੋਫੈਸ਼ਨਲ ਇੰਜੀਨੀਅਰ ਦਾ ਸਟੈਟਸ ਲਿਆ BC ਲੈਂਡ ਸਰਵੇਅਰ ਦਾ ਸਟੈਟਸ ਪਹਿਲਾਂ BC ਲੈਂਡ ਸਰਵੇਅਰ ਸੀਗਾ ਸਾਊਥ ਏਸ਼ੀਅਨ ਕੋਈ ਜੇ ਬਣਿਆ ਉਹ ਵੀ ਮੈਂ ਆਪਣਾ ਦਰਜਾ ਲਿਆ ਫਿਰ ਆਪਣੀ ਕੰਪਨੀ ਖੋਲ੍ਹੀ ਉਹਦੇ ਵਿੱਚ ਵੀ ਕਾਮਯਾਬ ਕੀਤਾ ਬੱਚੇ ਵੀ ਮੈਂ ਇੱਥੇ ਪੜ੍ਹਾਏ ਉਹ ਵੀ ਕੁਦਰਤੀ ਪਰਮਾਤਮਾ ਦੀ ਕਿਰਪਾ ਦੇ ਨਾਲ ਲੋਕਾਂ ਦੀਆਂ ਸ਼ੁਭ ਇਛਾਵਾਂ ਨਾਲ ਉਹਨਾਂ ਬੱਚਿਆਂ ਦੀ ਮਿਹਨਤ ਨਾਲ ਸਾਡੀ ਮਾਂ ਉਹਦੀ ਮਾਂ ਦੀ ਲੁਕਾਫਟ ਨਾਲ ਉਹ ਵੀ ਬੱਚੇ ਜਿਹੜੇ ਪ੍ਰੋਫੈਸ਼ਨਲ ਬਣ ਗਏ ਮਾਂ ਪਿਓ ਵੀ ਮੇਰੇ ਇਸੇ ਕੰਸਟੀਟੂਐਂਸੀ ਦੇ ਜਦੋਂ ਮੈਂ ਸਾਰਾ ਕੁਝ ਦੇਖਦਾ ਵੀ ਇਸ ਕਮਿਊਨਿਟੀ ਨੇ ਮੈਨੂੰ ਇੰਨਾ ਕੁਝ ਦਿੱਤਾ ਕਿਆ ਬਾਤ ਹੈ ਠੀਕ ਹੈ ਨਾ ਤੇ ਮੈਂ ਜਿਹੜਾ ਵਾ ਇਹਨਾਂ ਦਾ ਕਰਜ਼ ਕਦੇ ਵੀ ਨਹੀਂ ਚੁਕਾ ਸਕਦਾ ਸੋ ਇਹੀ ਕਾਰਨ ਆ ਵੀ ਲੋਕਾਂ ਨੇ ਮੈਨੂੰ ਆਪਣੇ ਦਿਲ 'ਚ ਰੱਖਿਆ ਜੀ ਦਿਲ 'ਚ ਰੱਖਿਆ ਉਹਨਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਅੰਗ ਬਣਾ ਲਿਆ ਤੇ ਮੈਂ ਜਿਹੜੀ ਕਮਿਊਨਿਟੀ ਉਹਨੂੰ ਆਪਣੇ ਪਰਿਵਾਰ ਦਾ ਅੰਗ ਬਣਾ ਕੇ ਚੱਲਦਾ ਕਿਆ ਬਾਤ ਹੈ ਤੇ ਸੱਚੇ ਇਮਾਨਦਾਰ ਨਾਲ ਮਦਦ ਕਰਦਾ ਕਿਆ ਬਾਤ ਹੈ ਜੀ ਸੁਖ ਧਾਲੀਵਾਲ ਸਾਹਿਬ ਸਾਡੀਆਂ ਵੀ ਬੈਸਟ ਵਿਸ਼ਿਜ਼ ਨੇ ਤੁਹਾਡੇ ਨਾਲ ਟੀਮ ਪੰਜਾਬੀ ਦੀਆਂ ਵੀ ਹਮੇਸ਼ਾ ਇਸੇ ਤਰ੍ਹਾਂ ਕੰਮ ਕਰਦੇ ਰਹੋ ਕਮਿਊਨਿਟੀ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿੰਨੇ ਵੀ ਦਰਸ਼ਕ ਤੁਹਾਨੂੰ ਇਸ ਟਾਈਮ ਟੀਮ ਪੰਜਾਬੀ 'ਤੇ ਦੇਖ ਰਹੇ ਨੇ ਦੇਖੋ ਇਸ ਵੇਲੇ ਆਪਾਂ ਬਹੁਤ ਤਰੱਕੀਆਂ ਕਰ ਲਈਆਂ ਆਪਾਂ ਸਿੱਖ ਹੈਰੀਟੇਜ ਮੰਥ ਦੀ ਗੱਲ ਕੀਤੀ ਵੀ ਇਸ ਵੇਲੇ ਕਾਨੂੰਨ ਬਣ ਗਿਆ ਕੈਨੇਡਾ ਦੇ ਵਿੱਚ ਜਿਹੜਾ ਅਪ੍ਰੈਲ ਸਿੱਖਾਂ ਦਾ ਇਤਿਹਾਸਕ ਮਹੀਨਾ 120 ਸਾਲ ਦੀ ਹਿਸਟਰੀ ਦੇਖੋ ਬਜ਼ੁਰਗਾਂ ਦੀ ਕਿੰਨੀ ਘਾਲਣਾ ਘਾਲੀ ਔਖੇ ਸਮੇਂ ਕਿਵੇਂ ਉਹ ਬੜਾ ਕੰਮ ਪਾਣੀ ਵਾਲੇ ਜਹਾਜ਼ 'ਚ ਆਏ ਕਾਮਾ ਗਾਟਾ ਮਾਰੂ ਵਰਗੇ ਜਹਾਜ਼ ਮੋੜ ਦਿੱਤੇ ਗਏ 1947 ਤੱਕ ਸਾਨੂੰ ਵੋਟ ਪਾਉਣ ਦਾ ਹੱਕ ਨਾ ਹੋਇਆ ਅੱਜ ਅਸੀਂ ਜਿਹੜੀ ਕਮਿਊਨਿਟੀ ਨੇ ਇੱਥੇ ਮਿਹਨਤ ਕਰਕੇ ਚੰਗੇ ਕੰਮ ਇਹ ਦੇਖ ਲਓ ਸਾਡੇ ਹੋਏ ਬਹੁਤ ਵੱਡੀਆਂ ਮਿੱਲਾਂ ਦੇ ਵਿੱਚ ਕੰਮ ਕਰ ਲਓ ਹਾਰਡ ਮਿਹਨਤ ਖੇਤਾਂ 'ਚ ਕਰੀ ਸਾਡੇ ਲੋਕਾਂ ਨੇ
ਪ੍ਰੋਫੈਸ਼ਨਲ ਖੇਤਰ ਅੱਜ ਇੱਥੇ ਪਹੁੰਚ ਗਏ ਜੀ। ਜੇ ਅਸੀਂ ਇਸ ਦੇਸ਼ 'ਚ ਇੱਕ ਹੋਪ ਲੈ ਕੇ ਆਏ ਸੀ ਵੀ ਸਾਡਾ ਜੀਵਨ ਵਧੀਆ ਬਣੇ, ਬਿਲਕੁਲ ਅੱਜ ਸਾਡੀ ਹੋਪਸ ਜਿਹੜੀਆਂ ਨੇ ਕਿਤੇ ਵੀ ਹੋਰ ਨਹੀਂ ਫੋਕਸ ਹੋਣੀਆਂ ਚਾਹੀਦੀਆਂ, ਸਿਰਫ ਤੇ ਸਿਰਫ ਸਾਡੇ ਯੰਗ ਬੱਚੇ ਜੀ ਕੀ ਬਾਤ ਹੈ ਉਹਦੇ ਵਿੱਚ ਹੋਣੀਆਂ ਚਾਹੀਦੀਆਂ। ਕਿਉਂਕਿ ਅਸੀਂ ਪੋਲੀਟੀਕਲ ਲੋਕ ਜਿਹੜੇ ਆ ਉਹ ਚੁਣ ਲਏ ਜਾਂਦੇ ਆ ਜੀ। ਲੋਕ ਸਾਨੂੰ ਕਹਿੰਦੇ ਵੀ ਨੇਸ਼ਨ ਬਿਲਡਰ, ਨਹੀਂ ਮੈਂ ਤਾਂ ਕਹਿੰਦਾ ਪਹਿਲਾਂ ਮਾਵਾਂ ਨੇਸ਼ਨ ਬਿਲਡਰ ਹੈ। ਮਦਰਸ ਡੇ ਅੱਜ ਗੱਲ ਹੈਗਾ, ਮੈਂ ਸਾਰੀਆਂ ਮਾਵਾਂ ਨੂੰ ਜਿਹੜੀ ਆ ਇਸ ਦੇ ਉੱਤੇ ਮੁਬਾਰਕਬਾਦ ਦਿੰਦਾ, ਕਿਉਂਕਿ ਹਰ ਇੱਕ ਮਾਂ ਜਿਹੜੀ ਆ ਜਦੋਂ ਉਹਦਾ ਬੱਚਾ ਜਨਮ ਲੈਂਦਾ ਉਹ ਮਾਂ ਇਹ ਕਹਿੰਦੀ ਆ ਮੇਰਾ ਬੱਚਾ ਇੱਕ ਵਧੀਆ ਇਨਸਾਨ ਬਣੇ ਔਰ ਤਰੱਕੀ ਕਰੇ। ਬਿਲਕੁਲ, ਜੇ ਮਾਂ ਇਹ ਹਰੇਕ ਬੱਚੇ ਬਾਰੇ ਸੋਚਦੀ ਆ ਤਾਂ ਉਹ ਸਾਰੇ ਸਮਾਜ ਬਾਰੇ ਸੋਚਦੀ ਆ, ਉਹ ਸਾਰੀ ਕੰਟਰੀ ਬਾਰੇ ਔਰ ਉਹ ਨੇਸ਼ਨ ਬਾਰੇ ਸੋਚਦੀ ਆ। ਮਾਵਾਂ ਜਿਹੜੀਆਂ ਸਾਡੀਆਂ ਨੇਸ਼ਨ ਬਿਲਡਰ ਹੈ, ਸੋ ਸਾਰੀਆਂ ਮਾਵਾਂ ਨੂੰ ਮੈਂ ਮਦਰਸ ਡੇ 'ਤੇ ਬਹੁਤ ਮੁਬਾਰਕਬਾਦ ਦਿੰਦਾ ਔਰ ਉਹਨਾਂ ਦਾ ਧੰਨਵਾਦ ਕਰਦਾ, ਉਹਨਾਂ ਦੀ ਸੋਚ ਨੂੰ ਸਲਾਮ ਕਰਦਾ ਜੀ। ਬੱਚਿਆਂ ਦੀ ਗੱਲ ਕਰਦੇ ਹਾਂ ਆਪਾਂ, ਛੇ ਲੱਗੇ ਜੀ, ਸਾਨੂੰ ਚਾਹੀਦਾ ਕਿ ਅਸੀਂ ਆਪਣੇ ਸਾਰੇ ਹੋਰ ਕੰਮ ਛੱਡ ਦਈਏ ਜੀ। ਪੈਸਾ ਧੇਲੇ ਦੀ ਜਿਹੜੀ ਸਾਡੀ ਸ਼ੋਹਰਤ ਆ ਉਹਨੂੰ ਛੱਡ ਕੇ ਇੱਕੋ ਪਾਸੇ ਅੱਜ ਲੱਗ ਜਾਈਏ ਵੀ ਆਪਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਈਏ ਜੀ। ਬਿਲਕੁਲ ਠੀਕ ਹੈ ਨਾ, ਜੇ ਸਾਡੇ ਬੱਚੇ ਵਧੀਆ ਐਜੂਕੇਸ਼ਨ ਲੈਣਗੇ ਜੀ, ਜਿਹੜੇ ਬੋਰਡ ਰੂਮ 'ਚ ਐਵਰੀ ਡੇ ਡਿਸੀਜਨ ਹੋ ਰਹੇ ਨੇ ਉਹ ਡਿਸੀਜਨ ਮੇਕਰ ਬਣਨਗੇ ਜਦੋਂ ਆ ਕੇ ਬੱਚੇ ਸਾਡੇ ਜੀ, ਫਿਰ ਸਾਡੀ ਕੌਮ ਆਉਣ ਵਾਲੀ ਸੈਂਚਰੀ ਦੇ ਵਿੱਚ ਹੋਰ ਦੇਖਿਓ ਕਿੰਨੀ ਤਰੱਕੀ ਕਰਦੀ ਆ। ਵਾਹ ਜੀ ਵਾਹ, ਇਹ ਸਾਡਾ ਫੋਕਸ ਚਾਹੀਦਾ। ਸੋ ਮੈਂ ਇਹੀ ਤੁਹਾਡੇ ਦਰਸ਼ਕਾਂ ਨੂੰ ਹੱਥ ਜੋੜ ਕੇ ਮੇਰੀ ਇਹੀ ਬੇਨਤੀ ਆ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਪਿਆਰ ਦੇਈਏ ਜੀ, ਉਹਨਾਂ ਦੇ ਨਾਲ ਖੁੱਲੀਏ ਔਰ ਉਹਨਾਂ ਦੇ ਨਾਲ ਜਿੱਥੇ ਸਮਾਂ ਬਤੀਤ ਕਰਦੇ ਹਾਂ ਜੀ, ਉਹਨਾਂ ਨੂੰ ਇਨਕਰੇਜ ਕਰੀਏ ਕਿ ਉਹ ਜਿਹੜੇ ਵੀ ਖੇਤਰ 'ਚ ਜਾਣਾ ਚਾਹੁੰਦੇ ਆ ਉਹਨਾਂ ਦੀ ਅਸੀਂ ਸਪੋਰਟ ਕਰੀਏ ਔਰ ਵੱਧ ਤੋਂ ਵੱਧ ਵਧੀਆ ਪੜ੍ਹਾਈ ਦੇਈਏ ਉਹਨਾਂ ਨੂੰ, ਐਜੂਕੇਸ਼ਨ ਦੇਈਏ ਤਾਂ ਕਿ ਉਹ ਐਜੂਕੇਸ਼ਨ ਲੈ ਕੇ ਸਾਡੇ ਬੱਚੇ ਅੱਜ ਉਹ ਡਿਸੀਜਨ ਮੇਕਰ ਬਣਨ, ਉਹਨਾਂ ਬੋਰਡ ਰੂਮ 'ਚ ਜਿੱਥੇ ਹਰ ਰੋਜ਼ ਡਿਸੀਜਨ ਹੋ ਰਹੇ ਨੇ, ਤਾਂ ਕਿ ਸਾਡੀ ਸੋਸਾਇਟੀ ਜਿਹੜੀ ਆ ਉਹ ਬਦਲ ਕੇ ਰੱਖ ਦੇਣ ਔਰ ਸਾਡੀ ਕੌਮ ਦਾ ਜੀ, ਸਾਡੀ ਕਮਿਊਨਿਟੀ ਦਾ, ਪੰਜਾਬੀ ਦਾ, ਸਾਡੇ ਸਿੱਖ ਕੌਮ ਦਾ ਔਰ ਸਾਊਥ ਏਸ਼ੀਅਨ ਕਮਿਊਨਿਟੀ ਦਾ ਔਰ ਕੈਨੇਡਾ ਦਾ ਜਿਹੜਾ ਨਾਂ ਜਿਹੜਾ ਉਹਨੂੰ ਦੁਨੀਆ ਲੈਵਲ 'ਤੇ ਚਮਕਾ ਦੇਣ। ਕਿਆ ਬਾਤ ਹੈ ਜੀ, ਥੈਂਕ ਯੂ ਸੋ ਮੱਚ ਸੁਖ ਧਾਲੀਵਾਲ ਸਾਹਿਬ, ਤੁਸੀਂ ਸਾਡੇ ਲਈ ਟਾਈਮ ਕੱਢਿਆ, ਟੀਮ ਪੰਜਾਬੀ ਦਾ ਤੁਸੀਂ ਆਏ ਹੋ, ਥੈਂਕ ਯੂ ਸੋ ਮੱਚ ਤੁਸੀਂ ਸਾਡੇ ਲਈ ਟਾਈਮ ਕੱਢਿਆ। ਫਿਰ ਲੱਕੀ ਜੀ ਮੇਰੇ ਵੱਲੋਂ ਤੁਹਾਡਾ ਜੀ ਅਤੇ ਮੇਰੇ ਛੋਟੇ ਵੀਰ ਗੋਲਡੀ ਢਿੱਲੋਣਾ ਦਾ ਜੀ ਬਹੁਤ ਬਹੁਤ ਧੰਨਵਾਦ ਅਤੇ ਪਰਮਾਤਮਾ ਕਰੇ ਤੁਸੀਂ ਜਿਹੜੀ ਆ ਸੇਵਾ ਇਸ ਤਰੀਕੇ ਨਾਲ ਕਰਦੇ ਰਹੋ ਜੀ, ਚਾਹੇ ਉਹ ਮਾਂ ਖੇਡ ਦੀ ਆ ਚਾਹੇ ਸਾਡੀ ਕਮਿਊਨਿਟੀ ਦੀ ਆ। ਕਿਉਂ? ਕਿਉਂਕਿ ਮੀਡੀਆ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਜੀ। ਜੀ ਬਿਲਕੁਲ, ਕਿਉਂਕਿ ਮਾਸਜ਼ ਥਾਈਂ ਤੁਸੀਂ ਜਿਹੜੇ ਹੋ ਨਾ ਜੀ ਉਹ ਪਹੁੰਚ ਕਰ ਸਕਦੇ ਹੋ। ਐਗਜੈਕਟ, ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਜੀ ਦਿਆਨਤਦਾਰੀ ਨਾਲ ਪਿਆਰ ਦੇ ਨਾਲ ਜਿੱਦਾਂ ਅੱਗੇ ਕਰਦੇ ਆਏ ਹੋ ਜੀ, ਕਰਦੇ ਰਹੋ। ਮਾਂ ਖੇਡ ਪੰਜਾਬੀ ਦੀ ਸਾਡੀ ਕਬੱਡੀ ਆ ਉਹਨੂੰ ਵੀ ਆਪਦੀ ਕੰਟਰੀਬਿਊਸ਼ਨ ਹੋਰ ਵੀ ਸਪੋਰਟਸ ਦੇ ਵਿੱਚ ਤੁਹਾਡਾ ਜਿਹੜਾ ਚੈਨਲ ਟੀਮ ਪੰਜਾਬੀ ਆ ਉਹ ਬਹੁਤ ਅੱਗੇ ਹੋ ਕੇ ਚੱਲਦਾ, ਤੁਸੀਂ ਕਰਦੇ ਰਹੋ ਸੇਵਾ ਜੀ। ਅਸੀਂ ਤੁਹਾਡੇ ਲਈ ਸ਼ੁਭਕਾਮਨਾ ਦਿੰਦੇ ਰਹਾਂਗੇ ਅਤੇ ਮੈਨੂੰ ਪੂਰਾ ਪਤਾ ਕਿ ਤੁਹਾਡੇ ਦਰਸ਼ਕ ਤੁਹਾਡੇ ਨਾਲ ਨੇ। ਇੱਥੇ ਤੁਹਾਡਾ ਧੰਨਵਾਦ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਟੀਮ ਪੰਜਾਬੀ ਦੇ। ਥੈਂਕ ਯੂ ਸੋ ਮਚ। ਜਿੰਨੇ ਵੀ ਦਰਸ਼ਕ ਇਸ ਟਾਈਮ ਸਾਡਾ ਪ੍ਰੋਗਰਾਮ ਇਹ ਦੇਖ ਰਹੇ ਨੇ, ਕਿਹੋ ਜਿਹਾ ਪ੍ਰੋਗਰਾਮ ਤੁਹਾਨੂੰ ਲੱਗਾ ਤੁਸੀਂ ਆਪਣੇ ਸੁਝਾਅ ਯੂਟਿਊਬ ਚੈਨਲ 'ਤੇ ਦੇ ਸਕਦੇ ਹੋ, ਫੇਸਬੁੱਕ ਪੇਜ 'ਤੇ ਸਾਨੂੰ ਸੁਝਾਅ ਲਿਖ ਸਕਦੇ ਹੋ ਕਿਹੋ ਜਿਹਾ ਪ੍ਰੋਗਰਾਮ ਲੱਗਾ। ਸੋ ਨੈਕਸਟ ਟਾਈਮ ਅੱਜ ਤੁਹਾਨੂੰ ਕਿਹੋ ਜਿਹਾ ਪ੍ਰੋਗਰਾਮ ਲੱਗਾ ਤੁਸੀਂ ਜ਼ਰੂਰ ਆਪਣੇ ਸੁਝਾਅ ਦੇਣੇ, ਔਰ ਨੈਕਸਟ ਟਾਈਮ ਤੁਹਾਨੂੰ ਇੱਕ ਹੋਰ ਸੁਪਰ ਸਟਾਰ ਦੇ ਨਾਲ ਜਾਂ ਕਿਸੇ ਵੀ ਪੋਲੀਟੀਸ਼ੀਅਨ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਾਂ ਸਿੰਗਰਸ ਦੇ ਨਾਲ ਅਸੀਂ ਅਰੇਂਜ ਕਰ ਰਹੇ ਹਾਂ ਇੱਕ ਹੋਰ ਇੰਟਰਵਿਊ ਨੈਕਸਟ ਡੇ। ਸੋ ਤਦ ਤੱਕ ਲਈ ਦਿਓ ਇਜਾਜ਼ਤ, ਰੱਬ ਰੱਖ, ਧੰਨਵਾਦ ਜੀ, ਲੱਗੀ ਜੀ, ਥੈਂਕ ਯੂ। ਹਰ ਤਰ੍ਹਾਂ ਦੇ ਪਲੰਬਿੰਗ ਦੇ ਸਮਾਨ ਦੀ ਵੱਡੀ ਅਤੇ ਖੂਬਸੂਰਤ ਵਰਾਇਟੀ ਦੇ ਨਾਲ ਫਾਈਬਰਟੈਕ 'ਤੇ ਮੌਜੂਦ ਹੈ BC ਦੀ ਬੈਸਟ ਸਿਲੈਕਸ਼ਨ, ਉਹ ਵੀ ਹੋਲਸੇਲ ਕੀਮਤ।